ਰੇਡੀਓ ਜੋ ਐਸ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਸਿਹਤ ਇਸ ਤਰ੍ਹਾਂ ਠੀਕ ਰੱਖਣਾ ਨੈਚੁਰਲ ਤੌਰ 'ਤੇ, ਜਾਂ ਸਾਰੀਆਂ ਚੀਜ਼ਾਂ ਹੁੰਦੀਆਂ ਸਾਡੇ ਘਰਾਂ ਵਿੱਚ ਪਈਆਂ ਹੁੰਦੀਆਂ, ਜੜੀ ਬੂਟੀਆਂ ਪਈਆਂ ਹੁੰਦੀਆਂ, ਸੌਂਫ, ਅਜਵਾਇਣ, ਇਸ ਤਰ੍ਹਾਂ ਚੀਜ਼ਾਂ ਆ, ਉਹਨਾਂ ਨੂੰ ਵਰਤ ਕੇ ਆਪਾਂ ਸਿਹਤ ਕਿਸ ਤਰ੍ਹਾਂ ਠੀਕ ਰੱਖੀਏ, ਇਸ ਚੀਜ਼ ਦੇ ਉੱਤੇ ਹੀ ਗੱਲਬਾਤ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ। ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਆਣ ਕੇ ਸਾਨੂੰ ਤੁਹਾਡੀ ਬਿਮਾਰੀ ਬਾਰੇ ਰਾਈਟ ਵੇ ਦੱਸੇ, ਇਹ ਸਿਰਫ ਤੇ ਸਿਰਫ ਜਿਹੜੇ ਨੁਸਖੇ ਹੁੰਦੇ ਆ ਉਹਨਾਂ ਦੀ ਗੱਲਬਾਤ ਆਪਾਂ ਇੱਥੇ ਕਰਦੇ ਹਾਂ। ਬਜ਼ੁਰਗ ਵੀ ਇਹਨਾਂ ਨੂੰ ਵਰਤਦੇ ਸੀਗੇ ਅਤੇ ਆਪਾਂ ਵੀ ਕੋਸ਼ਿਸ਼ ਹੀ ਕਰਦੇ ਹਾਂ ਕਿ ਇਹ ਨੁਸਖੇ ਆ ਜਿਹੜੇ ਉਹ ਵਰਤੇ ਜਾਣ। ਸਾਈਡ ਇਫੈਕਟ ਇਹਦਾ ਕੋਈ ਨਹੀਂ ਹੁੰਦਾ, ਸਿਰਫ ਤੇ ਸਿਰਫ ਤੁਹਾਨੂੰ ਬਾਏ ਜਾਂ ਗਰਮੀ ਹੁੰਦੀ ਆ, ਜਾਂ ਕਈ ਵਾਰੀ ਕੋਈ ਨਾ ਕੋਈ ਚੀਜ਼ ਆ ਜਿਹੜੀ ਉਹ ਪਚਦੀ ਨਹੀਂ ਅਤੇ ਉਹ ਤੁਸੀਂ ਨਹੀਂ ਲੈਣੀ। ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ ਉਸੇ ਤਰ੍ਹਾਂ ਉਹਨਾਂ ਨੂੰ ਰਲਾ ਕੇ ਕੁੱਟੋ, ਆਪ ਹੀ ਉਹਨਾਂ ਨੂੰ ਫਿਰ ਖਾਓ, ਕਿਉਂਕਿ ਕਈ ਵਾਰੀ ਆਪਾਂ ਸੋਚਦੇ ਰਹਿੰਦੇ ਹਾਂ ਕਿੱਦਾਂ ਖਾਣੀ ਆ ਉੱਦਾਂ ਖਾਣੀ, ਜੇ ਨਹੀਂ ਪਤਾ ਲੱਗਦਾ ਤਾਂ ਤੁਸੀਂ ਚਮਚੇ ਤੋਂ ਘੱਟ ਜਿਹੜੀ ਆ ਉਹ ਪਾਣੀ ਨਾਲ ਲੈਣੀ ਸ਼ੁਰੂ ਕਰ ਦਿਓ। ਬਹੁਤੀਆਂ ਦਵਾਈਆਂ ਜਿਹੜੀਆਂ ਉਹ ਪਾਣੀ ਨਾਲ ਹੀ ਦੱਸੀਆਂ ਜਾਂਦੀਆਂ ਆ, ਉਹ ਤੁਸੀਂ ਜਦੋਂ ਬੈਕ ਇੰਡੀਆ ਵਾਲਾ ਕੰਮ ਸੁਣਿਆ ਨਾ, ਉੱਥੇ ਹੁੰਦੇ ਅਸੀਂ ਕੁਦ ਨਾਲ ਲੈਣੀ ਆ, ਕੋਈ ਚਾਹ ਨਾਲ ਲੈਣੀ, ਕੋਈ ਲੱਸੀ ਨਾਲ ਲੈਣੀ ਆ, ਇੱਥੇ ਬਹੁਤੀਆਂ ਦਵਾਈਆਂ ਜਿਹੜੀਆਂ ਉਹ ਪਾਣੀ ਦੇ ਨਾਲ ਲਈ ਜਾਂਦੀਆਂ। ਉਸ ਤੋਂ ਬਾਅਦ ਜੇ ਕਿਸੇ ਖੁਸ਼ਕੀ ਆ, ਦੁੱਧ ਪੀਣਾ ਆ ਜਾਂ ਕੁਛ ਘਿਓ ਖਾਣਾ ਆ, ਉਹ ਬਾਅਦ ਦੀਆਂ ਗੱਲਾਂ ਆ। ਸੋ ਤੁਸੀਂ ਵੀ ਪੁੱਛ ਸਕਦੇ ਆ ਅਤੇ ਨਾਲ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ ਕਿ ਤੁਹਾਨੂੰ ਕਿਹੜੀ ਬਿਮਾਰੀ ਸੀ ਤਾਂ ਉਹ ਕੀ ਲਿਆ ਸੀਗਾ ਤੁਸੀਂ, ਤਾਂ ਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ। 4082-7252 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ ਜੋ ਐਸ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਸੀਂ ਐਪ ਡਾਊਨਲੋਡ ਕੀਤੀ ਹੋਈ ਆ, ਅਤੇ ਇਹ ਯੂਟਿਊਬ ਦੇ ਉੱਤੇ ਵੀ ਪੈ ਜਾਂਦੇ ਆ ਪ੍ਰੋਗਰਾਮ, ਅਤੇ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਸਕਦੇ ਆ। ਜਦੋਂ ਵੀ ਯੂਟਿਊਬ ਬਣ ਜਾਂਦੀ ਆ ਅਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਆ ਜਾਂਦੀ ਆ ਤਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਆ। ਇੱਕ ਪ੍ਰੋਗਰਾਮ ਇਹ ਹੋਰ ਵੀ ਹੈਗੇ ਆ ਪੰਜਾਬੀ ਰੇਡੀਓ ਜੋ, ਸਬਸਕ੍ਰਾਈਬ ਕਰ ਲਓ ਤੁਸੀਂ, ਅਤੇ ਚੱਲਦੇ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ। ਜਸਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਦਾਂ ਪੁੱਛਣਾ ਸੀਗਾ, ਸਾਡੇ ਮੇਰੇ ਮੰਮੀ ਦੇ ਨਾ ਲੱਤ 'ਚ ਜਿੱਦਾਂ ਬਲੱਡ ਕਲਾਟ ਜਿਹਾ ਬਣ ਗਿਆ, ਜਿੱਦਾਂ ਡਾਕਟਰ ਨੂੰ ਦੱਸਿਆ ਸੀਗਾ, ਉਹਨਾਂ ਨੇ ਸਾਰੇ ਸਕੈਨ ਸਕੂਨ ਕਰਕੇ ਦਵਾਈ ਤਾਂ ਦੇ ਦਿੱਤੀ ਹੈ। ਅਸੀਂ ਕਿਹਾ ਵੀ ਜੇ ਕੋਈ ਦੇਸੀ ਇਲਾਜ ਹੋਵੇ, ਕੋਈ ਭੈਣ ਭਾਈ ਜ਼ਰੂਰ ਦੱਸੇ ਦੀਦੀ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ। ਬਲੱਡ ਕਲਾਟ ਆਪਣੇ ਲੱਤ ਦੇ ਵਿੱਚ ਬਣ ਗਿਆ, ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। ਮਹਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੈਂ ਪੁੱਛਣ, ਜਿਹੜਾ ਆਲੇ ਦਾ ਪਾਊਡਰ ਉਹ ਕਿਵੇਂ ਲੈਣਾ ਵਾ, ਵੀ ਜਿਹੜੀ ਆਪਾਂ ਆਮ ਚਾਹ ਕਰਦੇ ਉਹਦੇ ਚ ਪਾਉਣਾ? ਇੱਕ ਮੇਰੀਆਂ ਲੱਤਾਂ ਬਹੁਤ ਟੁੱਟਦੀਆਂ ਨੇ, ਪਿੰਜਣੀਆਂ ਥੱਲੇ। ਉਦਾਂ ਮੈਨੂੰ ਅਰਜਨਾ ਪਾਊਡਰ ਦਾ ਇੰਨਾ ਕੁ ਤਾਂ ਪਤਾ ਆ ਵੀ ਉਹਨੂੰ ਇਕੱਲੇ ਨੂੰ ਉਦਾਂ ਹੀ ਪੀ ਲੈਂਦੇ ਆ ਲੋਕੀ, ਚਾਹ 'ਚ ਨਹੀਂ ਪਾਉਂਦੇ ਹੈਗੇ, ਪਾਣੀ 'ਚ ਹੀ ਪੀ, ਰਿੰਨ ਕੇ ਪਾਣੀ 'ਚ ਪੀਣਾ, ਪਾਣੀ 'ਚ ਰਿੰਨ ਕੇ ਵੀ ਪੀ ਲੈਂਦੇ ਆ। ਹਾਂ, ਬਾਕੀ ਆਪਾਂ ਹੋਰ ਕਿਸੇ ਨੂੰ ਪੁੱਛ ਲੈਂਦੇ ਜੇ ਕਿਸੇ ਕੋਲ ਐਕਸਪੀਰੀਅੰਸ ਹੋ। ਹਾਂ, ਚਲੋ ਠੀਕ ਠੀਕ ਆ। ਜਿਹੜੀਆਂ ਲੱਤਾਂ ਦੁਖਦੀਆਂ ਤੁਸੀਂ ਦੱਸਿਆ ਉਹ ਬਹੁਤ ਵਾਰੀ ਦੱਸਿਆ ਗਿਆ ਆ, ਕਾਲੀਆਂ ਮਿਰਚਾਂ ਜ਼ਰੂਰ ਰੱਖੋ ਬਣਾ ਕੇ। ਰਜਿੰਦਰ ਸਿੰਘ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਨਾ ਪਿਛਲੇ 3-4 ਮਹੀਨੇ ਤੋਂ ਲੈਫਟ ਮੋਢਾ ਫਰੀਜ਼ ਹੋ ਰਿਹਾ, ਤੇ ਇਹਨੂੰ ਪਿੱਛੇ ਸਾਲ ਕੁ ਪਹਿਲਾਂ ਇੰਡੀਆ ਦਿਖਾਇਆ ਸੀ, ਮਲ ਕੇ ਮੈਡੀਸਨ ਠੀਕ ਹੋ ਗਿਆ ਸੀ, ਪਰ ਫਿਰ ਦੁਬਾਰਾ ਹੁਣ ਫਰੀਜ਼ ਹੋ ਰਿਹਾ। ਮਾੜਾ ਜਿਹਾ ਪਿੱਛੇ ਘੁਮਾਉਂਦੇ ਬਹੁਤ ਦਰਦ ਹੁੰਦੀ ਆ, ਕੀ ਕੀਤਾ ਜਾਵੇ ਇਹਦਾ? ਇਹ ਉਹੀ ਆ ਜਿੱਦਾਂ ਤੁਸੀਂ ਪਹਿਲਾਂ ਆਪ ਹੀ ਇਲਾਜ ਦੱਸ ਦਿੱਤਾ, ਇਹ ਸਿਰਫ ਐਕਸਰਸਾਈਜ਼ ਆ ਇਹਦੀ, ਹੋਰ ਤੇ ਤੁਸੀਂ ਜਾਓਗੇ ਕੈਰੋਪ੍ਰੈਕਟਰ ਕੋ ਜਾਓਗੇ, ਹੋਰ ਕਿਸੇ ਕੋ ਜਾਓਗੇ, ਪੇਨ ਕਿਲਰ ਦੇ ਦੇਣਗੇ ਤੁਹਾਨੂੰ, ਥੋੜਾ ਕ ਬਿੰਗਾ ਸਿੱਧਾ ਘੁਮਾ ਦੇਣਗੇ, ਪਰ ਹੈ ਐਕਸਰਸਾਈਜ਼। ਅੱਛਾ, ਐਕਸਰਸਾਈਜ਼ ਹੈ, ਐਕਸਰਸਾਈਜ਼ ਦੁਬਾਰਾ ਹੁਣ ਲੱਪਿਆ, ਇਹ ਬਾਰ ਬਾਰ ਹੁੰਦੇ ਆ, ਬਾਰ ਬਾਰ ਹੁੰਦੇ ਆ, ਬਸ ਇਹਨਾਂ ਨੂੰ ਹਲਾਈ ਜਾਇਆ ਕਰੋ। ਅੱਛਾ ਜੀ, ਅੱਛਾ, ਚਲੋ, ਤੇ ਹੋਰ ਵੀ ਕਿਸੇ ਨੂੰ ਪਰਮਾਨੈਂਟ ਵੀ ਇਲਾਜ ਹੋ ਜੇ ਪਤਾ ਦੱਸਣਾ ਜ਼ਰੂਰ ਪੁੱਛਦੇ ਆਪਾਂ। ਥੈਂਕ ਯੂ ਜੀ, ਥੈਂਕ ਯੂ। ਮੁੰਡਾ ਫਰੀਜ਼ ਹੋ ਰਿਹਾ ਬਾਰ ਬਾਰ ਤੇ ਪਤਾ ਤੇ ਪਲੀਜ਼ ਜ਼ਰੂਰ ਦੱਸ ਦਿਓ। ਮਨਿੰਦਰ, ਮਿੱਠਾ ਸੋਡਾ ਜ਼ਰੂਰ ਪਿਆ ਕਰੋ ਵੈਸੇ, ਪਰ ਹੋਰ ਅੱਗੇ ਇਲਾਜ ਪ੍ਰੋਸਟੇਟ ਦਾ ਦੱਸਿਆ ਸੀਗਾ, ਤੇ ਤੁਸੀਂ ਜੇ ਕਿਸੇ ਨੇ ਲਿਖਿਆ ਹੋਇਆ ਤਾਂ ਚਿੱਠ ਕਰ ਦੋ। ਜਸਵਿੰਦਰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਤਮੋੜੀਆਂ ਲੜ ਗਈਆਂ ਸੀਗੀਆਂ ਜੀ, ਉਹ ਤਮੋੜੀਆਂ ਲਾ ਕੇ ਮੈਂ ਐਮਰਜੈਂਸੀ ਚੱਲ ਗਿਆ, ਤੇ ਉੱਥੇ ਉਹਨੇ ਮੈਨੂੰ ਦਵਾਈ ਦੇ ਦਿੱਤੀ, ਕਹਿੰਦੇ ਠੀਕ ਹੋ ਜਾਊਗੀ। ਉਹ ਦਵਾਈ ਖਾਧੀ, ਦਵਾਈ ਦੇ ਨਾਲ ਵੀ ਕੋਈ ਫਾਇਦਾ ਨਹੀਂ ਹੋਇਆ, ਤੇ ਮੇਰਾ ਫਿਰ ਬਲੱਡ ਪ੍ਰੈਸ਼ਰ ਵਧਣ ਲੱਗ ਪਿਆ। ਫਿਰ ਮੈਂ ਪ੍ਰਾਇਮਰੀ ਡਾਕਟਰ ਦੇ ਕੋਲ ਗਿਆ, ਉਹਨੂੰ ਵੀ ਦਵਾਈ ਦੇ ਦਿੱਤੀ, ਫਿਰ ਵੀ ਬਲੱਡ ਪ੍ਰੈਸ਼ਰ ਘਟਿਆ ਨਹੀਂ। ਜੇ ਕਿਸੇ ਭੈਣ ਭਰਾ ਨੂੰ ਬਲੱਡ ਪ੍ਰੈਸ਼ਰ ਇੱਦਾਂ ਕਿ ਹੋਇਆ ਹੋਵੇ ਜਾਂ ਇਹਦਾ ਇਲਾਜ ਹੋਵੇ ਤਾਂ ਦੱਸੇ ਕੋਈ ਜੀ। ਤਮੋੜੀਆਂ ਲੜਨੇ ਨਾ ਹੋ ਗਈ? ਹਾਂ, ਤਮੋੜੀਆਂ ਲੜਨਾ ਹੀ ਹੋ ਗਿਆ ਜੀ। ਕਦੋਂ ਦੀ ਗੱਲ ਆ ਇਹ?
ਇਹਨੂੰ 4-5 ਦਿਨ ਹੋ ਗਏ ਜੀ। ਅੱਛਾ, ਧਮੂੜੀਆਂ ਲੜਨ ਨਾਲ ਬਲੱਡ ਪ੍ਰੈਸ਼ਰ ਹਾਈ ਹੋ ਗਿਆ। ਹਾਂਜੀ, ਬਲੱਡ ਪ੍ਰੈਸ਼ਰ ਪਹਿਲਾਂ ਬਿਲਕੁਲ ਹੈ ਨਹੀਂ ਸੀ, ਨੋਰਮਲ ਸੀ। ਉਹ ਤੋਂ ਬਾਅਦ ਫਿਰ ਜਦੋਂ ਉਹਨੇ ਦਵਾਈ ਦਿੱਤੀ ਉਹਨਾਂ, ਫਿਰ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਫਿਰ ਪ੍ਰਾਈਮਰੀ ਡਾਕਟਰ ਦੇ ਗਿਆ, ਡਾਕਟਰ ਨੇ ਉਹਨੂੰ ਵੀ ਦਵਾਈ ਦਿੱਤੀ ਤੇ ਬਲੱਡ ਪ੍ਰੈਸ਼ਰ ਘਟਿਆ ਨਹੀਂ, ਓਨਾ ਹੀ ਹੋਈ ਜਾਂਦਾ ਫਿਰ ਹੜ ਹੜ ਕੇ। ਚਲੋ ਠੀਕ ਆ। ਵੈਸੇ ਕਈ ਚੀਜ਼ਾਂ ਦਾ ਨਾ ਨਵੀਆਂ ਦਾ ਪਤਾ ਲੱਗਦਾ ਆ, ਆਪਾਂ ਖਿਆਲ ਰੱਖਣਾ ਚਾਹੀਦਾ ਆ ਇਹ ਦਮੂੜੀਆਂ ਲੜਨੇ ਨਾ ਵਧਿਆ ਜਾਂ ਦਵਾਈ ਨਾ ਵਧਿਆ, ਕੁਛ ਵੀ ਹੈਗਾ ਜੇ ਕਿਸੇ ਕੋਲ ਵੀ ਇਲਾਜ ਹੋਇਆ ਤਾਂ ਦੱਸੋ। ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅਰੇ ਭਾਰ ਭਾਰ ਬਹੁਤ ਪਕਾਰ ਬੈਠਿਆਂ ਦਾ ਬਹੁਤ ਵਰ ਗਿਆ ਮੇਰੀ ਭੈਣ, ਕੋਈ ਦੱਸੇ ਭਾਰ ਬਾਰੇ ਜਾਂ ਜਗਵੀਰ ਸਿੰਘ ਜੀ ਵੀਰਵਾਰ ਨੂੰ ਦੱਸਣ ਕੋਈ ਭਾਰ ਘੱਟ ਕਰਨ ਦਾ। ਬਾਹਰ ਨਹੀਂ ਜਾਂਦੇ ਤੁਸੀਂ? ਬਾਹਰ ਥੋੜੀ ਜਿਹੀ ਸੈਰ ਗਏ, ਡਰੀ ਦਾ 80 ਸਾਲ ਦੀ ਉਮਰ, ਡਰੀ ਦਾ ਡਾਕਟਰ ਕੇ ਘਰੇ ਕਰ ਲਈ ਦੀ ਥੋੜੀ ਜਿਹੀ ਸੈਰ ਭੈਣ। ਤੁਹਾਡੀ 80 ਸਾਲ ਦੀ ਉਮਰ, ਤੁਸੀਂ ਤਾਂ ਬਾਕੀ ਡਰਾਤੇ। ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਭੈਣ ਮੇਰੀ, ਰਾਜ ਹੀ ਰੱਖੇ ਤੁਹਾਨੂੰ ਪਰਿਵਾਰ ਨੂੰ ਸਾਰੇ ਨੂੰ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜਗਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਵੈਸੇ ਜਦੋਂ ਤੁਸੀਂ ਬਾਹਰ ਸੈਰ ਵਗੈਰਾ ਕਰਨ ਜਾਂਦੇ ਨਾ, ਜੇ ਇੰਨਾ ਹੁਣ ਤੇ ਬਾਹਰ ਵੀ ਬਹੁਤੇ ਲੋਕ ਨਹੀਂ ਹੁੰਦੇ, ਘੰਟਾ ਘੰਟਾ ਨਾ ਡੇਢ ਡੇਢ ਘੰਟਾ ਸੈਰ ਕਰਿਆ ਕਰੋ ਜੇ ਟਾਈਮ ਹੈਗਾ ਤੇ, ਮੂੰਹ ਤੇ ਬੰਨੋ ਮਾਸਕ ਤੇ ਸੈਰ ਕਰੋ, ਨਾਲ ਲਓ ਪਾਣੀ ਦੀ। ਹਰਵਿੰਦਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜੀ, ਇੱਕ ਤਾਂ ਫੈਟੀ ਲੀਵਰ ਦਾ, ਹਾਂਜੀ, ਤੇ ਇੱਕ ਪੁੱਛਣਾ ਸੀ ਜਿਹੜਾ ਉਹ ਕਾਲੀਆਂ ਮਿਰਚਾਂ ਵਾਲਾ ਸ਼ੂਗਰ ਦਾ, ਨਹੀਂ ਉਹਦਾ ਨੁਕਸਾਨ ਮੈਨੂੰ ਪੂਰਾ ਪਤਾ ਨਹੀਂ ਲੱਗਾ ਜੀ, ਜਿਹੜੀ ਸੌ ਸੌ ਚੀਜ਼ ਆ। ਹਾਂਜੀ ਹਾਂਜੀ। ਚਲ ਕੋਈ ਨੀ, ਅੱਜ ਫਿਰ ਹੁਣ ਸੁਣਦੇ ਰਹੋ, ਲਿਖਾ ਦਿੱਤੀਆਂ ਜਾਣਗੀਆਂ। ਤੇ ਇੱਕ ਪੁੱਛਣਾ ਸੀ ਜਿਹੜਾ ਛਲੀਆਂ ਵਾਲਾ, ਉਹ ਆਪਣਾ ਕਿਡਨੀਆਂ ਵਾਲਾ, ਉਹ ਕੱਲੀਆਂ ਛਲੀਆਂ ਤੇ ਧਨੀਆ ਹੀ ਪਾਣਾ ਕਿ ਹੋਰ ਵੀ ਉਹ ਚ ਕੁਛ ਪਾਣਾ? ਭਾਜੀ ਕਈ ਵਾਰੀ ਅਸੀਂ ਦੱਸ ਦਿੰਦੇ ਹਾਂ ਵੀ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਓ, ਪਰ ਕਈ ਵਾਰੀ ਉਪਲਬਧ ਨਹੀਂ ਹੁੰਦੀਆਂ ਸਾਰੀਆਂ। ਜੇ ਤੁਹਾਨੂੰ ਕੋਈ ਕੱਲੀ ਚੀਜ਼ ਵੀ ਮਿਲਦੀ ਆ ਨਾ, ਉਹ ਚੀਜ਼ ਹੈਗੀ ਆ ਵੀ ਹਰ ਇੱਕ ਚੀਜ਼ ਦੇ ਵਿੱਚ ਵੱਖਰਾ ਵੱਖਰਾ ਗੁਣ ਆ, ਤੇ ਅਸੀਂ ਆਪਾਂ ਇਕੱਠੀਆਂ ਵੀ ਕਰ ਲੈਂਦੇ ਹਾਂ ਕਿਉਂਕਿ ਜਦੋਂ ਚੀਜ਼ਾਂ ਮਿਲ ਜਾਂਦੀਆਂ ਆ। ਜੇ ਇਕੱਲੇ ਛੱਲੀਆਂ ਦੇ ਵਾਲ ਮਿਲਦੇ ਆ ਨਾ, ਤੁਸੀਂ ਕਈਆਂ ਦਾ ਦਿਲ ਨਹੀਂ ਕਰਦਾ ਰੋਜ਼ ਪੀਣ ਨੂੰ, ਕਦੀ ਕੋਈ ਪੀ ਲਿਆ ਕਦੀ ਕੋਈ ਪੀ ਲਿਆ, ਪਰ ਪੀਆ ਕਰੋ, ਤੁਹਾਡੇ ਅੰਦਰੋਂ ਨਾ ਸਾਫ਼ ਹੋ ਜਾਵੇ ਸਾਰਾ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ। ਮਨਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਮਦਰ ਦੇ ਨਾ ਪਿੰਡੇ ਦੇ ਉੱਤੇ ਫੰਗਲ ਇਨਫੈਕਸ਼ਨ ਹੋਈ ਹੈ, ਕੋਈ ਉਹਦਾ ਦੇਸੀ ਇਲਾਜ ਹੋਇਆ ਤਾਂ? ਫੰਗਲ ਇਨਫੈਕਸ਼ਨ ਹੋ ਗਈ ਹੈ ਨਾ, ਫੰਗਲ? ਠੀਕ ਹੈ। ਲਾਲ ਦਾਣੇ ਹੋਏ ਨੇ ਤੇ ਦਵਾਈ ਲਈ ਹੈ, ਵੈਸੇ ਤਾਂ ਜਿਹੜੀ ਡਾਕਟਰ ਨੇ ਦੱਸੀ ਸੀ, ਪਰ ਕੋਈ ਬਾਲਾ ਆਰਾਮ ਨਹੀਂ ਅੰਗਰੇਜ਼ੀ ਦਵਾਈ ਨਾਲ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਣੀ ਕਾਲ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੇ ਇੱਕ ਮੇਰਾ ਕੁਐਸਚਨ ਹੈ ਜੀ, ਜਦੋਂ ਪਿੱਛੇ ਜੇ ਮੈਂ ਗੱਲ ਕੀਤੀ ਸੀ ਕਿਡਨੀਆਂ ਵਾਲੇ ਮਰੀਜ਼ ਦੀ, ਤੇ ਉਹਦੇ ਲਈ ਮੈਂ ਪੁੱਛਣਾ ਸੀਗਾ ਕਿ ਇੱਕ ਤੇ ਉਹਨਾਂ ਨੂੰ ਗੈਸ ਬਹੁਤ ਜ਼ਿਆਦਾ ਹੀ ਹੁੰਦੀ ਆ ਜਿੱਦਾਂ, ਤੇ ਕੁਛ ਵੀ ਖਾਧਾ ਨਹੀਂ ਜਾਂਦਾ, ਥੋੜੀ ਜਿਹੀ ਵੀ 1-2 ਚਮਚੇ ਖਾਣ ਨਾਲ ਵੀ ਗੈਸ ਹੋ ਜਾਂਦੀ ਆ, ਤੇ ਨਾ ਖਾਣ ਨਾਲ ਫਿਰ ਕਮਜ਼ੋਰੀ ਬਹੁਤ ਆਈ ਜਾਂਦੀ ਆ, ਤੇ ਦੂਜੀ ਗੱਲ ਹੈ ਬਈ ਮੂੰਹ ਦਾ ਟੇਸਟ ਜਿਹੜਾ ਦਵਾਈ ਖਾਣ ਕਰਕੇ ਆ ਜਾਂ ਕਿੱਦਾਂ, ਬਈ ਮੂੰਹ ਦਾ ਟੇਸਟ ਨਹੀਂ ਬਣ ਰਿਹਾ, ਬਹੁਤ ਜ਼ਿਆਦਾ ਹੀ ਬੈਡ ਟੇਸਟ ਆ, ਤਾਂ ਕਰਕੇ ਕੁਛ ਖਾਧਾ ਨਹੀਂ ਜਾ ਰਿਹਾ, ਕਿਉਂਕਿ ਕੋਈ ਵੀ ਚੀਜ਼ ਨਹੀਂ ਸਵਾਦ ਲੱਗਦੀ, ਨਾ ਕੋਈ ਫਰੂਟ ਤੇ ਨਾ ਕੋਈ ਓਦਾਂ ਫੂਡ। ਹਾਂਜੀ, ਤੇ ਰੋਟੀ ਸਬਜ਼ੀ ਕੁਛ ਵੀ ਜਿੱਦਾਂ। ਹਾਂਜੀ, ਤੇ ਇੱਕ ਮੈਂ ਗੈਸ ਦਾ ਇਲਾਜ ਦੱਸਣਾ ਵੀ ਆ, ਉਹਨਾਂ ਨੂੰ ਵੀ ਮੈਂ ਦੱਸਿਆ ਸੀ, ਮੈਂ ਕਿਹਾ ਇਹ ਵੀ ਟਰਾਈ ਕਰਕੇ ਜ਼ਰੂਰ ਦੇਖਿਓ, ਵੀ ਪਤਾ ਨਹੀਂ ਹੁੰਦਾ ਫਿਰ ਫੀਡਬੈਕ ਜ਼ਰੂਰ ਦਿਓ। ਉਹ ਇੱਦਾਂ ਕਰਨਾ ਕਿ ਇੱਕ ਟੁਕੜਾ ਲੈਣਾ ਆਪਾਂ ਦਾਲਚੀਨੀ ਦਾ, ਤੇ 1/2 ਚਮਚਾ ਲੈਣਾ ਧਨੀਏ ਦਾ, ਇਹਨੂੰ ਜਿੱਦਾਂ ਆਪਾਂ 2 ਕੱਪ ਪਾਣੀ ਦੇ ਵਿੱਚ ਬੋਇਲ ਕਰ ਲੈਣਾ, ਬੋਇਲ ਕਰਕੇ ਚੰਗੀ ਤਰ੍ਹਾਂ ਮੱਠੀ ਅੱਗ ਤੇ ਜਦੋਂ 1 ਕੱਪ ਰਹਿ ਜਾਵੇ, ਉਹਦੇ ਵਿੱਚ ਆਪਾਂ ਪਾਉਣਾ ਹੈਗਾ ਜੀ, ਜੇ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਨਹੀਂ ਪ੍ਰੋਬਲਮ ਹੈਗੀ ਤੇ ਕਾਲਾ ਲੂਣ ਪਾਉਣਾ ਵਿੱਚ, ਥੋੜਾ ਘੱਟ ਪਾ ਲਓ ਜਿੱਦਾਂ, ਤੇ ਆਪਣੇ ਸਵਾਦ ਅਨੁਸਾਰ, ਤੇ ਫਿਰ ਵਿੱਚ 1/2 ਨਿੰਬੂ ਨਿਚੋੜਨਾ ਆ, 1/2 ਨਿੰਬੂ ਨਿਚੋੜ ਕੇ ਇਹ ਚਾਹ ਵਾਂਗੂ ਪੀਣਾ ਘੁੱਟ ਘੁੱਟ ਕਰਕੇ। ਜੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਆ ਫਿਰ ਤੁਸੀਂ ਖਾਲੀ ਪੇਟ ਪੀਣਾ ਆ, ਤੇ ਰਾਤ ਦੀ ਰੋਟੀ ਖਾਣ ਤੋਂ ਬਾਅਦ 1 ਕੱਪ ਪੀਣਾ ਆ, 2 ਟਾਈਮ ਪੀਣਾ ਸ਼ੁਰੂ ਕਰੋ, ਇਹਦੇ ਨਾਲ ਵੀ ਗੈਸ ਨੂੰ ਬਹੁਤ ਫਰਕ ਪੈਂਦਾ ਤੇ ਤੁਹਾਡੀ ਫਿਰ ਟੋਇਲਟ ਦੀ ਪ੍ਰੋਬਲਮ ਵੀ ਜਿਹੜੀ ਉਹ ਹੱਲ ਹੋ ਜਾਂਦੀ ਆ। ਹਾਂਜੀ, ਤੇ ਇਹ ਜੇ ਦੋ ਹਾਂਜੀ ਉਹ ਦੋ ਗੱਲਾਂ ਜਿਹੜੀਆਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਤੇ ਦੂਜੀ ਗੱਲ ਜਿਹੜੀ ਇਹਨਾਂ ਨੇ ਹੁਣੇ ਹੀ ਪੁੱਛਿਆ ਸੀ ਕਿ ਇਨਫੈਕਸ਼ਨ ਵਾਲੀ, ਉਹ ਆਪਾਂ ਅੱਗੇ ਵੀ ਕਈ ਵਾਰ ਦੱਸਿਆ ਸੀ, ਮੈਂ ਵੀ ਉਹ ਜੂਸ ਕਰਕੇ ਦੇਖੀ ਆ ਬਲਵਿੰਦਰ ਜੀ, ਮੁਸ਼ਕਪੂਰ ਨੂੰ ਪੀਸ ਕੇ ਤੇ ਉਹਦੇ ਚ ਨਾਰੀਅਲ ਦੇ ਤੇਲ ਦੇ ਵਿੱਚ ਮਿਕਸ ਕਰਕੇ ਲਾਉਣਾ, ਜਿੱਦਾਂ ਨਹਾ ਕੇ ਤਾਂ ਬਾਅਦ ਵਿੱਚ ਉਹ ਲਾ ਲੈਣ, ਤੇ ਉਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ, ਕਿਉਂਕਿ ਮੈਂ ਆਪ ਇਹ
ਦੋ ਤਿੰਨ ਵਾਰੀ ਯੂਜ਼ ਕਰਕੇ ਦੇਖਿਆ। ਜਦੋਂ ਕਈ ਵਾਰ ਓਦਾਂ ਵੀ ਨਾ ਤੁਹਾਡੇ ਲੱਗ ਮਾੜੀ ਮੋਟਾ ਵੀ ਗਰਮੀ ਦੇ ਨਾਲ ਵੀ ਪਸੀਨਾ ਆ ਕੇ ਵੀ ਤੁਹਾਡੇ ਹੋ ਜਾਂਦੇ ਆ ਦਾਣੇ ਵੀ ਸਕਿਨ ਦੀ ਪ੍ਰੋਬਲਮ ਵੀ ਇਹਦੇ ਨਾਲ ਬਹੁਤ ਛੇਤੀ ਠੀਕ ਹੁੰਦੇ ਆ। ਸਕਿਨ ਦੀ ਪ੍ਰੋਬਲਮ ਕੋਈ ਵੀ ਆ ਨਾ ਬਹੁਤ ਵਧੀਆ। ਥੈਂਕ ਯੂ ਜੀ, ਤੇ ਇਹੀ ਮੇਰਾ ਸੀਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਦੇਖੋ ਇਹ ਜਿਹੜੀਆਂ ਕਈ ਵਾਰੀ ਨਾ ਆਮ ਚੀਜ਼ਾਂ ਹੁੰਦੀਆਂ ਉਹਨਾਂ 'ਤੇ ਆਪਾਂ ਯਕੀਨ ਨਹੀਂ ਕਰਦੇ, ਪਰ ਉਹ ਸਵਾਦ ਚੁਟਕੀ ਨਾਲ ਆਰਾਮ ਆਉਣ ਵਾਲੀ ਗੱਲ ਹੁੰਦੀ ਆ। ਸਾਰੇ ਜਣੇ ਇਸ ਚੀਜ਼ ਨੂੰ ਬਣਾ ਕੇ ਜ਼ਰੂਰ ਰੱਖੋ। ਨਿਆਣੇ ਸਿਆਣੇ ਤੁਹਾਡੇ ਕੋਈ ਵੀ ਸਕਿਨ 'ਤੇ ਪ੍ਰੋਬਲਮ ਹੈ ਨਾ, ਮੁਸ਼ਕਪੁਰ ਪਾ ਕੇ ਰੱਖੋ ਕੋਕੋਨਟ ਆਇਲ ਦੇ ਵਿੱਚ, ਛੇਤੀ ਅੱਜ ਕੱਲ੍ਹ ਤਾਂ ਗਰਮੀ ਹੈ ਨਾ, ਅੱਜ ਕੱਲ੍ਹ ਜਲਦੀ ਮੈਲਟ ਹੋ ਜਾਂਦਾ ਅਤੇ ਉਹ ਲਾ ਲਿਆ ਕਰੋ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਸੇ ਨੇ ਗੈਸ ਪਾਉਂਦੀ ਨਾ, ਵਿਨੀਗਰ ਪਾਣੀ 'ਚ ਪਾ ਕੇ ਜ਼ਰੂਰ ਲੈਣ ਕਰਨ, ਛੇਤੀ ਆਰਾਮ ਆਉਂਦਾ। ਵਿੱਚ ਨਿੰਬੂ ਨਿਚੋੜ ਲੈਗਾ, ਕਾਲੀ ਮਿਰਚ ਨਮਕ ਪਾ ਲਿਆ, ਉਹਦੇ ਨਾਲ ਲਾਜ਼ਮਾ ਜਿਹਾ ਠੀਕ ਛੇਤੀ ਹੋ ਜਾਂਦੀ। ਫਿਰ ਦਵਾਈ ਇਹ ਹੋਈ, ਮੈਂ ਗੋਲੀ ਕਦੀ ਖਾਂਦੀ ਨਹੀਂ। ਜਿਹਨਾਂ ਦੀ ਲੱਤ ਨੂੰ ਕਲਾਊਟ ਬਣਿਆ ਨੇ, ਇੱਕ ਤੋਂ ਫਰਕੜੀ ਖਾਣ ਤੇ ਇੱਕ ਨਾ ਮਾਲਿਸ਼ ਕਰਨ ਉੱਥੇ, ਤੇ ਇੱਕ ਲੱਤ ਨੂੰ ਤਈ ਕਰਕੇ ਕਰਨ ਸਿੱਧੀ। ਮੇਰੀ ਬੇਟੀ ਵੱਡੀ ਦਾ ਐਵੇਂ ਹੋ ਗਿਆ ਸੀ, ਉਹਨੂੰ ਫਰਕੜੀ ਬਣਾ ਕੇ ਦਿੱਤੀ ਤੇ ਘਿਓ ਤੇ ਜਵੈਣ ਸਾੜ ਕੇ ਨਾ ਬਦਾਮ ਦੀ ਗਿਰੀ ਤੇ ਮੋਟੀ ਇਲਾਚੀ ਲੱਤ ਮਲੀ ਤੇ ਐਕਸਰਸਾਈਜ਼ ਕੀਤੀ ਤੇ ਉਹ ਏਡਾ ਗੁੜੋਂ ਜਿਹਾ ਨਾੜ ਭਰੀ ਸੀ, ਉਹ ਠੀਕ ਹੋ ਗਈ। ਠੀਕ ਹੈ। ਪਿੰਜਣੀਆਂ ਦੁਖਦੀਆਂ ਤੁਸੀਂ ਦੱਸਦੇ ਪਿਆ ਜੇ ਕਾਲੀਆਂ ਮਿਰਚਾਂ ਨਿੰਬੂ ਵਾਲੀਆਂ ਖਾਣ ਤੇ ਘਿਓ ਤੇ ਮੋਟੀ ਇਲਾਚੀ ਵਾਲੀ ਘਿਓ ਸਾੜ ਕੇ ਨਾ ਜਵੈਣ ਪਾ ਕੇ ਬਦਾਮ ਪਾ ਕੇ ਉਹਦਾ ਘਿਓ ਦੀ ਮਾਲਿਸ਼ ਜ਼ਰੂਰ ਕਰਨ ਕਰੋ, ਬੜਾ ਛੇਤੀ ਆਰਾਮ ਆਉਂਦਾ। ਤੁਹਾਡੇ ਕੋਲ ਫੀਡਬੈਕ ਵੀ ਕਿਸੇ ਦੀ ਆਈ ਸੀ, ਇੱਕ ਜਿਹਨਾਂ ਨੇ ਮੋਢਾ ਫਰੀਜ ਨੇ ਬੇਟੇ ਕਿਸੇ ਕੋਲ, ਦੂਜੇ ਉਹਦੇ ਮੈਂਬਰ ਕੋਲ ਮਾਂ ਨੂੰ ਚੁਕਾਉਣ ਤੇ ਐਕਸਰਸਾਈਜ਼ ਕਰਨ ਤੇ ਇੱਕ ਉਹਨੂੰ ਮਾਲਿਸ਼ ਕਰਨ, ਜਿਸ ਮਰਜ਼ੀ ਤੇਲ ਗਰਮ ਕਰਕੇ ਕੋਈ ਸਾੜ ਕੇ ਜਿਹੜੀ ਕਰਨ, ਉਹਨੇ ਬੜਾ ਛੇਤੀ ਆਰਾਮ ਆਉਂਦਾ। ਜੀ ਜੀਰਾ ਉਬਾਲ ਕੇ ਨਾ ਵਿੱਚ ਨਿੰਬੂ ਪਾ ਕੇ ਗਲਾਸ ਪਾਣੀ ਦੇ ਵਿੱਚ ਜੀਰਾ ਪਾ ਲਓ ਚਮਚਾ ਦੋ ਚਮਚੇ ਤੇ ਵਿੱਚ ਨਿੰਬੂ ਨਿਚੋੜ ਲਓ, ਇੱਕ ਤੇ ਉਹਨੂੰ ਉਬਲਣ ਦਿਓ। ਜਦੋਂ ਪੌਣਾ ਕੁ ਰਹਿ ਜਾਏ ਨਾ ਉਹਨੂੰ ਕੋਸਾ 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 ਰਹਿ ਜਾਏ ਪੁਣ ਪਣ ਕੇ ਤੇ ਵਿੱਚ ਇੱਕ ਚਮਚਾ ਸ਼ਹਿਦ ਪਾ ਕੇ ਰੋਜ਼ ਪੀਂਦੇ ਰਹਿਣ ਤੇ 15 ਕੁ ਦਿਨਾਂ ਨੂੰ ਵੇਖੀ ਉਹਨਾਂ ਦਾ 10 ਪਾਉਂਡ ਵੇਟ ਘੱਟ ਜਾਏਗਾ। ਬਲੱਡ ਪ੍ਰੈਸ਼ਰ ਤੁਸੀਂ ਦੱਸਦਿਆ ਕਰੋ, ਸੌਂਫ ਹੀ ਪੀਤੀ ਜਾਣ ਬਸ ਇਹਦੇ ਨਾਲ ਠੀਕ ਹੋ ਜਾਣਗੇ, ਹੋਰ ਇਹ ਇੱਕੋ ਹੀ ਦਵਾਈ ਕਹਿੰਦੀ। ਪਪੀਤਾ ਖਾ ਲੈਣ, ਅੰਗੂਰ ਫਰਿੱਜ ਕੱਢ ਕੇ ਖਾ ਲੈਣ, ਗਾਜਰ ਦਾ ਜੂਸ ਨਿੰਬੂ ਨਿਚੋੜ ਕੇ ਪੀ ਲੈਣ, ਇਹਦੇ ਨਾਲ ਹੀ ਆਰਾਮ ਆ ਜਾਂਦਾ। ਗਦੂਦਾਂ ਵਾਲੇ ਨੂੰ ਹੁਣ ਮੈਂ ਦੱਸਦਿਆਂ 7 ਚੀਜ਼ਾਂ ਤੁਸੀਂ ਆਖਿਆ ਕਰੋ ਨਾ, ਯੂਟਿਊਬ 'ਚ ਵੇਖੋ ਸਾਰੀਆਂ ਦਵਾਈਆਂ ਪੈ ਜਾਂਦੀਆਂ ਨੇ। ਜੀ ਜੀ। ਤੇ ਸੁੱਕਾ ਧਨੀਆ 20 ਗ੍ਰਾਮ, ਜਾਂਗਰੜ 20 ਗ੍ਰਾਮ, ਸੁੰਡ 20 ਗ੍ਰਾਮ, ਜੌਂਖਾਰ 20 ਗ੍ਰਾਮ, ਸੁਹਾਗਾ 20 ਗ੍ਰਾਮ, ਕਲਮੀ ਛੋਰਾ 20 ਗ੍ਰਾਮ, ਟਿੱਕਰੀ ਸਾਦਰ 10 ਗ੍ਰਾਮ, ਇਹਨੂੰ ਕੁੱਟ ਲਵੋ। ਕਹਿੰਦਾ ਚਮਚੇ ਦਾ ਚੌਥਾ ਇੱਕ ਵਾਰ ਚਮਚਾ ਮਿਣ ਲਈਦਾ ਹੈ, ਮੈਂ ਕਰ ਰਹੀ ਨੇ ਫਿਰ ਚੌਥਾ ਹਿੱਸਾ ਬਣਾ ਕੇ ਰੋਜ਼ ਉਹਨੂੰ ਲਵੋ। ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾ ਆਮ ਪਿਆ ਦੁੱਧ ਇੱਥੇ, ਤੇ ਤੁਸੀਂ ਥੋੜੇ ਦਿਨਾਂ 'ਚ ਵੇਖੇ ਤੁਹਾਨੂੰ ਗਦੂਦਾ ਨਾ, ਬਲੈਡਰ 'ਚ ਨੁਕਸ ਹੋਵੇ, ਲਕੋਰੀਆ ਹੋਵੇ, ਇਨਫੈਕਸ਼ਨ ਹੋਵੇ, ਪਿਸ਼ਾਬ ਲੱਗ ਕੇ ਆਵੇ, ਇਹਨਾਂ ਗਦੂਦਾਂ ਹੋਣ, ਇੱਕੋ ਇਹੋ ਹੀ ਦਵਾਈ ਵਰਤ ਕੇ ਵੇਖੋ ਸਾਰੀ ਚੀਜ਼। ਬੰਦਿਆਂ ਨੂੰ ਇਨਫੈਕਸ਼ਨ ਹੋਵੇ, ਲੇਡੀ ਨੂੰ ਲਕੋਰੀ, ਇਹ ਦਵਾਈ ਨਾਲ ਆਰਾਮ ਆਈ ਜਾਂਦਾ। ਮਤਲਬ ਜਿਹਨੂੰ ਵੀ ਦੇਣੀ ਉਹਨੂੰ ਹੀ ਆਰਾਮ ਆ ਜਾਂਦਾ ਛੇਤੀ। ਸੀਜ਼ਰ ਪਾਰੋ ਵੀ ਨਿਆਜ ਬੋਝ ਦੇ ਜਿਹੜੇ ਪੱਤੇ ਨੇ ਨਾ ਰਸ ਤਾਜ਼ਾ ਕੱਢਣਾ ਹੈ, ਤਾਜ਼ਾ ਕੱਢ ਕੇ ਥੱਲੇ ਕਿਸੇ ਨੂੰ ਹੈ ਉਹ ਤਾਂ ਮੂੰਹ ਚੁੱਕੋ, ਛੱਤ ਪਾਸੇ ਨੱਕ ਉੱਚਾ ਹੋ ਜਾਵੇ, ਨੱਕ 3-3, 4-4 ਬੂੰਦਾਂ ਪਾਓਗੇ ਦਿਮਾਗ ਵਿੱਚ ਜਾਏਗਾ। ਥੱਲੇ ਚਿੱਟਾ ਕੱਪੜਾ ਵਿਛਾ ਲਓ, ਕੋਈ ਥਾਲੀ ਰੱਖ ਲਵੋ, ਜੇ ਤਾਂ ਨਿਆਜ ਬੋਝ ਦੇ ਪੱਤੇ ਦਾ ਰਸ ਸਹੀ ਹੋਵੇਗਾ ਉਸੇ ਵੇਲੇ ਨਿੱਛਾ ਉਹਨੇ ਭੁੜ ਕੇ ਟੀਕਾ ਵਾਸਤਾ ਕੀੜਾ ਬਾਹਰ ਨਿਕਲਿਆ ਆਵੇਗਾ। ਉਹਨੂੰ ਉਸ ਕੇ ਚੱਪਲ ਨਾ ਕਿਸੀ ਨਾ ਮਾਰ ਦਿਓ ਤੇ ਸਾੜ ਦਿਓ, ਬੜਾ ਜ਼ਹਿਰੀਲਾ ਹੈ, ਉਹਦਾ ਮੂੰਹ ਸਿਰ ਬੰਨ ਕੇ ਪਾਓ। ਜੇ ਤਾਂ ਅਸੀਂ ਨਿਆਜ ਬੋਝ ਦੇ ਪੱਤੇ 'ਚ ਪਾਉਂਦਿਆਂ ਨਾਲ ਹੀ ਕੀੜਾ ਨਿਕਲਿਆ ਹੋਵੇਗਾ। ਬੱਚੇ ਨੂੰ ਜਿਹੜੀ ਹੈਗੀ ਹੈ ਨਾ ਕਬਜ਼, ਮੇਰਾ ਇੱਕੋ ਬੱਚਿਆਂ ਦਾ ਇਲਾਜ ਹੈਗਾ, ਛੋਟਾ ਜਿਹਾ 200 ਗ੍ਰਾਮ ਮਰੱਕਾ ਪਾ ਲੈਣ, 200 ਗ੍ਰਾਮ ਗੁਲਕੰਦ ਪਾ ਕੇ ਤੇ ਫਿਰ 4 ਚਮਚੇ 5 ਘਿਓ ਪਾ ਕੇ ਚਟਣੀ ਬਣਾ ਲੈਣ, ਚਮਚਾ ਚਮਚਾ ਬੱਚੇ ਨੂੰ ਖਵਾਉਣ, ਉੱਤੋਂ ਥੋੜ੍ਹਾ ਕੋਸਾ ਦੁੱਧ ਪਿਆਉਣ ਤਾਂ ਉਹਨਾਂ ਨੂੰ ਠੀਕ ਹੋ ਜਾਣਗੇ। ਭੈਣ ਜੀ 2-3 ਵਾਰੀ ਪੁੱਛਿਆ ਸ਼ਰਾਬ, ਜਿਹਨੇ ਛੱਡਣੀ ਹੈ ਨਾ ਉਹਦਾ ਉਹਦਾ ਮਨ ਕਰੇਗਾ ਤਾਂ ਇਹ ਚੀਜ਼ਾਂ ਖਾਏਗਾ, ਜੇ ਉਹਦਾ ਮਨ ਹੈਗਾ ਧੱਕੇ ਨਾਲ ਖਵਾ ਕੇ ਕਦੀ ਨਹੀਂ ਛੁੱਟਦੀ ਹੁੰਦੀ। 2 ਸੇਬ ਉਬਾਲ ਲਓ, ਇੱਥੇ ਸਾਡੇ ਬੜੀ ਜਿਹੜੇ ਜਾਣਕਾਰ ਸੀ ਲੋਕਾਂ ਨੇ ਛੱਡੀ, ਜਿਹਨਾਂ ਦਾ ਜੀ ਕਰ ਰਿਹਾ ਸੀ ਛੱਡਣ ਨੂੰ, 2 ਸੇਬ ਰੈਡ ਉਬਾਲ ਲਓ, ਬਰੀਕ ਕੱਟ ਕੇ ਛਿਲਣੇ ਨਹੀਂ, ਜਦੋਂ ਇੱਕ ਗਲਾਸ ਰਵੇ ਉਹ ਬਿਲਕੁਲ ਸ਼ਰਾਬ ਬਣ ਜਾਏਗਾ। ਉਹਨੂੰ ਪੁਣ ਕੇ ਜੇ ਉਵੇਂ ਨਹੀਂ ਪੀਂਦਾ ਸ਼ਰਾਬ ਦੀ ਬੋਤਲ 'ਚ ਪਾ ਦਿਓ, ਕੁਛ ਨਹੀਂ ਵਿਗੜਦਾ। ਤੇ ਅਦਰਕ ਭਾਵੇਂ 2 ਪਾਉਂਡ ਛਿੱਲ ਕੇ ਅਚਾਰ ਤਰ੍ਹਾਂ ਕੱਟ ਕੇ ਸੀਂਧਾ ਲੂਣ ਪਾ ਕੇ ਬਾਹਰ ਰੱਖ ਦਿਓ, ਧੁੱਪੇ ਰਾਤੀ ਅੰਦਰ ਰੱਖਿਆ ਸਵੇਰੇ 3 ਦਿਨ ਰੱਖੋ, ਉਹ ਇੱਕ ਪਾਣੀ ਛੱਡ ਕੇ ਨਾ ਦਵਾਈ ਬਣ ਜਾਏਗੀ। ਫਿਰ ਉਹਦੇ ਪੀਲਾ ਨਿੰਬੂ ਨੂੰ ਚੋੜੋ, 3-4 ਸਵੇਰੇ ਚੂਸੇ, ਉਹਨੂੰ ਖਾਣਾ ਨਹੀਂ, ਜਦੋਂ ਫਿੱਕੇ ਹੋ ਜਾਣ ਜ਼ਬਾਨ ਦਾ ਸਵਾਦ ਬਦਲਣਾ, ਸੁੱਟ ਦਿੱਤੇ। ਫਿਰ 3 ਦੁਪਹਿਰੇ 3 ਸ਼ਾਮ ਨੂੰ ਹਫ਼ਤੇ ਬਾਅਦ ਵੇਖਿਆ ਜੇ ਸ਼ਰਾਬ ਛੁੱਟ ਜਾਏਗੀ ਉਹਦੀ, ਹੈ ਨਾ। ਇੱਕ ਮੈਂ ਉਹ ਕਹਿੰਦੀ ਸੀ, ਭੈਣ ਜੀ ਕਹਿੰਦੇ ਸੀ ਨਾ ਗਲਾ ਮੇਰੀ ਆਵਾਜ਼ ਬੰਦ, ਪਿਛਾਹ ਪਾਇਆ ਉਹ ਪਾਇਆ, ਉਹ ਨਾ ਜਿਹੜਾ ਪਿੱਤ ਪਾਪਰਾ, ਚਾਰੇ ਚੀਜ਼ਾਂ ਨੇ ਨਾ, ਅੱਧੇ ਚਮਚੇ ਤੇ ਥੋੜ੍ਹਾ ਪਾ ਲੈਣ, ਕੁਛ ਹਲਦੀ ਪਾ ਲੈਣ, ਸੌਂਫ ਲਾਚੀ ਪਾ ਲੈਣ, ਤੇ ਉਹਨੂੰ ਦੱਬ ਕੇ ਪਾਣੀ ਨੂੰ ਉਬਾਲਣਾ ਹੈ। ਜਦੋਂ ਉਬਲ ਜਾਵੇ ਥੋੜ੍ਹੀ ਜਿਹੀ ਪੱਤੀ
ਤੇ ਥੋੜਾ ਜਿਹਾ ਦੁੱਧ ਉਹਦੇ ਚ ਪਾਉਣਾ ਤੇ ਪਾਉਣ ਕੇ ਇੱਕ ਚਮਚਾ ਘਿਓ ਤੇ ਮਾੜਾ ਛੇ ਸੱਟ ਕੇ ਪੀਣ ਤੇ ਵੇਖਾਂ ਗਲਾ ਕਿਵੇਂ ਖੁੱਲਦਾ ਉਹਨਾਂ ਦਾ। ਅੱਛਾ ਜੀ, ਤੁਹਾਨੂੰ ਮੈਂ ਦੱਸਣ ਲੱਗੀ ਹਾਂ ਹੁਣ, ਉਹਨਾਂ ਨੇ ਭੈਣ ਜੀਆਂ ਨੇ ਪੁੱਛਿਆ ਸੀ ਨਾ ਕਿੰਨੀ ਵਾਰੀ ਉਹ ਪਾਰੋ ਆਪਣੇ ਬਲੈਡਰ ਦੇ ਉਹ ਨੁਸਖੇ ਪਾਰੋ, ਨੀਂਦ ਵਾਲੇ ਤਾਂ ਖਸਖਸ ਤੇ ਸੌਂਫ ਤੇ ਮਿਸ਼ਰੀ ਉਬਾਲ ਕੇ ਰਾਤੀ ਦੁੱਧ ਚ ਪੀ ਕੇ ਸੌਂ ਜਾਓ, ਤੁਹਾਨੂੰ ਨੀਂਦ ਆ ਜਾਏਗੀ, ਨਹੀਂ ਤਾਂ ਬਰਮੀ ਪਾਊਡਰ ਪਾ ਲਿਆ ਕਰੋ। ਨੀਂਦ ਆ ਕੀ? ਨੀਂਦ ਘਿਓ ਦੀ ਮਾਲਿਸ਼ ਕਰੋ, ਸਿਰ ਨੂੰ ਤਲੀਆਂ ਨੂੰ ਮਾਰੋ, ਨੀਂਦ ਹੀ ਆ ਜਾਏਗੀ। ਜਿਨ੍ਹਾਂ ਨੇ ਕਿਹਾ ਸੀ ਨਾ ਵਾਲ, ਬਲਵਿੰਦਰ ਮੇਰੇ ਬੇਟਾ ਅੱਗੇ ਵੀ ਦੱਸਿਆ ਸੀ, ਦੋ ਵਾਰ ਸੁਣਦੇ ਨੀ ਖੋਰੇ ਰਿਕਾਰਡ। ਮਸਰਾਂ ਦੀ ਦਾਲ ਇੱਕ ਚਮਚ, ਕੱਚਾ ਦੁੱਧ ਇੱਕ ਚਮਚ ਤੇ ਸ਼ਹਿਦ ਇੱਕ ਚਮਚ, ਨਿੰਬੂ ਦਾ ਰਸ ਇੱਕ ਚਮਚ, ਇਹਨੂੰ ਮਿਕਸ ਕਰ ਲੈਣ, ਉਹ ਪੇਸਟ ਜੀ ਬਣ ਜਾਏਗੀ। ਉਹਨੂੰ ਹੌਲੀ ਹੌਲੀ ਬਹਿ ਕੇ 10-15 ਮਿੰਟ ਲੇਪ ਕਰਕੇ ਨਾ, ਫਿਰ ਉਹਨੂੰ ਹੌਲੀ ਹੌਲੀ ਮਲੀ ਜਾਣ, ਉਤਾਂ ਨੂੰ ਬਾਲ ਲੈ ਜਾਣਗੇ। ਮੈਨੂੰ ਇਹ ਨਹੀਂ ਪਤਾ ਮੁੜ ਕੇ ਆਉਣਗੇ ਜਿਹਨੇ ਇੱਕ ਵਾਰੀ ਲੈ ਜਾਣਗੇ। ਦੂਜੀ ਗੱਲ ਹੈਗੀ ਹੈ ਵੀ ਅਸਲੀ ਇਹਦਾ ਜਿਹੜਾ ਜੰਡ ਦੀਆਂ ਫਲੀਆਂ ਵਾਲਾ ਨੁਸਖਾ ਮੁੜ ਕੇ ਨਹੀਂ ਆਉਂਦੇ, ਮੈਂ ਵਰਤਿਆ ਸੀ। ਉਹ ਭੈਣ ਜੀ ਹੁਣ ਸੁਣਦੇ ਨੇ ਜਿਹੜਾ ਦੋ ਜੀ, ਇਹ ਦਵਾਈ ਬੜੀ ਚੰਗੀ, ਬਲੈਡਰ ਨੂੰ ਕਮਜ਼ੋਰੀ ਹਟ ਜਾਂਦੀ, ਪਿਸ਼ਾਬ ਵਾਲੇ ਜਾਣਾ ਉਹ ਵੀ ਰੁਕ ਜਾਂਦਾ, ਤਾਕਤ ਮਿਲਦੀ, ਬੜੀ ਅੱਛੀ ਦਵਾਈ ਹੈ ਵਰਤੀ ਹੋਈ। ਲੋਹ ਭਸਮ ਇੱਕ ਤੋਲਾ, ਸਵਰਨ ਬੰਗ ਇੱਕ ਤੋਲਾ, ਸੁੱਚੇ ਮੋਤੀ ਭਸਮ ਇੱਕ ਤੋਲਾ ਤੇ ਬੰਗ ਭਸਮ ਇੱਕ ਤੋਲਾ, ਚਾਰੇ ਤੋਲੇ ਸ਼ੀਸ਼ੀਆਂ ਬੰਦ ਆਉਣੀਆਂ, ਰਲਾ ਲਓ। ਦੋ ਚੌਲ ਜਿੰਨੀ ਸ਼ਹਿਰ ਚ ਲੈ ਲਓ, ਪਿਸ਼ਾਬ ਵਾਲੇ ਚੰਗੀ ਨਹੀਂ ਤਾਂ ਮਲਾਈ ਵਿੱਚ ਲੈ ਲਿਆ ਕਰੋ, ਤੁਹਾਨੂੰ ਬੜਾ ਫਰਕ ਪੈ ਜਾਏਗਾ ਇਹਦੇ ਨਾਲ, ਕਈਆਂ ਨੂੰ ਆਰਾਮ ਆਇਆ। ਤੇ ਜਿਹੜਾ ਟੈਂਪਰੇਰੀ ਹੈ ਇਹ ਤਾਂ ਲਈ ਰੱਖਣ ਕਰਨ, ਔਲਾ ਪਾਊਡਰ ਕਾਲੇ ਤਿਲ ਜਿਹੜੇ ਮਿਕਸ ਕਰਕੇ ਇੱਕ ਚਮਚਾ ਖਾ ਲੈਣ, ਪੁੱਜੇ ਛੋਲੇ ਗੁੜ ਬਦਾਮ ਪਿਸਤਾ ਕੁੱਟ ਕੇ ਲੱਡੂ ਗੁੜ ਪਾ ਪੂ ਕੇ ਉਹ ਬਣਾ ਕੇ ਖਾ ਲੈਣ। ਨਿੱਕੀ ਨਿੱਕੀ ਚੀਜ਼ਾਂ ਤਾਂ ਖਾ ਸਕਦੇ ਨੇ ਘਰ, ਜਿੰਨਾ ਵੀ ਹੋ ਸਕੇ ਪਿਸ਼ਾਬ ਵਾਲੇ। ਮੈਂ ਤਾਂ ਚਿੱਟਾ ਲੂਣ ਪਾ ਕੇ ਦਿੱਤਾ ਦਹੀਂ ਚ, ਮੈਨੂੰ ਕਿਸੇ ਦੱਸਿਆ ਸੀ ਤੇ ਮੇਰਾ ਤੇ ਬੇਟੇ ਨੂੰ ਗਾਉਣ ਲੱਗ ਪਏ ਸੀ, ਆਰਾਮ ਆ ਗਿਆ ਝਾਟੀ। ਤੇ ਮੈਂ ਭੈਣ ਜੀ ਜਿਹੜੇ ਕਹਿੰਦੇ ਨੇ ਮੈਂ ਬਣਾਇਆ ਤੇ ਮੈਂ ਕਿਹਾ ਮੈਂ ਅੱਜ ਦੱਸਾਂਗੀ। ਜਿਹੜੀ ਕਹਿੰਦੇ ਨੇ ਸਿਰ ਦੀ ਕਮਜ਼ੋਰੀ ਹੈ, ਨਿੱਛਾ ਨਜ਼ਲਾ, ਸਿਰ ਕਮਜ਼ੋਰ, ਅੱਖਾਂ ਕਮਜ਼ੋਰ, ਬਸ ਆਹ ਮੈਂ ਪਹਿਲਾਂ ਦੱਸਣੀ ਹੁੰਦੀ ਹਾਂ ਤੇ ਮੈਂ ਵੀ ਬਣਾਇਆ ਹੁਣ ਥੋੜੇ ਦਿਨਾਂ ਵਾਸਤੇ, ਥੋੜੇ ਜਿਹਾ ਅਸੀਂ ਵੀ ਖਾਂਦੇ ਹੁੰਦੇ ਹਾਂ। 250 ਗ੍ਰਾਮ ਬਦਾਮ, 200 ਗ੍ਰਾਮ 50 ਗ੍ਰਾਮ ਚਾਰੇ ਮਗਜ, 250 ਗ੍ਰਾਮ ਖਸਖਸ ਤੇ ਵਿੱਚ ਥੋੜੀ ਜਿਹੀ ਕਾਲੀਆਂ ਮਿਰਚਾਂ ਸੁੱਟ ਦਿਓ ਜੇ, ਤੇ ਖਸਖਸ ਵੱਖਰੀ ਭਿਆਉਣੀ ਦੁੱਧ ਵਿੱਚ, ਤੇ ਤਿੰਨੇ ਚੀਜ਼ਾਂ ਵੱਖਰੀਆਂ ਭਿਆਉਣੀਆਂ ਨੇ। ਇਹ ਚਾਰੇ ਚੀਜ਼ਾਂ ਨੇ, ਬਦਾਮ, ਚਾਰੇ ਮਗਜ ਤੇ ਖਸਖਸ, ਤਿੰਨੇ ਚੀਜ਼ਾਂ। ਇਹਨਾਂ ਨੂੰ ਭਿਉਂ ਕੇ ਨਾ ਦੁੱਧ ਚ ਰੱਖ, ਦੁੱਧ ਖੁੱਲਾ ਪਾ ਦਿਓ ਵਿੱਚ, ਜਿਹਦੇ ਚ ਫੁੱਲੇ ਰਹਿਣ, ਚਾਹ 5ਵੇਂ ਦਿਨ ਕੱਢ ਕੇ ਦੁੱਧ ਨੂੰ ਚੋੜ ਲਓ। ਤੇ ਜਿਹੜੀ ਖਸਖਸ ਹੈ ਨਾ ਉਹਨੂੰ ਤੁਸੀਂ ਘਿਓ ਉਬਾਲ ਲਵੋ ਥੋੜਾ ਜਿੰਨਾ ਕੁ ਵੀ ਚਾਹੀਦਾ ਹੈ, ਤੇ ਉਹਨੂੰ ਇੱਕ ਵਾਰ ਪਾ ਕੇ ਨਾ ਬਦਾਮ ਕੱਢ ਲਓ ਤੇ ਫਿਰ ਵਿਚਾਰੇ ਮਗਜ਼ ਕੱਢ ਲਓ, ਤੇ ਭਾਵੇਂ ਇਕੱਠੇ ਪਾ ਕੱਢ, ਜਿਹੜੀ ਖਸਖਸ ਹੈ ਉਹਨੂੰ ਮਗਰੋਂ ਪਾ ਕੇ ਛੇਤੀ ਨਾਲ ਘਿਓ ਹੀ ਨਿਚੋੜ ਦੇਣਾ, ਤੜਕਾ ਹੀ ਲਾਉਣਾ, ਇਹਨੂੰ ਹੋਰ ਕੁਛ ਨਹੀਂ ਕਰਨਾ। ਬਿਲਕੁਲ ਘਿਓ ਨਿਚੋੜ ਕੇ ਇਹਨੂੰ ਗ੍ਰੈਂਡ ਕਰ ਲਓ, ਗ੍ਰੈਂਡ ਕਰਕੇ ਫਿਰ ਕੜਾਹੀ ਚ ਪਾ ਕੇ ਥੋੜਾ ਥੋੜਾ ਲਾਉਂਦੇ ਰਹੋ, ਜਦੋਂ ਦੁੱਧ ਸੁੱਕ ਜਾਏ ਮਾੜਾ ਮੋਟਾ ਗਿੱਲਾ ਪੂਣਾ ਸੁੱਕੇ, 200 ਗ੍ਰਾਮ ਪਾ ਕੇ ਨਾ ਇਹਨੂੰ ਜਲ ਪਿੰਕ ਪਿੰਕ ਹੋ ਜਾਏਗਾ ਨਾ, ਪੁੱਜਣ ਲੱਗ ਪਏਗਾ, ਤੇ ਵਿੱਚ 500 ਗ੍ਰਾਮ ਖੋਇਆ ਪਾ ਲਓ ਤੇ ਜਿੰਨੇ ਮਰਜ਼ੀ ਸਾ ਪਾ ਲਓ ਮਿੱਠਾ ਜਿੰਨਾ ਤੁਸੀਂ ਖਾਣਾ। ਰੋਜ਼ ਤੁਸੀਂ ਰਾਤ ਨੂੰ ਲੈਣਾ ਦੁੱਧ ਨਾਲ, ਤੁਸੀਂ ਫਿਰ ਵੇਖੋ ਜਾਂ ਜਿਹੜੀਆਂ ਮੈਂ ਦੱਸੀਆਂ ਨੇ, ਸਿਰ ਪੀੜ ਵਰਾ ਪਰੈ ਸਾਰਾ ਤੁਹਾਡਾ ਆਰਾਮ ਆ ਜਾਏਗਾ। ਤੇ ਇੱਕ ਭਾਈ ਸਾਹਿਬ ਕਹਿੰਦੇ ਪਏ ਸੀ ਨਾ ਆਪਣਾ ਆਪਣੇ ਮੇਰਾ ਮੋਟਾਪਾ ਨਹੀਂ ਆਉਂਦਾ, ਮੇਰਾ ਇਹ ਲਾਸਟ ਨੁਸਖਾ ਹੈ, ਤੇ ਉਹ ਮੈਂ ਉਹਨਾਂ ਨੂੰ ਕਹਾਂਗੀ। ਹੁਣ ਗਰਮੀ ਹੈਗੀ ਏ, ਤੇ ਗਰਮੀ ਦੇ ਵਿੱਚ ਨਾ ਮਨੱਕੇ ਤੇ ਖਜੂਰਾਂ ਦੁੱਧ ਚ ਉਬਾਲ ਕੇ ਪੀ ਸਕੋ ਰਾਤ ਨੂੰ, ਤੁਹਾਡੀ ਮਰਜ਼ੀ ਹੈ, ਨਹੀਂ ਤਾਂ ਗਲਾਸ ਦੁੱਧ 2 ਚਮਚ ਮੈਂਗੋ ਰਸ ਪਾ ਲਓ, 4 ਪਾ ਲਓ, ਤੇ ਪੱਕਾ ਰਸਿਆ ਕੇਲਾ ਪਾ ਲਓ, ਰਿੜਕੇ ਨਾ ਉਹ ਮੈਂਗੋ ਸ਼ੇਕ ਬਣਾ ਕੇ ਪੀਵੋ, ਤੁਹਾਡੀ ਤਾਕਤ ਵੀ ਮਿਲੇਗੀ ਤੇ ਮੋਟਾਪਾ ਵੀ ਆ ਜਾਏਗਾ। ਰੋਜ਼ ਪੱਕਾ ਹੀ ਰਸੇ 2 ਕਿਲੋ ਦੁੱਧ ਗਲਾਸ ਚ ਭਰ ਕੇ ਨਾ ਉਹਦੇ ਚ ਪਾ ਕੇ ਪੀਣ ਤੇ ਉਹਨਾਂ ਨੂੰ ਮੋਟਾਪਾ ਆ ਜਾਏਗਾ। ਇੱਕ ਇੱਕ ਬਦਾਮ ਤੇ ਜੇ ਜਿਹੜੇ ਬਦਾਮ ਤੇ ਛੁਆਰੇ ਰਾਤ ਨੂੰ ਭਿਉਂ ਦੇਣ ਕਰਨ, 4 ਛੁਆਰੇ 10 ਗਿਰੀਆਂ ਬਦਾਮਾਂ ਦੀਆਂ, ਸਵੇਰੇ ਤਾਜ਼ਾ ਮੱਖਣ ਪਾ ਕੇ ਮਿਸ਼ਰੀ ਪਾ ਕੇ ਖਾਣ ਤੇ ਉਹਨਾਂ ਨੂੰ ਮੋਟਾਪਾ ਵੀ ਆਵੇ, ਕਮਜ਼ੋਰੀ ਵੀ ਹਟ ਜਾਏਗੀ ਉਹਨਾਂ ਦੀ। ਤੇ ਆਹ ਮੈਂ ਉਹਦੇ ਪੱਥਰੀਆਂ ਵਾਲੀ ਦੱਸਦੇ, ਉਹਨਾਂ ਨੇ ਦੱਸੇ ਪੁੱਛਿਆ ਸੀ 2 ਵਾਰੀ ਪੁੱਛਿਆ ਉਹਨਾਂ ਨੇ, ਕਿਡਨੀ ਦੀ ਪੱਥਰੀ, ਹਾਂਜੀ ਦੱਸ, ਜੌਂ ਖਾਰ ਤੇ ਪੱਖੜਾ ਜਿਹੜਾ ਹੈ ਨਾ ਇਹਨੂੰ ਮਿਕਸ ਕਰਕੇ ਨਾ, ਰੋਜ਼ ਤਾਂ ਦੱਸ ਜਾਂਦੇ ਕੱਚੀ ਲੱਸੀ ਨਾਲ ਲੈਣ, ਕਿਡਨੀ ਦੀ ਪੱਥਰੀ, ਦਹੀਂ ਦੀ ਸੰਘਣੀ ਲੱਸੀ ਵਿੱਚ ਨਾ ਇੱਕ ਚਮਚ ਜੌਂ ਖਾਰ ਘੋਲ ਕੇ ਨਾ ਲੈਣ, ਤੇ ਇਹ ਵੀ ਜੌਂ ਖਾਰ ਤੇ ਆਪਣਾ ਇਹ ਵੀ ਪੱਥਰੀ, ਕਿਡਨੀ ਦੀ ਪੱਥਰੀ। ਪੱਥਰ ਚਾਰ ਦੇ ਪੇਪੇ ਜਿਹੜੇ ਨੇ ਇੱਥੇ ਮਿਲਦੇ ਨੇ ਕੰਧਾਂ ਨਾਲ ਲੱਗੀ, ਮੈਂ ਕਈ ਵਾਰੀ ਵੇਖੀ ਏ, 2 ਚਮਚੇ ਉਹਦਾ ਜੂਸ ਕੱਢ ਕੇ ਲੈਣ ਨਾ, ਉਹ ਵੀ ਪੱਥਰੀ ਕਿਡਨੀ ਦੀ ਵਾਸਤੇ, ਕਿਡਨੀ ਵਾਸਤੇ ਪੱਥਰੀ ਜੌਂ ਖਾਰ ਤੇ ਨਿੰਬੂ ਨਿਚੋੜ ਕੇ ਨਾ ਵਿੱਚ ਉਹ ਵੀ ਲੈਣ ਨਾ, ਜਿਵੇਂ ਜਿਵੇਂ ਉਸ ਕੰਜਵੀ ਤਰ੍ਹਾਂ ਬਣਾ ਕੇ ਕਲਮੀ ਛੋਰਾ ਪਾ ਕੇ ਤੇ ਜੌਂ ਖਾਰ ਪਾ ਕੇ, ਇਹਦੇ ਨਾਲ ਬੜੀ ਛੇਤੀ ਨਿਕਲ ਜਾਂਦੀਆਂ ਨੇ। ਬਸ ਇਹ 3-4 ਨੁਸਖੇ ਵਰਤਦੇ ਨੇ, ਤੇ ਜੇ ਕੰਜਣੀਆਂ ਵਾਲੇ ਖਾਰਾ ਸੋਡਾ ਵੀ ਪੀ ਸਕਦੇ ਨੇ, ਨਿੰਬੂ ਪੀਲੇ ਵਾਲਾ ਰਸ ਵੀ ਲੈ ਸਕਦੇ ਨੇ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਨਾਲੇ ਨਾਲ ਓਲਿਵ ਆਇਲ ਜ਼ਰੂਰ ਲਿਆ ਕਰੋ ਜੀ, ਇਹ ਬਹੁਤ ਹੁਣ ਡਾਕਟਰ ਲਿਆ ਗਿਆ। ਅੱਗੇ ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ ਸੀਗਾ, ਇੱਕ ਭਾਈ ਸਾਹਿਬ ਨੇ ਦੱਸਿਆ ਸੀ ਵੀ ਕੰਨਾਂ ਦਾ ਜਿਹੜੀ ਡੁੱਲਣ ਲੱਗ ਪਏ, ਪੀਕ ਜਾਣ ਲੱਗ ਪਏ, ਇੰਡੀਆ ਤੋਂ ਕੋਈ ਦਵਾਈ ਮੰਗਾਈ ਆ
अपने हल्दी पाना अश्वगंधा स्प्राइट बोतल भरी होंगी थोड़ा बड़ा कढ लेना डोल लेना जा किदा पाऊगा फिर गैस किदा बनूगा कढ सकते हैं थोड़ा जा प्लीज वैसे जे किसी ने दसना है एलोपैथी दवाई नहीं दसनी हैगी जे कोई देसी हैगी तो स्पेलिंग बोल जाओ अगला आपे मंगवा लूगा किसी का मेरा नहीं ख्याल आप कि कोई इन्नी खिचड़ कर लूगा फिर दवाई मंगवाऊगा फिर तुम पता नहीं कितने रहने अगला पता नहीं कहता है तो वो स्पैलिंग बोल दिया करो बंदा कोई ना कोई अपना कर सकता 4028272500 फोन नंबर है सुरेंद्र कौर जी कल दा मेरा वाला ही बुरा हाल होया कागज भी तिना गलां दा जरूर पुलिस साडे मूहरे हाथ जो भी मेनू दसो थैंक यू मेरा ख्याल सुरेंद्र जी तुहानू बहुत इलाज दसे तुसी बैक दा कहने जिहड़े तुहानू इलाज दस के गए आ ना इत्थे टाइम ला के 4-5 मिनट एक्सरसाइज दे पता नहीं तुसी रविंदर कौर जी मुंडा 24 साल ना खाने वाली नाली है प्रॉब्लम जख्म हो आराम आ दवाइया भी नहीं आ धड़कन मेरी बहुत तेज वधदी है तुरिया नहीं जांदा चार डिंगा भी बहुत औखियां मेरा दिल जदे धड़क धड़क वजन लग जांदा मैं ते जदे मैं फिर बैठ जांदी चार डिंगा तुर के अखां उरे नेर आ जांदा जदे पिछले वीक सुनिया सी तुहाडी भी धड़कन लास्ट वीक ਹਾਂਜੀ ਸੁਣਿਆ ਤਾਂ ਸੀਗਾ ਉਹਦੇ ਵਿੱਚ ਕਰੈਕਟਰ ਦੱਸਣ ਦਾ ਲੱਗੇ ਸੀ ਦਿਲ ਦੀ ਧੜਕਣ ਬਾਰੇ ਪਰ ਉਹਨੇ ਦਿਲ ਦੀ ਧੜਕਣ ਬਾਰੇ ਨਹੀਂ ਫਿਰ ਦੱਸਿਆ ਫਿਰ ਉਹਨਾਂ ਨੇ ਹੋਰ ਪੁਆਇੰਟ ਤੋੜ ਲਿਆ ਜਿਹਦੀ ਨਹੀਂ ਦੱਸਿਆ ਸੀ ਵੀ ਕਿਉਂ ਵੱਧਦੀ ਪਤਾ ਨਹੀਂ ਇਦਾਂ ਤਾਂ ਨਹੀਂ ਦੱਸਿਆ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਮੈਂ ਲਿਖਿਆ ਹੋਇਆ ਮੇਰੇ ਕੋਲ ਸਾਰਾ ਮੈਂ ਫਿਰ ਪੜ੍ਹ ਲੂੰ ਰੀਪੀਟ ਕਰ ਲੂੰ ਅੱਜ ਪੁੱਛ ਲੈਂਦੇ ਹਾਂ ਸੁਣ ਰਹੇ ਤੁਸੀਂ ਉਹਨੇ ਇਹ ਕਿਹਾ ਸੀਗਾ ਵੀ ਤੁਹਾਡੀ ਹੋ ਸਕਦਾ ਕੋਲੈਸਟ੍ਰੋਲ ਜਦੋਂ ਵੱਧ ਜਾਂਦੀ ਹੈ ਤੁਹਾਡੇ ਦਿਲ ਦੀ ਧੜਕਣ ਵੱਧ ਜਾਂਦੀ ਇਹ ਗੱਲ ਦੱਸੀ ਸੀਗੀ ਉਹਨਾਂ ਨੇ ਜਸਵੀਰ ਕੌਰ ਜੀ ਜਸਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ बेबी आ 2.5 साल का मुंह चो पानी बहुत निकलदा रहिंदा आ जिदा लाला निकल दी ना बच्चा दे इदा हटदियां नहीं ओहदे ठीक आ ਬੱਚਾ ਮੂੰਹ ਚੋਂ ਪਾਣੀ ਸਿੱਟਦਾ ਤੇ ਇਹਨਾਂ ਦੀ ਅੱਡੀ ਦੇ ਵਿੱਚ ਦਰਦ ਹੁੰਦੀ ਆ ਅੱਡੀ ਵਿੱਚ ਦਰਦ ਲਈ ਬਹੁਤੀ ਵਾਰੀ ਇਹ ਦੱਸਿਆ ਜਾਂਦਾ ਕਿ ਪੈਰ ਕਿਸੇ ਤੇਲ 'ਤੇ ਸੀ ਘਾਹ 'ਤੇ ਅਤੇ ਤੁਸੀਂ ਵੀ ਜ਼ਰੂਰ ਦੱਸਣੇ ਆ ਸਰੋਤਿਓ ਜੇ ਤੁਹਾਡੇ ਕੋਲ ਕੋਈ ਵੀ ਇਲਾਜ ਆ ਤਾਂ ਬੱਚੇ ਲਈ ਪਹਿਲਾਂ ਦੱਸਿਆ ਸੀਗਾ ਇੱਕ ਵਾਰੀ ਕੋਈ ਪਹਿਲਾਂ ਕਿ ਫਿੱਗ ਆ ਫਿੱਗ ਨੂੰ ਉਬਾਲ ਲਓ ਉਹੀ ਪਾਣੀ ਆ ਜਿਹੜਾ ਨਾ ਉਹ ਦੁੱਧ 'ਚ ਦੇ ਦਿਓ ਕਿਸੇ ਵੀ ਤਰ੍ਹਾਂ ਦੇ ਦਿਓ ਚਮਚੇ ਨਾਲ ਦੇ ਦਿਓ ਉਹਦੇ ਨਾਲ ਵੀ ਹਟ ਜਾਂਦੀ ਚੀਜ਼ ਜਿਹੜਾ ਪਾਣੀ ਸਿੱਟਦਾ ਆ ਬੱਚਾ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਗੁਰਪਾਲ ਜੀ ਕੰਨ ਚ 1.5 ਸਾਲ ਮਗਰੋਂ ਮੈਲ ਜੀ ਜੰਮ ਜਾਂਦੀ
ਸੁਣ ਨੂੰ ਹਟ ਜਾਂਦਾ ਫਿਰ ਕੰਨਾਂ ਤੋਂ। ਫਿਰ ਇੱਕ ਵਾਰੀ ਇਹ 2.5 ਸਾਲ ਹੋ ਗਏ ਉਦੋਂ ਇੰਡੀਆ ਤੋਂ ਵੀ ਇਹ ਕਰਵਾ ਕੇ ਆਈ ਹੈ ਕੁਛ, ਇਹ 2-3 ਦਿਨ ਕੰਨਾਂ ਦੇ ਵਿੱਚ ਕੁਛ ਪਾਇਆ ਸੀ, ਇਹ ਬੰਦ ਜੇ ਕਰਕੇ ਰੱਖੇ ਸੀ, ਥੋੜ੍ਹਾ ਜਿਹਾ ਚਿਰ ਠੀਕ ਹੋਈ ਹੈ, 1 ਸਾਲ ਕੁ ਮਗਰੋਂ ਫਿਰ ਸਾਨੂੰ ਹੋਸਪਿਟਲ ਤੋਂ ਜਾ ਕੇ ਕੰਨ ਧੋਣੇ ਪੈਂਦੇ ਨੇ, ਉਹ ਡਲੀ ਜੀ ਨਿਕਲਦੀ ਆ ਫਿਰ। ਅੱਛਾ, ਮੈਲ ਹੁੰਦੀ ਆ। ਤੇ ਹਾਲੇ ਹੁਣ ਫਿਰ ਉਸੇ ਤਰ੍ਹਾਂ ਹੀ ਹੁਣ ਫਿਰ ਹੋਇਆ, ਕੱਲ ਫਿਰ ਦਵਾਈ ਲੈ ਕੇ ਆਈਏ ਕਾਇਜ਼ਰ ਤੋਂ, ਪ੍ਰਿਸਕ੍ਰਿਪਸ਼ਨ ਤੋਂ ਲਿਖਵਾ ਕੇ ਤੇ ਲੈ ਕੇ, ਹੁਣ ਪਤਾ ਨੀ ਉਹ ਵਰਤੂ ਵੀ ਫਿਰ ਵੀ ਠੀਕ ਹੋਊਗਾ ਵੀ। ਅਸੀਂ ਨੀ ਚਾਹੁੰਦੇ ਵੀ ਹਰੇਕ ਸਾਲ ਵੀ ਇਹਦਾ ਕੰਨ ਧੋਈਏ ਅਸੀਂ। ਹਾਂਜੀ, ਸਾਨੂੰ ਪਲੀਜ਼, ਅਸੀਂ ਵੀਰ ਜੀ ਡਾਕਟਰ ਜਗਵੀਰ ਸਿੰਘ ਦਾ ਵੀ ਪ੍ਰੋਗਰਾਮ ਸੁਣਾਂਗੇ, ਅੱਜ ਵੀ ਦੇ ਸੁਣਾਂਗੇ ਅਸੀਂ ਸਾਰਾ ਪ੍ਰੋਗਰਾਮ ਵੀ। ਸਾਨੂੰ ਪਲੀਜ਼ ਕੋਈ ਜੇ ਕੋਈ ਪਤਾ ਲੱਗ ਜਾਵੇ, ਪੰਜਾਬੀ ਰੇਡੀਓ ਤੇ ਅਸੀਂ 2-3 ਦਵਾਈਆਂ ਆਲਰੇਡੀ ਯੂਜ਼ ਕੀਤੀਆਂ ਹੋਈਆਂ। ਠੀਕ ਹੈ। ਪਿਸ਼ਾਬ ਸੌਂ ਨਹੀਂ ਹੁੰਦਾ, ਤੇ ਜਿਹੜੀ ਦੂਜੀ ਆ ਤਿਲਾਂ ਵਾਲਾ ਮੈਂ ਉਹ ਕਰ ਚੁੱਕਾ ਆ ਗੁੜ ਦੇ ਨਾਲ, ਫਿਰ ਉਹ ਮੈਂ ਕਰ ਚੁੱਕਾ। ਅੱਛਾ, ਫਿਰ ਆਪਣੀ ਦਵਾਈ ਵੀ ਲੈ ਰਹੀ ਸੀਗੀ ਮੈਂ ਡਾਕਟਰ ਸਾਹਿਬ ਕੋਲ, ਆਪਣੇ ਕੋਲੋਂ ਫੈਮਿਲੀ ਵਾਲੇ ਤੋਂ, ਉਹ ਜਿਹੜੀ ਦਿੰਦੇ ਆ ਜੀ ਦਵਾਈ, ਜੇ ਉਹ ਮੈਂ ਲਗਾਤਾਰ 4 ਦਿਨ ਖਾਣਾ ਤੇ ਆਵਾਜ਼ ਨੂੰ ਰੁਕ ਜਾਂਦਾ ਜੀ, ਰੋਕ ਬੜੀ ਬੜੀ ਦੇਰ ਜਿੱਦਾਂ ਆਉਂਦਾ ਨੀ, ਉਹ ਪ੍ਰੋਬਲਮ ਪੈ ਜਾਂਦੀ। ਠੀਕ ਹੈ, ਹਾਂਜੀ ਜ਼ਰੂਰ ਜੀ, ਇਹ ਪ੍ਰੋਬਲਮ ਹੈ ਅਜਾਬ ਜੀ, ਸੁਣਦੇ ਰਹੋ ਤੁਸੀਂ, ਕਿਉਂਕਿ ਉਹ ਬਲੱਡ ਵੀ ਕਮਜ਼ੋਰ ਹੋ ਜਾਂਦਾ ਹੈ ਲੋਕਾਂ ਦੇ, ਕੋਈ ਨਾ ਕੋਈ ਤੁਹਾਨੂੰ, ਤੇ ਜਦੋਂ ਫਿਰ ਡਾਕਟਰ ਦੀ ਦਵਾਈ ਤੁਹਾਨੂੰ ਲੈਣੀ ਪੈਂਦੀ ਹੈ, ਤੁਸੀਂ ਆਪ ਵੀ ਘੱਟ ਕਰ ਲਿਆ ਫਿਰ ਜਿੰਨੀ ਉਹ ਦੱਸਦੇ ਆ ਉਹਦੇ ਨਾਲ ਕੁਛ। ਗੁਰਦੇਵ ਦੁਸਾਂਝ ਜੀ ਸੀਗਾ। ਕੋਈ ਕੰਮ ਨੀ ਕਰਦੀ ਜਿਹਨੂੰ ਕਬਜ਼ ਜ਼ਿਆਦਾ ਵੀ, ਇੱਕ ਭਾਈ ਸਾਹਿਬ ਨੇ ਦੱਸਿਆ ਵੀ ਬਹੁਤ ਜ਼ਿਆਦਾ ਕਬਜ਼ ਆ ਕਈ ਕਈ ਦਿਨ, ਉਹ ਸਭ ਤੋਂ ਵਧੀਆ ਇਹ ਇੱਕ ਕਾਇਮ ਚੂਰਨ ਆ, ਇਹ ਤਾਂ ਮੁੱਦਤਾਂ ਵੀ ਤੋੜ ਦਿੰਦਾ ਕਬਜ਼ ਨੂੰ। ਖਾਣੇ ਹਿਸਾਬ ਦੇ ਨਾਲ 2 ਤਰ੍ਹਾਂ ਮਿਲਦਾ, ਇਹ ਚੂਰਨ ਵੀ ਮਿਲਦਾ ਤੇ ਦੂਸਰੀ ਗੋਲੀ ਵੀ ਮਿਲਦੀ ਆ। ਇਹ ਆਪਣੀ ਲੋੜ ਦੇ ਮੁਤਾਬਿਕ ਇੱਕ ਵੀ ਖਾ ਸਕਦੇ, ਜਿੰਨਾ ਸੂਤ ਪੈਂਦਾ ਫਿਰ ਉਨਾ ਖਾਓ, ਇਹ ਤੋਂ ਬਿਨਾਂ ਕਬਜ਼ ਨਹੀਂ ਰੁਕਣੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰੋਤੇ, ਆਪਾਂ ਹੁਣ ਇੱਕ ਬ੍ਰੇਕ ਲੈਣੀ ਆ, ਬ੍ਰੇਕ ਲੈ ਕੇ ਵਾਪਸ ਆਵਾਂਗੇ, ਤੇ ਪ੍ਰੋਗਰਾਮ ਹੈ ਯੂਟਿਊਬ ਤੇ ਵੀ ਪੈ ਜਾਂਦਾ ਆ ਤੇ ਰੇਡੀਓ ਤੇ ਰਿਪੀਟ ਹੁੰਦਾ ਐਤਵਾਰ ਰਾਤ ਦੇ, ਆਉਂਦੇ ਵਾਪਸ ਇੱਕ ਬ੍ਰੇਕ ਤੋਂ ਬਾਅਦ। ਰੇਡੀਓ ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸੇ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ, ਹੋਮ ਰੈਮਡੀ ਦੀ ਗੱਲ ਕਰਦੇ ਹਾਂ ਜੋ ਰਿਸ਼ੀ ਮੁਨੀ ਵਰਤਦੇ ਸੀ ਜਾਂ ਅੱਗੇ ਬਜ਼ੁਰਗ ਵੀ ਵਰਤਦੇ ਸੀ। ਇਸ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ, ਜਿਹੜੀਆਂ ਚੀਜ਼ਾਂ ਲੈਣੀਆਂ ਉਹ ਆਪਣੀ ਸਿਹਤ ਦੇਖ ਕੇ ਲੈਣੀਆਂ, ਤੁਸੀਂ ਕਿ ਤੁਹਾਨੂੰ ਕਿਹੜੀ ਚੀਜ਼ ਪਚਦੀ ਆ, ਕਿਹੜੀ ਚੀਜ਼ ਤੋਂ ਤੁਹਾਨੂੰ ਅਲਰਜੀ ਆ, ਉਹ ਚੀਜ਼ਾਂ ਉਸ ਦੇ ਵਿੱਚ ਨਹੀਂ ਪਾਉਣੀਆਂ। ਬਾਏ ਗਰਮੀ ਇਹਦੇ ਨਾਲ ਹੋ ਜਾਂਦੀ ਆ, ਕਿਸੇ ਨੂੰ ਤਸੀਰ ਕਿਸੇ ਦੀ ਬਾਏ ਆ, ਕਿਸੇ ਦੀ ਗਰਮੀ ਆ, ਇਸੇ ਤਰ੍ਹਾਂ ਤੁਹਾਡੀਆਂ ਬੋਡੀਆਂ, ਉਹਨਾਂ ਨੂੰ ਦੇਖ ਕੇ ਚੀਜ਼ਾਂ ਨੂੰ ਲੈਣਾ ਆ। ਤੁਸੀਂ ਨਹੀਂ ਪਤਾ ਤਾਂ ਕਿਸੇ ਸਿਆਣੇ ਨੂੰ ਪੁੱਛ ਲਿਆ ਕਰੋ ਕਿ ਕਿਹੜੀ ਚੀਜ਼ ਗਰਮ ਹੈ ਤਾਂ ਕਿਹੜੀ ਚੀਜ਼ ਠੰਡੀ ਆ। ਚੱਲਾਂਗੇ ਪ੍ਰੋਗਰਾਮ ਵੱਲ, ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਕੌਰ ਮਾਂਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ ਟਰਲਿਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲਿਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਸੇਰੀ, ਗੁਰਮੀਤ ਸਿੰਘ ਚਾਲੀ ਐਸਕਲੋਨ, ਬੇਅੰਤ ਕੌਰ ਅਤੇ ਗੁਰਪ੍ਰੀਤ ਸਿੰਘ ਢਿੱਲੋਂ ਪਰਕਲੇ, ਸਤਵੰਤ ਕੌਰ ਸੇਖੋਂ ਯੂਨੀਵਰਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਤੰਦਰੁਸਤ ਰਹੋ, ਮਨੁੱਖਤਾ ਦੀ ਸੇਵਾ ਕਰਦੇ ਰਹੋ। 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਤੁਸੀਂ ਕੋਈ ਵੀ ਰੈਸਪੀ ਆ, ਹੋਮ ਰੈਮਡੀ ਦੱਸਣੀ ਆ, ਪੁੱਛਣੀ ਆ, ਉਹ ਕਾਲ ਕਰ ਸਕਦੇ ਜੀ। ਚੱਲਦੇ ਤੁਹਾਡੀਆਂ ਕਾਲਸ ਵੱਲ। ਕੁਲਵਿੰਦਰ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ 2 ਕੁਐਸਚਨ ਆ। ਹਾਂਜੀ, ਇੱਕ ਜਿੱਦਾਂ ਮੇਰੇ ਬੇਟੇ ਦੀ ਨਾ ਸਰਜਰੀ ਹੋਈ ਸੀ 8 ਮਹੀਨੇ ਪਹਿਲਾਂ, ਪੈਰ ਦੀ ਉਹਦੀ ਹੱਡੀ ਟੁੱਟ ਗਈ ਸੀਗੀ ਫਿਬਿਲਾ, ਤੇ ਉਹ ਹਲੇ ਤੱਕ ਉਹ ਹੀਲਡ ਨਹੀਂ ਹੋ ਰਹੀ ਹੈਗੀ, ਤੇ ਉਹਦਾ ਬਾਰੇ ਕੁਐਸਚਨ ਆ, ਜੁੜ ਨਹੀਂ ਰਹੀ ਉਹ, 8 ਮਹੀਨੇ ਪਹਿਲਾਂ ਹੋਇਆ ਸੀਗਾ। ਤੇ ਦੂਜਾ ਕੁਐਸਚਨ ਆ, ਮੇਰੀ ਬੇਟੀ ਜਿੱਦਾਂ 23 ਸਾਲ ਦੀ ਆ, ਉਹਦੇ ਜਿੱਦਾਂ ਅਚਾਨਕ ਸਾਰੀ ਬੋਡੀ ਤੇ ਨਾ ਕਾਲੇ ਕਾਲੇ ਨਿਸ਼ਾਨ ਜੇ ਆਉਣ ਲੱਗ ਪਏ ਆ, ਜਿੱਦਾਂ ਪੈਨੀ ਦੇ ਸਾਈਜ਼ ਦੇ ਹੈਗੇ ਆ। ਜੇ ਕਿਸੇ ਨੂੰ ਕੁਛ ਪਤਾ ਹੋਵੇ ਤਾਂ ਪਲੀਜ਼ ਪਲੀਜ਼ ਮੇਰੀ ਹੈਲਪ ਕਰਿਓ, ਕੁਛ ਦੱਸਿਓ। ਜ਼ਰੂਰ ਜੀ, ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਬੱਚਿਆਂ ਦੇ ਪ੍ਰਤੀ ਫਿਕਰ ਬੜਾ ਹੁੰਦਾ ਪੇਰੈਂਟਸ ਨੂੰ, ਪਲੀਜ਼ ਜ਼ਰੂਰ ਜੇ ਕਿਸੇ ਨੂੰ ਸ਼ੇਅਰ ਕਰ ਲਓ। ਅੱਗੇ ਕੁਲਵਿੰਦਰ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਭੈਣ ਜੀ ਮੈਂ ਪੁੱਛਣਾ ਸੀਗਾ, ਪਹਿਲਾਂ ਤੇ ਉਹ ਮੇਰਾ ਅੰਕਲ ਦੇ ਬਲੱਡ ਉਂਗਲੀਆਂ ਪੈਰਾਂ ਦੀਆਂ ਤਾਂ ਹੱਥਾਂ ਦੀਆਂ ਜਿੱਦਾਂ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਉਹਦੇ ਬਾਰੇ ਕੋਈ ਦੱਸੇ, ਤੇ ਦੂਸਰਾ ਹੈਗਾ ਵੀ ਜਿਹੜਾ ਹਲਦੀ ਵਾਲਾ ਸੋਡੇ ਦੀ ਬੋਤਲ ਵਿੱਚ ਉਹ ਥਾਇਰੋਇਡ ਲਈ ਆ ਜੀ, ਗੋਡਿਆਂ ਲਈ ਸੀ। ਅੱਛਾ ਜੀ ਗੋਡਿਆਂ ਲਈ ਆ ਉਹ, ਅੱਛਾ ਜੀ ਅੱਛਾ। ਤੇ ਨਾਲੇ ਭੈਣ ਜੀ ਤੁਸੀਂ ਪਿਛਲੀ ਵੀਕ ਦੱਸਿਆ ਸੀਗਾ ਉਹ ਜਿਹੜਾ ਅੱਖਾਂ ਦਾ ਪਾਣੀ ਬੋਤਲ ਮਿਲਦੀ ਆ, ਉਹ ਪਾਣੀ ਬਹੁਤ ਤਰ੍ਹਾਂ ਦਾ ਹੈ ਪਰ ਪਤਾ ਨਹੀਂ ਮੈਨੂੰ ਕਿਹੜਾ ਉਹਦਾ ਨਾਂ ਕੀ ਆ ਜੀ। ਅੱਖਾਂ ਧੋਣ ਲਈ ਹੁੰਦਾ ਆ ਪਾਣੀ ਤਾਂ ਉੱਤੇ ਲਿਖਿਆ ਹੁੰਦਾ, ਉੱਤੇ ਲਿਖਿਆ ਹੁੰਦਾ ਨੇ ਕੀ ਲਿਖਿਆ ਹੁੰਦਾ ਜੀ? ਆਈ ਵਾਟਰ ਇਸ ਤਰ੍ਹਾਂ ਕੁਛ ਲਿਖਿਆ ਹੁੰਦਾ ਆ, ਜੇ ਬਹੁਤ ਤਰ੍ਹਾਂ ਦਾ ਹੈਗਾ ਪੀਣ ਵਾਲਾ ਨਹੀਂ, ਦੂਜਾ ਲੈ ਪੀਣ ਵਾਲਾ ਨਹੀਂ। ਅੱਛਾ ਉਹ ਫਿਰ ਫਾਰਮੇਸੀ ਜੋ ਮਿਲਦਾ ਹੋਊਗਾ ਜੀ? ਹਾਂਜੀ ਹਾਂਜੀ ਉੱਥੇ ਬਾਹਰੋਂ ਹੀ ਮਿਲ ਜਾਣਾ ਆ, ਤਾਂ ਉਹਨਾਂ ਦਾ ਲਿਖਾਉਣਾ ਨਹੀਂ ਪੈਣਾ ਕਿਤੇ। ਓ ਅੱਛਾ ਜੀ, ਫਿਰ ਜਿੱਥੇ ਫਾਰਮੇਸੀ ਹੋਊਗੀ ਸਾਰੇ ਤਾਂ ਰਾਈਟ ਏਡ ਜਾਂ ਇਦਾਂ ਦੇ ਨਾਂ ਤੇ ਮਿਲ ਜਾਂਦਾ। ਪੁੱਛ ਲੈ ਉਹਨਾਂ ਨੂੰ। ਅੱਛਾ ਪੁੱਛਣਾ ਹੈਗਾ ਵੀ ਜਿੱਦਾਂ ਆਈ ਅੱਖਾਂ ਧੋਣੀਆਂ ਉਹਨਾਂ ਨੂੰ ਕਹੋ। ਓ ਅੱਛਾ ਜੀ ਅੱਛਾ, ਠੀਕ ਹੈ। ਥੈਂਕ ਯੂ ਭੈਣ ਜੀ। ਥੈਂਕ ਯੂ ਥੈਂਕ ਯੂ। ਸਰਿੰਦਰ ਕੌਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਿਛਲੇ ਵੀਕ ਮੈਂ ਉਹ ਪਲੇਟਲੈਟ ਦਾ ਦੱਸਿਆ ਸੀਗਾ ਜਿਹੜੇ ਵਧੇ ਆ, ਇਹ ਨੀ ਮੈਨੂੰ ਸਮਝ ਲੱਗੀ ਉਹ ਵਧੇ ਦਾ ਇਲਾਜ ਦੱਸਿਆ ਜਾਂ ਘਟੇ ਦਾ। ਇਹ ਮੇਰੀ ਬੇਟੀ ਦੇ ਵਧੇ ਆ। ਅੱਛਾ ਜੀ, ਪਲੀਜ਼ ਉਹ ਭੈਣ ਜੀ ਆਣ ਕੇ ਮੈਨੂੰ ਫਿਰ ਦੱਸ ਦੇਣ ਤਾਂ ਬਹੁਤ ਮਿਹਰਬਾਨੀ ਹੋ। ਦੱਸਿਆ ਕੀ ਸੀਗਾ ਉਹਨੇ? ਉਹਨਾਂ ਨੇ ਇੱਕ ਤਾਂ ਦੱਸਿਆ ਸੀਗਾ ਲਸਣ ਕੱਚਾ ਖਾਣਾ, ਅਨਾਰ ਦਾ ਜੂਸ, ਅਸ਼ਵਗੰਧਾ, ਜਿੰਕ ਬਲੋਵਾ, ਵਿਨੀਗਰ ਵੀ ਘਟਾਉਂਦਾ ਆ। ਠੀਕ ਹੈ, ਘਟਾਉਂਦਾ ਦੱਸਿਆ ਸੀ, ਪਤਾ ਨੀ ਹੁਣ ਮੈਨੂੰ ਫਿਰ ਵੀ ਨਾ ਜਿੱਦਾਂ ਹੈਗਾ ਆ ਵੀ ਇਹਦੇ ਵਧੇ ਆ ਸੈੱਲ, ਹਨਾ? ਅੱਛਾ ਵਧੇ ਹੋਆ, ਠੀਕ। ਹਾਂਜੀ ਉਹ ਪਲੇਟਲੈਟ ਵਧੇ ਆ। ਠੀਕ ਹੈ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਪੌਲ ਚਾਲ ਜੀ, ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਭੈਣ ਜੀ, ਮੈਂ ਕਈ ਵਾਰ ਕਾਲ ਕਰਦਾ ਰਹਿੰਦਾ ਹੈਗਾ, ਤੇ ਇੱਕ ਤੋਂ ਇਹਨਾਂ ਨੇ ਆਡੀਅੰਸ ਦੇ ਵਿੱਚ ਨੇ ਪੁੱਛਿਆ ਸੀ ਕਿਸੇ ਨੇ, ਕਿਸੇ ਕਾਲਰ ਨੇ ਮੇਰੀ ਬੈਕਗ੍ਰਾਉਂਡ ਬਾਰੇ। ਮੈਂ ਨਾ ਜਮਿੰਦਰਾ ਕਾਲਜ ਦੇ ਵਿੱਚੋਂ ਪ੍ਰੀ ਮੈਡੀਕਲ ਕੀਤੀ ਸੀ 2 ਸਾਲ ਦੀ, ਜਾਣੀ ਕਿ ਜਿਹਦੇ ਵਿੱਚ ਕਿ ਜਿਹੜਾ ਨਾ ਬੋਟਨੀ ਸਾਰੀ ਪੜ੍ਹਾਉਂਦੇ ਨੇ, ਪਲਾਂਟਸ ਬਾਰੇ ਸਾਰਾ ਕੁਛ ਪੜ੍ਹਾਉਂਦੇ ਨੇ, ਬਾਇਓਲੋਜੀ ਪੜ੍ਹਾਉਂਦੇ ਨੇ। ਫਿਰ ਉਸ ਤੋਂ ਬਾਅਦ 3 ਸਾਲ ਦੀ ਮੇਰੀ ਡਾਕਟਰ ਲੱਭਦੇ ਆ, ਮੈਂ ਤੁਹਾਨੂੰ ਪਰਸਨਲ ਫੋਨ ਲੈ ਕੇ ਤੁਹਾਤੋਂ ਨੁਸਖੇ ਪੁੱਛੀ ਜਾਣ ਜਿਹੜੇ ਤੁਸੀਂ ਦੱਸਦੇ ਹੋ। ਉਹ ਨਾ ਮੈਂ ਡਾਕਟਰ ਨਹੀਂ ਕਰ ਸਕਦਾ ਹੈਗਾ, ਕਿਉਂਕਿ ਮੇਰੇ ਕੋਲ ਲਾਇਸੈਂਸ ਨਹੀਂ ਨਾ ਹੈਗਾ ਡਾਕਟਰੀ ਦਾ। ਪਰ ਜਿਹੜੀ ਮੇਰੀ ਡਿਗਰੀ ਹੈਗੀ ਸੀ ਨਾ ਉਹ ਮਾਸਟਰ ਡਿਗਰੀ ਹੈਗੀ ਸੀ ਕੈਂਸਰ ਰਿਸਰਚ ਦੀ ਸੀ, ਜਿਹੜਾ ਹੁਣੇ ਇੱਕ ਪੁੱਛ ਕੇ ਗਏ ਸੀ ਨਾ ਵੀ ਉਹਨਾਂ ਨੂੰ ਈਸੋਫੇਜੀਅਲ ਅਲਸਰ ਹੈਗਾ, ਉਸ ਦੇ ਉੱਤੇ ਜਾਣੀ ਕਿ ਵੀ ਮੇਰੀ ਰਿਸਰਚ ਹੈਗੀ ਸੀਗੀ 1976 ਦਾ, ਬਲਕਿ ਗੋਲਡ ਮੈਡਲ ਮੈਨੂੰ ਉਸ ਚੀਜ਼ ਦਾ ਮਿਲਿਆ ਸੀਗਾ। ਫਿਰ ਇੱਥੇ 5 ਸਾਲ ਆ ਕੇ ਫਿਰ ਮੈਂ ਕਾਂਕੜ ਕੰਮ ਕੀਤਾ ਉਸ ਡਿਗਰੀ ਦੇ ਬੇਸ 'ਤੇ। ਪਰ ਹਾਂ ਮੈਂ ਡਾਕਟਰ ਬਿਲਕੁਲ ਨਹੀਂ ਹੈਗਾ, ਅਤੇ ਉਹਦੇ 'ਚ ਟੂ ਆਨਸਰ ਦੇਅਰ ਕੁਐਸਚਨ ਈਸੋਫੇਜੀਅਲ ਅਲਸਰ ਦਾ, ਕਿ ਇਹ ਹੈਗਾ ਇਹ ਫੂਡ ਪਾਈਪ ਹੈਗੀ ਹੈਗੀ, ਕਈ ਵਾਰ ਹੁੰਦਾ ਹੈਗਾ ਕਿ ਇਹਦੇ 'ਚੋਂ ਸਟੋਮਕ ਦੇ ਵਿੱਚੋਂ ਜਿਹੜੇ ਹੈਗੇ ਨੇ ਐਸਿਡ ਉੱਪਰ ਆ ਕੇ ਨਾ ਇਹਨੂੰ ਇਰੀਟੇਟ ਕਰਦੇ ਰਹਿੰਦੇ, ਉੱਥੇ ਅਲਸਰ ਬਣ ਜਾਂਦਾ ਹੈ। ਉਹਦਾ ਸੌਖਾ ਤਾਂ ਆਪਾਂ ਜਿਸ ਤਰ੍ਹਾਂ ਪਿੱਛੇ ਦੱਸਦੇ ਰਹੇ ਹਾਂ ਕਿ ਸੌਖਾ ਤਰੀਕਾ ਇਹ ਹੈਗਾ ਕਿ ਉਹ ਮਲੱਠੀ ਖਾਣ, ਤੇ ਉਹਦੇ ਨਾਲ ਕਿਉਂਕਿ ਉਹ ਹੀਲਿੰਗ ਦੇ ਵਿੱਚ ਹੈਲਪ ਕਰ ਰਹੀ ਹੈ। ਦੂਸਰਾ ਉਹ ਕੋਈ ਵੀ ਐਸਪਰੀਨ ਨਾ ਲੈਣ। ਤੀਸਰੀ ਗੱਲ ਆ ਉਹ ਬਿਲਬੈਰੀ ਜਿਹੜੀਆਂ ਬੈਰੀਜ਼ ਹੈਗੀਆਂ ਨਾ ਉਹ ਖਾਣ, ਕਿਉਂਕਿ ਉਹ ਬੜੀਆਂ ਨਾ ਜਿਹੜੀ ਹੈਗੇ ਨੇ ਨਰਿਸ਼ ਕਰਦੀਆਂ ਹੈਗੇ ਨੇ ਇਸ ਨੂੰ ਇੰਟੈਸਟਾਈਨਸ ਨੂੰ, ਹੈਨੀ? ਅੱਛਾ, ਤੇ ਚੌਥਾ ਜਿਹੜਾ ਹੈਗਾ ਵੀ ਉਹ ਚਾਹ ਪੀ ਸਕਦੇ ਕੈਮੋਮਿਲ ਦੀ। ਪੰਜਵਾਂ ਜਿਹੜਾ ਹੈਗਾ ਗਾ ਉਹ ਜਿਹੜਾ ਆਪਣਾ ਕੁਆਰ ਹੈ ਐਲੋਵੇਰਾ ਹੈਗਾ ਉਹਦਾ ਜੂਸ ਪੀ ਸਕਦੇ ਨੇ, ਇਹ ਪੱਤ ਗੋਭੀ ਦਾ ਜੂਸ ਪੀ ਸਕਦੇ ਨੇ, ਭਿੰਡੀਆਂ ਖਾ ਸਕਦੇ ਹੈਗੇ ਨੇ। ਇਹ ਚੀਜ਼ਾਂ ਸਾਰੀਆਂ ਥੋੜੀਆਂ ਥੋੜੀਆਂ ਨੇ, ਸਾਰੀਆਂ ਹੈਲਪ ਕਰਨਗੀਆਂ। ਅੱਛਾ, ਤੇ ਇੱਕ ਜਿਹੜਾ ਭੈਣ ਨੇ ਹੋਰ ਆਪਾਂ ਨੂੰ ਕਾਲ ਕੀਤਾ ਸੀ ਵੀ ਉਹਨਾਂ ਦੇ ਬੇਟੇ ਦੀ ਨਾ ਫਿਬਲਾ ਹੱਡੀ ਜਿਹੜੀ ਹੈਗੀ ਹੈ ਉਹਦੇ 'ਚ ਕਰੈਕ ਆਇਆ ਹੈਗਾ। ਹਾਂ ਇਹ ਬਾਕੀ ਜਿਹੜਾ ਨਾ ਇਹਨੂੰ ਹੀਲ ਕਰਨ ਹੋਣ ਵਾਸਤੇ ਕਾਫੀ ਦੇਰ ਲੱਗਦੀ ਹੈ। ਇੱਕ ਅੰਗਰੇਜ਼ੀ ਦੀ ਹਰਬ ਹੈਗੀ ਹੈ ਕੌਂਫਰੇ, ਉਹਨੂੰ ਕਹਿੰਦੇ ਨੇ COMFREY, ਕੌਂਫਰੇ। ਅਤੇ ਉਹ ਜਿਹੜਾ ਹੈ ਨਾ ਉਹਦੀ ਟੀ ਲੈ ਕੇ ਉਹਨੂੰ ਦੇਣ, ਕਿਉਂਕਿ ਉਹਦੇ 'ਚ ਨਾ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈਗਾ, ਅਤੇ ਉਹ ਨਾ ਹੱਡੀ ਜੋੜਨ ਦੇ ਵਿੱਚ ਬਹੁਤ ਹੀ ਲਾਹੇਵੰਦ ਹੈ। ਠੀਕ ਹੈ ਜੀ। ਬਾਕੀ ਜਿਹੜਾ ਹੈਗਾ ਉਹਨੂੰ ਖਾਣ ਵਾਸਤੇ ਤਿਲ ਦੇਣ। ਹਾਂਜੀ, ਜਿਹੜਾ ਹੈਗਾ ਨਾ ਇੱਕ ਜਿਹੜੀ ਚੀਜ਼, ਕਿਉਂਕਿ ਹੁਣ ਉਸ ਬੱਚੇ ਨੂੰ ਜਿਹੜਾ ਨਾ ਕੈਲਸ਼ੀਅਮ ਦੀ ਜ਼ਿਆਦਾ ਜ਼ਰੂਰਤ ਹੈ, ਮੈਂ ਉਹਦੀ ਲਿਸਟ ਉਹਨਾਂ ਨੂੰ ਹੁਣ ਬੋਲ ਕੇ ਦੱਸ ਦਿੰਦਾ ਵੀ ਕੈਲਸ਼ੀਅਮ ਨਾ ਇਹਨਾਂ ਚੀਜ਼ਾਂ 'ਚ ਹੁੰਦਾ। ਇਹ ਵਰਤਣ ਦੀ ਕੋਸ਼ਿਸ਼ ਕਰਨਾ ਤੁਲਸੀ, ਥਾਈਮ THYME, ਪੱਤ ਗੋਭੀ, ਭਿੰਡੀ, ਪਾਲਕ, ਗਾਜਰ, ਲਾਲ ਰਾਜਮਾ ਅਤੇ ਮਲੱਠੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹਨਾਂ ਵਾਸਤੇ ਲਾਹੇਵੰਦ ਹੈਗੀਆਂ ਨੇ। ਠੀਕ ਹੈ। ਅੱਛਾ ਜੀ, ਤੀਸਰਾ ਜਿਹੜਾ ਹੈਗਾ, ਇੱਕ ਭੈਣ ਜੀ ਆਪਾਂ ਨੂੰ ਕਾਲ ਆਈ ਸੀ ਵੀ ਸ਼ਾਇਦ ਉਹ ਕਹਿ ਰਹੇ ਸੀ ਕਿ ਉਹਨਾਂ ਦੇ ਮਦਰ ਦੇ ਸ਼ਾਇਦ ਲੱਤਾਂ ਦੇ ਵਿੱਚ ਬਲੱਡ ਕਲੋਟ ਹੋ ਗਿਆ ਹੈਗਾ। ਹਾਂਜੀ ਹਾਂ, ਉਹਦਾ ਇਹ ਹੈਗਾ ਕਿ ਤਕਰੀਬਨ ਆਮ ਕਰਕੇ ਨਾ ਇਹ ਕੋਲੈਸਟ੍ਰੋਲ ਜ਼ਿਆਦਾ ਵਧਣ ਕਰਕੇ ਹੁੰਦਾ ਹੈਗਾ, ਅਤੇ ਜਦੋਂ ਬਲੱਡ ਦੀ ਸਰਕੂਲੇਸ਼ਨ ਘੱਟ ਜਾਂਦੀ ਹੈ ਤਾਂ ਫਿਰ ਉੱਥੇ ਕਲੋਟ ਬਣ ਕਰਕੇ ਨਾ ਫਿਰ ਉੱਥੇ ਨੀਲ ਪੈ ਜਾਂਦੇ ਹੈਗੇ ਨੇ, ਅਤੇ ਉੱਥੇ ਫਿਰ ਬਹੁਤ ਜ਼ਿਆਦਾ ਪੇਨ ਹੁੰਦੀ ਹੈਗੀ ਹੈ। ਉਹਦਾ ਇਹ ਹੈਗਾ ਕਿ ਵੀ ਸਭ ਤੋਂ ਸੌਖਾ ਤਰੀਕਾ ਤਾਂ ਉਹ ਪਾਈਨ ਐਪਲ ਜਾਂ ਅਨਾਨਾਸ ਉਹ ਆਪਣੀ ਡਾਇਟ ਦੇ ਵਿੱਚ ਵਧਾਉਣ।
ਠੀਕ ਆ। ਦੂਸਰਾ ਆਪਣਾ ਦੇਸੀ ਤਰੀਕਾ ਇਹ ਹੈਗਾ ਕਿ ਵੀ ਸੋਫੇ ਦੇ ਉੱਤੇ ਨਾ ਪੈ ਕੇ ਹਰ 3-4 ਘੰਟਿਆਂ ਬਾਅਦ ਆਪਣੀਆਂ ਜਿਹੜੀਆਂ ਲੱਤਾਂ ਨੂੰ ਥੋੜਾ ਉੱਚਾ ਕਰਨ, ਤਾਂ ਕਿ ਜਿਹੜਾ ਖੂਨ ਹੈ ਨਾ ਥੱਲੇ ਯਾਨੀ ਕਿ ਵੀ ਉਤਰਿਆ ਪਏ। ਤੇ ਫਿਰ ਉਹ ਅਲਸੀ ਦੇ ਤੇਲ ਦੀ ਮਸਾਜ ਕਰ ਸਕਦੇ ਨੇ। ਇੱਕ ਜਿਹੜਾ ਹੈ ਨਾ, ਜਾਂ ਓਵਰ ਦਾ ਕਾਊਂਟਰ ਮਿਲ ਜਾਂਦੀ ਹੈ, ਉਹਨੂੰ ਕਹਿੰਦੇ ਵਿੱਚ ਹੇਜ਼ਲ ਕਹਿੰਦੇ ਨੇ, WHWIT CH ਹੇਜ਼ਲ, HAZEL ਹੇਜ਼ਲ, ਉਹਦੀ ਕਰੀਮ ਮਿਲ ਜਾਂਦੀ ਹੈ। ਤੇ ਇਹ ਨਾ ਵੈਰੀਕੋਜ਼ ਵੇਨਸ ਨੂੰ ਵੀ ਠੀਕ ਕਰਨ ਵਾਸਤੇ ਹੁੰਦੀ ਹੈ ਕਿ ਇਹ ਜਿਹੜੀ ਹੈ ਨਾ ਬਹੁਤ ਜ਼ਿਆਦਾ ਸਰਕੂਲੇਸ਼ਨ ਵਧਾਉਂਦੀ ਹੈ। ਠੀਕ ਹੈ ਜੀ। ਤੇ ਬਸ ਇਹੀ ਕੁਛ, ਉਹ ਬਾਕੀ ਜਿਹੜੇ ਕੈਲਸ਼ੀਅਮ ਵਾਲੇ ਜਿਹੜੀ ਮੈਂ ਚੀਜ਼ਾਂ ਦੱਸੀਆਂ ਨੇ, ਉਹ ਤੁਲਸੀ ਹੈ, ਡੈਂਡਲੀਨ ਹੈ, ਪੱਤ ਗੋਭੀ ਹੈਗੀ ਹੈਗੀ, ਉਹ ਪਾਲਕ ਜ਼ਿਆਦਾ ਖਾਣ, ਗਾਜਰਾਂ ਜ਼ਿਆਦਾ ਖਾਣ, ਹੈ ਜੀ, ਸੈਲਰੀ ਦੇ ਸੀਡ ਵੀ ਜ਼ਿਆਦਾ ਖਾ ਸਕਦੇ ਨੇ। ਇਹ ਸਿਰਫ ਨਾ ਪਤਲਾ ਕਰਨ ਵਾਸਤੇ ਨਾ ਖੂਨ ਨੂੰ, ਤੇ ਬਸ ਇਹ ਚੀਜ਼ਾਂ ਆਪਣੇ ਕੋਲ ਅਵੇਲੇਬਲ ਹੈਗੇ ਨੇ। ਚਲੋ, ਪਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਧੰਨਵਾਦ ਜੀ। ਕਮਲ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਐਕਚੁਅਲੀ ਮੈਂ ਪਿੱਛੇ ਬਹੁਤ ਪੇਨ ਆ, ਇੱਕ ਤਰ੍ਹਾਂ ਵੀ ਉਹਨਾਂ ਦਾ ਮੋਢਾ ਜਿਹੜਾ ਫਰੀਜ਼ ਏ ਹੋਇਆ ਹੋਇਆ ਆ, ਲੈਫਟ ਸਾਈਡ ਤੇ, ਕਿਸੇ ਵੀ ਸਾਈਡ ਦੇ ਮੂਵ ਨਹੀਂ ਕਰਦਾ। ਉਹਨਾਂ ਨੇ ਫਿਜ਼ੀਓਥੈਰੇਪੀ ਵੀ ਕਰਵਾ ਲਈ, ਕਾਇਰੋਪ੍ਰੈਕਟਰ ਵੀ ਜਾਇਆ, ਇੱਕ ਮੈਡੀਸਨ ਵਗੈਰਾ ਵੀ ਲੈ ਲਈਆਂ, ਤੇ ਉਹਦੇ ਕਰਕੇ ਹੁਣ ਵੀ ਜਿਹੜਾ ਮੋਢਾ ਨਹੀਂ ਵਰਕ ਕਰਦਾ ਹੈਗਾ ਵੀ, ਉਹਦੇ ਕਰਕੇ ਤਾਂ ਉਹਨਾਂ ਦੀ ਹੁਣ ਲੈਫਟ ਸਾਈਡ ਲੈਗ ਦੇ ਵਿੱਚ ਵੀ ਪੇਨ ਹੋਣ ਲੱਗ ਗਈ ਆ। ਉਹਦੇ ਲਈ ਅਗਰ ਕੁਛ ਪਤਾ ਹੋਵੇ। ਇੱਕ ਮੇਰਾ ਸੀ ਫਾਦਰ ਸਾਹਿਬ ਨੇ, ਉਹ ਗਿੱਟੇ ਦੇ ਵਿੱਚ ਬਹੁਤ ਦਰਦ ਹੈ, ਐਂਕਲ ਦੇ ਵਿੱਚ, ਪਹਿਲਾਂ ਤਾਂ ਅੱਡੀ ਦੇ ਵਿੱਚ ਪੇਨ ਹੁੰਦੀ, ਪਰ ਹੁਣ ਜਿੱਦਾਂ ਉਹਨਾਂ ਦੇ ਫਿਰ ਬੈਕ ਸਾਈਡ ਤੇ, ਐਂਕਲ ਦੇ ਫਿਰ ਬੈਕ ਸਾਈਡ ਤੇ ਹੋਣ ਲੱਗ ਗਈ, ਹੁਣ ਐਂਕਲ ਦੇ ਫਰੰਟ ਤੇ, ਰਾਈਟ ਸਾਈਡ ਤੇ ਫਰੰਟ ਤੇ ਸਵੈਲਿੰਗ, ਤੇ ਉਹਨੂੰ 2 ਮਹੀਨੇ ਹੀ ਹੋ ਗਏ ਨੇ ਐਟਲੀਸਟ, ਤੇ ਪੈਰ ਜਿੱਦਾਂ ਨੀਚੇ ਲੱਗਦਾ ਨੀ ਹੈ, ਵੇਟ ਨਹੀਂ ਆਉਂਦਾ ਹੈਗਾ, ਉਹ ਤਾਂ ਉਹਦੀ ਸਵੈਲਿੰਗ ਨੀ ਹਟਦੀ ਹੈਗੀ, ਜਿੱਦਾਂ ਪੇਨ ਹੋਈ ਜਾਂਦੀ ਹੈ ਕਦੇ ਕਿਤੇ, ਉਹਦੇ ਬਾਰੇ। ਥੈਂਕ ਯੂ। ਹਾਂਜੀ, ਤੁਸੀਂ ਜੀ ਪਲੀਜ਼ ਆਪਣੀਆਂ ਕਾਪੀਆਂ ਫੋਲ ਲਿਆ ਕਰੋ, ਹੋਰ ਕਈ ਵਾਰੀ ਕੋਈ ਨਵੇਂ ਸਾਡੇ ਸਰੋਤੇ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਜੇ ਕਿਸੇ ਨੂੰ ਲਿਖਿਆ ਹੈ ਤੇ ਉਹ ਲਿਖਾ ਦਿਆ ਕਰੋ। ਬਲਵਿੰਦਰ ਕੌਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਮੈਂ ਜਿਹੜਾ ਉਹਨਾਂ ਨੇ ਹੁਣੇ ਪੁੱਛਿਆ ਪਲੇਟਲੈਟ ਲਈ, ਉਹ ਮੈਂ ਵਧੇ ਹੋਇਆਂ ਨੂੰ ਘਟਾਉਣ ਲਈ ਦੱਸਿਆ ਸੀ। ਅੱਛਾ, ਜਿਹੜੀਆਂ ਚੀਜ਼ਾਂ ਉਹਨੇ ਬੋਲੀਆਂ ਉਹ ਘਟਾਉਣ ਲਈ ਆ? ਹਾਂਜੀ, ਉਹ ਘਟਾਉਣ ਲਈ ਆ। ਮੈਂ ਐਂ ਕਿਹਾ ਸੀਗਾ, ਮੈਂ ਪੁੱਛਿਆ ਬੋਲਿਆ ਵੀ ਆ ਵੀ ਇਹ ਵਿਨੀਗਰ ਆ ਜਿਹੜਾ ਘੱਟ ਕਰਦਾ, ਘੱਟ ਕਰਦਾ ਮੀਨ ਵਧਿਆਂ ਨੂੰ ਘੱਟ ਕਰਦਾ। ਠੀਕ ਹੈ। ਹਾਂਜੀ, ਨਾ ਕਿ ਘਟਾ, ਜਿਨ੍ਹਾਂ ਦੇ ਘੱਟ ਆ ਉਹਨਾਂ ਨੂੰ ਵਧਾਉਣ ਲਈ ਨੀ ਇਹ। ਠੀਕ ਹੈ, ਇਹ ਹੈਗਾ। ਹਾਂਜੀ, ਤੇ ਇੱਕ ਉਹ ਜਿਹੜੇ ਕੰਨਾਂ ਦਾ ਕਹਿ ਪੁੱਛਦੇ ਸੀਗੇ, ਉਹ ਕੁੜੀ ਦੇ ਮੈਲ ਆਉਂਦੀ ਆ, ਮੈਂ ਇੱਥੇ ਪੰਜਾਬੀ ਰੇਡੀਓ ਤੇ ਸੁਣਿਆ ਸੀ, ਮੈਂ ਆਪ ਵਰਤਿਆ, ਇੱਥੇ ਉਹਨੂੰ ਕੰਨ ਨੂੰ ਨਾ ਥੋੜਾ ਗਰਮ ਪਾਣੀ ਕਰ ਲੈਣ, ਬੋਇਲ ਕਰ ਲੈਣ, ਫਿਰ ਉਹਨੂੰ ਉਹਦੇ ਵਿੱਚ ਪਾ ਲੈਣ, ਚਾਹੇ ਤਾਂ ਨਿੰਬੂ ਨਿਚੋੜ ਲੈਣ, ਚਾਹੇ ਐਪਲ ਸਾਈਡਰ ਵਿਨੀਗਰ ਪਾ ਲੈਣ, ਤੇ ਜਾਂਦੀ ਉਹ ਜਿਹੜਾ ਜਿਹਦੇ ਵਿੱਚ ਪਾਉਣਾ ਹੈ ਗਲਾਸ ਵਗੈਰਾ ਕਿਸੇ ਚ ਵੀ ਪਾਉਣਾ, ਉਹਨੂੰ ਚੰਗੀ ਤਰ੍ਹਾਂ ਪਹਿਲਾਂ ਸਾਫ਼ ਕਰ ਲੈਣ ਮਤਲਬ, ਤੇ ਮੇਰੇ ਕੋਲ ਤਾਂ ਆਈ ਕੱਪ ਸੀਗਾ ਤੇ ਮੈਂ ਉਹਨੂੰ ਕਲੀਨ ਕਰ ਲਿਆ ਸੀ ਪਹਿਲਾਂ ਚੰਗੀ ਤਰ੍ਹਾਂ, ਉਹ ਉਹਨੇ ਵਿੱਚ ਮੈਂ ਪਾ ਕੇ ਉਹ ਪਹਿਲਾਂ ਡ੍ਰੋਪਰ ਨਾ ਪਾਇਆ ਸੀ, ਇੱਕ ਪਾਸਾ ਰੂੰ ਲਾ ਕੇ ਬੰਦ ਕਰ ਲਿਆ, ਦੂਸਰੇ ਪਾਸੇ ਪਾ ਲਿਆ, ਫਿਰ ਉਹਨੂੰ ਕੱਢਤਾ, ਉਹ ਰੱਖਣਾ ਨੀ ਹੈ ਪਾਣੀ ਵੀ, ਉਹ ਕਹਿਣਗੇ ਪਾਣੀ ਅੰਦਰ ਚਲਾ ਜਾਊਗਾ, ਬਹੁਤ ਹੀ ਮਤਲਬ 5-2-4 ਸੈਕਿੰਡ ਹੀ ਰੱਖਣਾ ਹੈ, ਤੇ ਜੋ ਉਹਦੇ ਕੰਨ ਟੇਢਾ ਕਰ ਦੇਣਾ, ਇਵੇਂ ਦੱਸਿਆ ਸੀ ਮੈਨੂੰ, ਇਵੇਂ ਮੈਂ ਕੀਤਾ, ਤੇ ਮੈਨੂੰ 2 ਡਾਕਟਰਾਂ ਨੇ ਕਹਿਤਾ ਸੀ, ਇੱਕ ਇੰਡੀਅਨ ਨੇ, ਇੱਕ ਗੋਰੇ ਨੇ। ਇੰਡੀਅਨ ਨੇ ਮੈਨੂੰ ਕਿਹਾ ਸੀ ਟੈਂਪੈਨੋਪਲਾਸਟੀ ਹੋਊਗੀ ਤੁਹਾਡੀ, ਤੇ ਉਹਨਾਂ ਨੇ ਗੋਰੇ ਨੇ ਕਿਹਾ ਸੀ ਤੇਰੇ ਹੀਰਿੰਗ ਏਡ ਲੱਗ ਜੂ। ਅੱਛਾ, ਤੇ ਹਾਂਜੀ, ਤੇ ਮੈਂ ਫਿਰ ਮੈਂ ਅੱਗੇ ਵੀ ਦੱਸਿਆ ਸੀ ਪੰਜਾਬੀ ਰੇਡੀਓ ਤੇ, ਫੀਡਬੈਕ ਦਿੱਤੀ ਸੀ, ਮੈਂ ਬਹੁਤ ਧੰਨਵਾਦ ਕਰਦੀ ਪੰਜਾਬੀ ਰੇਡੀਓ ਦਾ, ਮੈਂ ਤਾਂ ਉਦੋਂ ਬਹੁਤ ਸਟ੍ਰੈਸ ਹੋ ਗਿਆ ਮੈਨੂੰ ਵੀ ਇਹ ਕੀ ਹੋ ਗਿਆ, ਤੇ ਫਿਰ ਮੈਂ ਬਹੁਤ ਵੱਡੇ ਹਸਪੀਟਲ 'ਚ ਜਾ ਕੇ ਚੈੱਕ ਕਰਾਇਆ, ਉਹ ਕਹਿੰਦੇ ਤੁਹਾਡੇ ਕੋਈ ਪ੍ਰੋਬਲਮ ਨਹੀਂ ਹੈ। ਜਦੋਂ ਤੁਸੀਂ ਟ੍ਰੀਟਮੈਂਟ ਆਪੇ ਕਰ ਲਈ? ਹਾਂਜੀ, ਜਦ ਮੈਂ ਕਰ ਲਈ ਉਦੋਂ ਬਾਅਦ ਗਈਆਂ, ਪਹਿਲਾਂ ਚੈੱਕ ਕਰਾਇਆ, ਕਰਕੇ ਫਿਰ ਗਈਆਂ, ਫਿਰ ਹਸਪੀਟਲ 'ਚ ਚੈੱਕ ਕਰਾਇਆ, ਉਹਨੇ ਮੈਨੂੰ ਡਾਕਟਰ ਨੇ ਕਿਹਾ ਸੀ ਤੁਸੀਂ ਮੋਂਟੀਫੇਅਰ 'ਚ ਜਾ ਕੇ ਚੈੱਕ ਕਰਾਓ ਜਿਹੜਾ ਗੋਰਾ ਸੀ, ਤੇ ਉਹ ਮੈਂ ਫਿਰ ਮੈਂ ਇਹ ਟ੍ਰੀਟਮੈਂਟ ਕਰਕੇ ਫਿਰ ਗਈ ਹਾਂ ਮੈਂ। ਅੱਛਾ ਜੀ, ਅੱਛਾ, ਠੀਕ। ਹਾਂਜੀ, ਤੇ ਇੱਕ ਜਿਨ੍ਹਾਂ ਦੀਆਂ ਲੱਤਾਂ ਸੌਂਦੀਆਂ ਵਾ, ਉਹ ਜਿਹੜਾ ਕੌਲੀ ਤੇ ਬੈਠਣਾ ਨਾ ਦੱਸਿਆ ਸੀ, ਹਾਂਜੀ, ਸ਼ੂਗਰ ਲਈ, ਉਹ ਕਹਿੰਦਾ ਸ਼ੂਗਰ ਲਈ ਨੀ ਹੈ, ਉਹ ਲੱਤਾਂ ਦੇ ਵੀ ਉਹਦੇ ਲਈ ਹੈਗਾ, ਸਰਕੂਲੇਸ਼ਨ ਲਈ ਵੀ ਆ। ਬਲਵਿੰਦਰ ਜੀ, ਇੱਕ ਵਾਰੀ ਕਲੀਅਰ ਕਰਿਓ, ਮੇਰੇ ਤੋਂ ਕਿਸੇ ਨੇ ਪੁੱਛਿਆ ਸੀਗਾ ਕਿ ਉਹ ਜਿਹੜੇ ਧਰਤੀ ਦੇ ਉੱਤੇ ਪੈਰ ਲੱਗਣੇ ਚਾਹੀਦੇ ਜਾਂ ਪੈਰ ਤਾਂ ਹੀ ਚਾਹੀਦੇ ਧਰਤੀ? ਧਰਤੀ ਤੇ ਲੱਗਣੇ ਚਾਹੀਦੇ। ਠੀਕ ਆ। ਹਾਂਜੀ, ਧਰਤੀ ਤੇ ਲੱਗਣੇ ਚਾਹੀਦੇ ਆ, ਉਹ ਭੈਣ ਜੀ ਪ੍ਰੈਸ਼ਰ ਪੁਆਇੰਟ ਹੀ ਆ, ਉਹ ਜਿਹੜਾ ਨਾ, ਹਾਂਜੀ, ਜਿਹੜਾ ਆਪਣਾ ਹੁੰਦਾ ਵਾ ਹਿੱਪ ਦੇ
ਉੱਤੇ ਹੁੰਦਾ ਟੋਇਲਟ ਵਾਲੀ ਜਗ੍ਹਾ ਤੋਂ ਉੱਤੇ ਹਿਪ ਦੇ ਵਿਚਾਲੇ ਆ ਉਹ ਜਿਹੜੇ ਪੁਆਇੰਟ ਆ ਉਹ ਨੱਪੇ ਜਾਂਦੇ ਆ। ਇਹਦੇ ਨਾਲ ਬੈਕ ਪੇਨ ਨੂੰ ਵੀ ਹੈਲਪ ਹੁੰਦੀ ਆ, ਇਹਦੇ ਨਾਲ ਲੱਤਾਂ ਦੀ ਸਰਕੂਲੇਸ਼ਨ ਨੂੰ ਵੀ ਹੁੰਦੀ ਆ, ਇਹਦੇ ਨਾਲ ਸ਼ੂਗਰ ਨੂੰ ਵੀ ਹੁੰਦੀ ਆ, ਇਹਦੇ ਨਾਲ ਜਿਹਨਾਂ ਨੂੰ ਯੂਰਿਨ ਦੀ ਪ੍ਰੋਬਲਮ ਆ, ਯੂਰਿਨ ਜ਼ਿਆਦਾ ਆਉਂਦਾ ਜਦੋਂ ਹੁਣ ਤੁਸੀਂ ਸ਼ੂਗਰ ਹੁੰਦੀ ਆ ਤੁਹਾਨੂੰ ਆਉਂਦਾ ਹੀ ਆ ਬਾਥਰੂਮ, ਤੇ ਇਹਦੇ ਨਾਲ ਕੰਟਰੋਲ ਹੋ ਜਾਂਦਾ। ਮੈਂ ਕਈਆਂ ਨੂੰ ਦੱਸਿਆ, ਕਈਆਂ ਨੇ ਕੀਤਾ ਇਹ ਲੋਅਰ ਬੈਕ ਜਿਹੜੀ ਉੱਤੇ ਰੱਖਣੀ। ਠੀਕ, ਹਾਂਜੀ, ਮੈਂ ਸਰਕੂਲੇਸ਼ਨ ਦਾ ਤਾਂ ਮੈਂ ਖੁਦ ਅਜਮਾਇਆ ਵੀ ਆਪ ਕਰਕੇ ਦੇਖਿਆ। ਠੀਕ, ਹਾਂਜੀ, ਤੇ ਇੱਕ ਜਿਹਨਾਂ ਬਈ ਲੱਤਾਂ ਦਰਦ ਹੁੰਦੀਆਂ ਉਹ ਨਾ ਲੱਤਾਂ ਦਰਦ ਤੋਂ ਵੀ ਹੈ, ਬੈਕ ਪੇਨ ਦਾ ਵੀ ਹੈ, ਇਹ ਜਿਹੜੀ ਚੌਥੀ ਉਂਗਲ ਪੈਰ ਦੀ, ਤੇ ਇਹਦੇ 2 ਮਿੰਟ ਪ੍ਰੈਸ਼ਰ ਕਰਨਾ ਉਹਦੇ ਪਿੱਛੇ ਵੀ ਉਹਨੂੰ ਨੱਪਣਾ ਉਂਗਲ ਨੂੰ ਪਿੱਛਾ ਤੋਂ ਜਿਹੜਾ ਹੁੰਦਾ ਆਪਣੀ ਉਂਗਲ ਦਾ ਪਿਛਲਾ ਪਾਸਾ ਪੈਰ ਦੀ ਦਾ, ਹਨਾ, ਦੋਨਾਂ ਪੈਰਾਂ ਦੀ, ਤੇ ਇਹ ਕਰਨਾ। ਤੇ ਇੱਕ ਜਿਹਨਾਂ ਨੂੰ ਪਿਸ਼ਾਬ ਦੀ ਪ੍ਰੋਬਲਮ ਆ ਉਹ ਹਲਦੀ ਦੇ ਵਿੱਚ ਨਿੰਬੂ ਨਿਚੋੜ ਕੇ, ਕੋਸਾ ਜਿਹਾ ਪਾਣੀ ਹੋਵੇ, ਨਿੰਬੂ ਨਿਚੋੜ ਕੇ ਵਿੱਚ ਹਲਦੀ 2 ਚੁਟਕੀਆਂ ਪਾ ਲਓ, ਤੇ ਉਹ ਪੀਣ ਜਿਹਨਾਂ ਨੂੰ ਯੂਰਿਨ ਦੀ ਪ੍ਰੋਬਲਮ ਆ, ਜਿਹਨਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ ਆ। ਹਾਂਜੀ, ਜਿਹਨਾਂ ਨੂੰ ਪਿਸ਼ਾਬ ਜ਼ਿਆਦਾ ਆਉਂਦਾ, ਤੇ ਇੱਕ ਜਿਹਨਾਂ ਨੂੰ ਸੁਣਨ ਦੀ ਕੰਨਾਂ ਦੀ ਕੋਈ ਪ੍ਰੋਬਲਮ ਹੈ ਉਹ ਨਿੰਬੂ ਦੇ ਵਿੱਚ ਪਾਣੀ ਪਾ ਕੇ ਜਾਂ ਨਿੰਬੂ ਦੇ ਰਸ ਚ ਥੋੜਾ ਜਿਹਾ ਪਾਣੀ ਪਾ ਲਓ, ਤੇ ਉਹਦੇ ਚ ਦਾਲ ਚੀਨੀ ਦਾ ਤੇਲ ਮਿਕਸ ਕਰਕੇ ਉਹ ਪੀਣ, ਜਿਹਨਾਂ ਨੂੰ ਬਹਿਰਾਪਣ ਦੀ ਪ੍ਰੋਬਲਮ ਹੈਗੀ। ਮੈਂ ਸੁਣਦਾ ਨੀ, ਠੀਕ ਆ। ਹਾਂਜੀ, ਤੇ ਇੱਕ ਆ ਬੈਕ ਵਾਲਿਆਂ ਲਈ, ਅੱਗੇ ਵੀ ਦੱਸਿਆ ਗਿਆ ਹੈ ਉਹ ਜਿਹੜੇ ਆ ਇਹਦੇ ਲਈ ਮੋਢਿਆਂ ਦੇ ਦਰਦ ਲਈ, ਮੋਢਿਆਂ ਦੇ ਦਰਦ ਲੈ, ਖੈਰ ਮੈਂ ਆਪਦੀ ਫਰੈਂਡ ਨੂੰ ਬੈਕ ਲਈ ਦੱਸਿਆ ਸੀ, ਉਹਨੇ ਉਹਨੂੰ ਪਰ ਉਹ ਕਹਿੰਦੀ ਮੈਨੂੰ ਮੋਢਿਆਂ ਤੋਂ ਫਰਕ ਪਿਆ। ਇਹਦਾ ਜਿਹੜਾ ਆਪਣੇ ਇੱਥੇ ਦੱਸਿਆ ਸੀ ਪੰਜਾਬੀ ਰੇਡੀਓ ਤੇ ਅਸ਼ਵਗੰਧਾ ਤੇ ਚਿੱਟੀ ਮੂਸਲੀ, ਸਟਾਬਰ ਤੇ ਪਿੱਪਲ ਲਾਖ, ਠੀਕ ਹੈ, ਉਹਦੇ ਨਾਲ ਉਹਨੂੰ ਨੀਂਦ ਵੀ ਚੰਗੀ ਆਉਂਦੀ ਸੀ। ਉਹ ਕਹਿੰਦੀ ਮੈਂ ਲਿਆ ਸੀ ਤਾਂ ਉਹਨੂੰ ਮੈਂ ਦੱਸਿਆ ਤਾਂ ਸੀਗਾ ਵੀ ਉਹਦਾ ਗੋਡਾ ਪੇ, ਉਹਦਾ ਇੰਜਰੀ ਹੋ ਗਈ ਸੀ ਗੋਡੇ ਲਈ, ਪਰ ਉਹ ਕਹਿੰਦੀ ਮੈਨੂੰ ਗੋਡੇ ਨੂੰ ਇੰਨਾ ਨੀ ਫਰਕ ਪਿਆ, ਮੈਨੂੰ ਇਹਦੇ ਲਈ ਇਹਨੂੰ ਜ਼ਿਆਦਾ ਫਰਕ ਪੈ ਗਿਆ। ਤੇ ਜਿਹਨਾਂ ਦੀਆਂ ਅੱਡੀਆਂ ਦੁਖਦੀਆਂ ਉਹ ਜਿਹੜਾ ਆਪਣਾ ਨਾ ਹੱਥ ਹੁੰਦਾ ਵਾ ਉਹਦੀ ਜਿਹੜੀ ਦੂਜੀ ਉਂਗਲ ਆ, ਤੀਜੀ ਉਂਗਲ ਆ, ਸਾਰੀ ਗੂਠੇ ਤੋਂ ਤੀਜੀ ਕੋਈ ਹੋ ਗਈ ਜਾਣ ਦੀ, ਤੇ ਜਿਹੜੀ ਵੱਡੀ ਫਿੰਗਰ ਹੁੰਦੀ ਆ ਜਾਣ ਦੀ, ਉਹਦਾ ਜਿਹੜਾ ਪਹਿਲਾ ਪੋਟਾ ਜਿਹੜਾ ਖੱਬਾ ਹੱਥ ਵਾ, ਹਨਾ, ਉਹਦਾ ਪਹਿਲਾ ਜਿਹੜਾ ਪੋਟੇ ਤੋਂ ਥੱਲੇ ਜਿਹੜੀ ਲਾਈਨ ਹੁੰਦੀ ਆ ਉਹਨੂੰ ਦਬਾਉਣ 1-2 ਮਿੰਟ। ਹਾਂਜੀ, ਤੇ ਜਿਹੜੀ ਜਿਹੜਾ ਹੈਗਾ ਸੱਜਾ ਹੱਥ, ਉਹਦੀ ਜਿਹੜੀ ਰਿੰਗ ਫਿੰਗਰ ਹੁੰਦੀ ਆ ਉਹਦੀ ਲਾਈਨ ਨੂੰ 1-2 ਮਿੰਟ ਦਬਾਉਣ। ਠੀਕ ਹੈ ਜੀ, ਹਾਂਜੀ, ਤੇ ਠੀਕ ਆ, ਟਾਈਮ ਬਹੁਤ ਹੋ ਗਿਆ, ਤੇ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਧੰਨਵਾਦ ਆ। ਅਤੇ ਸਰੋਤੇ, ਫੀਡਬੈਕ ਜ਼ਰੂਰ ਦਿਆ ਕਰੋ, ਇਹਨੂੰ ਕਹਿੰਦੇ ਆ ਫੀਡਬੈਕ, ਉਹਨਾਂ ਨੇ ਦੱਸਿਆ ਤੇ ਕਈਆਂ ਨੂੰ ਵੀ ਆਰਾਮ ਆਊਗਾ ਇਹਨਾਂ ਨੂੰ ਵਰਤ ਕੇ। ਰਾਮ ਪ੍ਰਕਾਸ਼, ਸਤਿ ਸ਼੍ਰੀ ਅਕਾਲ। ਓਕੇ ਯਾਰ ਜੀ, ਕੀ ਇੱਕ ਆਪਣੇ ਦੋਸਤ ਬਾਰੇ, ਉਹਦੇ ਗਲੇ ਦੇ ਵਿੱਚ ਆਪਣੇ ਨੱਕ ਦੇ ਵਿੱਚ ਉਹ ਸਮੈਲ ਆਉਂਦੀ ਸੀ, ਤੇ ਹੁਣ ਤਾਂ ਉਹ ਕਹਿੰਦਾ ਮੈਨੂੰ ਜਦੋਂ ਸਾਹ ਲੈਣਾ ਉਸ ਵੇਲੇ ਵੀ ਮਹਿਸੂਸ ਹੁੰਦਾ ਕਿ ਮਤਲਬ ਕੁਛ ਪੇਨ ਜਿਹੀ ਲੱਗਦੀ ਉਹਨੂੰ, ਮਤਲਬ ਸਾਹ ਘੁੱਟ ਜਿੱਦਾਂ ਹੁੰਦਾ। ਹਾਂਜੀ, ਜਰਾ ਰਿਕੁਐਸਟ ਹੋਣਾ ਅੱਗੇ ਕਿ ਮਤਲਬ ਕੋਈ ਨਾ ਕੋਈ ਇਲਾਜ ਦੱਸਣ ਜਾਂ ਹੋਰ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ। ਸਮੈਲ ਘੱਟ ਆਉਂਦੀ ਜਾਣੀ, ਇੰਨੀ ਨਹੀਂ ਬਹੁਤੀ ਆਉਂਦੀ ਹੈਗੀ, ਤੇ ਜਾਣੀ ਸਾਹ ਨੂੰ ਥੋੜਾ ਜਿਹਾ ਲੱਗਦਾ, ਕਹਿੰਦਾ ਕਿ ਮੇਰੇ ਸਾਹ ਏਦਾਂ ਲੱਗਦਾ ਜਿੱਦਾਂ ਕਿਤੇ ਹੁੱਟ ਜਿਹੇ ਦੇ ਵਿੱਚ ਗਿਆ ਹੁਣ, ਗਰਮੀ ਚ ਅੰਦਰ ਕਿਤੇ ਹੋਮ ਜਿਹੇ ਚ ਹੁਣ, ਏਦਾਂ ਲੱਗਦਾ। ਹੋਰ ਉਹਨੂੰ ਕੋਈ ਤਕਲੀਫ ਨੀ, ਕੋਈ ਬੁਖਾਰ ਨੀ, ਖੰਘ ਨੀ, ਰੇਸ਼ਾ ਨੀ, ਕੁਛ ਨੀ। ਠੀਕ ਹੈ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜਿਹਦੇ ਕੋਲ ਕੋਈ ਵੀ ਇਲਾਜ ਹੁੰਦਾ ਉਹ ਦੱਸ ਤਾਂ ਦਿੰਦਾ ਹੈਗਾ, ਪਰ ਕਈ ਵਾਰੀ ਕਿਸੇ ਨੂੰ ਸਾਰਿਆਂ ਨੂੰ ਸਾਰੇ ਇਲਾਜਾਂ ਦਾ ਨਹੀਂ ਵੀ ਪਤਾ ਹੁੰਦਾ। ਬਹਾਦਰ ਸਿੰਘ ਜੀ, ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਆ ਮੋਢਿਆਂ ਦੀ ਪ੍ਰੋਬਲਮ ਕਾਫੀ ਆ ਰਹੀ ਆ, ਮੌਸਮ ਚੇਂਜ ਹੋ ਰਿਹਾ ਜੀ, ਮੌਸਮ ਚੇਂਜ ਹੋਣ ਨਾਲ ਬੈਕ ਦੀਆਂ ਪ੍ਰੋਬਲਮਾਂ ਵੀ ਆਉਣਗੀਆਂ ਤੇ ਮੋਢਿਆਂ ਦੀਆਂ ਪ੍ਰੋਬਲਮਾਂ ਵੀ ਆਉਣਗੀਆਂ ਜੀ। ਬਾਕੀ ਦੂਸਰੀ ਚੀਜ਼, ਇਹ ਉਮਰ ਦੇ ਹਿਸਾਬ ਨਾਲ ਜਦੋਂ ਵਿਟਾਮਿਨ ਘਟ ਜਾਂਦੇ ਨੇ ਨਾ, ਹਾਂਜੀ, ਫਿਰ ਸਾਨੂੰ ਬੈਕ ਦੀ ਪ੍ਰੋਬਲਮ ਵੀ ਆਉਂਦੀ ਆ ਤੇ ਮੋਢਿਆਂ ਦੀ ਪ੍ਰੋਬਲਮ ਵੀ ਆਉਂਦੀ ਆ ਜੀ। ਇਹ ਸਿੰਪਟਮ ਨੇ ਕਿ ਦੱਸਦੇ ਆ ਬਈ ਤੁਸੀਂ ਲਓ ਵਿਟਾਮਿਨ ਲਓ। ਹਾਂਜੀ, ਤੇ ਕਪਿੰਗ ਵੀ ਇਹਦੇ ਲਈ ਬਹੁਤ ਵਧੀਆ ਹੈਗੀ ਆ, ਨੇੜੇ ਕੋਈ ਚਾਈਨੀਜ਼ ਵਗੈਰਾ ਕਰਦੇ ਨੇ ਤਾਂ ਉਹ ਇਹਦੇ ਵਿੱਚੋਂ, ਮੋਢੇ ਦੇ ਵਿੱਚੋਂ ਨਾ ਇਨਫਲਾਮੇਸ਼ਨ ਨੂੰ ਕੱਢ ਦਿੰਦੀ ਆ। ਅੱਛਾ ਜੀ, ਹਾਂਜੀ, ਜਦੋਂ ਇਨਫਲਾਮੇਸ਼ਨ ਵਿੱਚੋਂ ਨਿਕਲ ਗਈ ਤਾਂ ਮੋਢਾ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਂਦਾ, ਪਰ ਉਹਦੀ ਐਕਸਰਸਾਈਜ਼ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ।
ਜਿਹਦਾ ਵੀ ਮੋਢਾ ਫਰੀਜ਼ ਹੁੰਦਾ ਭੌਣੀ ਪਾ ਲਓ ਜੀ ਇੱਥੋਂ ਹੋਮ ਡੀਪੋ ਤੇ ਲਿਆ ਕੇ, ਤਾਂ ਹਾਂ ਕਿਸੇ ਵੀ ਚੀਜ਼ ਨਾਲ ਬੰਨ ਲਓ ਭੌਣੀ, ਉਹਦੇ ਚ ਰੱਸੀ ਪਾ ਕੇ ਇੱਕ ਬਾਂਹ ਇੱਕ ਪਾਸਿਓਂ ਖਿੱਚੋ ਦੂਸਰੇ ਪਾਸੇ ਲੈ ਜਾਓ ਦੂਸਰੇ ਪਾਸੇ, ਫਿਰ ਇਸ ਤਰ੍ਹਾਂ ਨਾ ਉੱਪਰ ਥੱਲੇ ਕਰਦੇ ਰਹੋ, ਇਹਦਾ ਫਰਕ ਬਹੁਤ ਪੈਂਦਾ ਜੀ। ਹਾਂਜੀ, ਤੇ ਭੈਣ ਜੀ ਇੱਕ ਆਪਣੇ ਭਾਈ ਸਾਹਿਬ ਦਾ ਫੋਨ ਆਇਆ ਸੀਗਾ, ਉਹਦੇ ਲੜਗੀਆਂ ਸ਼ਾਇਦ ਭਰਿੰਡਾਂ ਲੜਗੀਆਂ ਜਾਂ ਮੋੜੀਆਂ ਕਹਿੰਦੇ, ਹਾਂਜੀ ਭਰਿੰਡਾਂ, ਹਾਂਜੀ ਹਾਂਜੀ, ਤੇ ਉਹਨੂੰ ਹੋਈ ਅਲਰਜੀ, ਉਹਨਾਂ ਤੋਂ ਅਲਰਜੀ ਹੋਣ ਦੇ ਨਾਲ ਅੱਗੇ ਕੋਈ ਵੀ ਪ੍ਰੋਬਲਮ ਵੱਧ ਸਕਦੀ ਆ, ਬਲੱਡ ਪ੍ਰੈਸ਼ਰ ਵੀ ਵੱਧ ਸਕਦਾ, ਕੁਛ ਵੀ ਹੋ ਸਕਦਾ, ਜਦੋਂ ਵੀ ਕਦੇ ਕਿਸੇ ਦੇ ਕੁਛ ਲੜੇ ਜੀ, ਚਾਹੇ ਉਹ ਕੀੜੀ ਲੜ ਜੇ ਚਾਹੇ ਭਰਿੰਡ ਲੜ ਜਾਵੇ, ਇਸ ਤਰ੍ਹਾਂ ਦੀਆਂ ਚੀਜ਼ਾਂ ਲੜ ਜਾਣ, ਫਿਰ ਨਾ ਹੋਮਿਓਪੈਥੀ ਦੀ ਦਵਾਈ ਆਉਂਦੀ ਜੀ ਐਪਸਮੈਲ, ਇਹ ਲੈਣ ਦੇ ਨਾਲ ਉਹਦਾ ਅਸਰ ਖਤਮ ਹੋ ਜਾਂਦਾ ਜੀ, ਜਿਹੜੀ ਜ਼ਹਿਰ ਹੁੰਦੀ ਆ। ਅੱਛਾ, ਹਾਂਜੀ, ਤੇ ਇੱਕ ਭੈਣਾਂ ਨੇ ਕਾਲ ਕੀਤੀ ਸੀ ਮੂੰਹ ਦਾ ਟੇਸਟ, ਗੈਸ, ਐਸਿਡਿਟੀ, ਇਹਨਾਂ ਲਿਵਰ ਦੀ ਪ੍ਰੋਬਲਮ ਆ ਸਾਨੂੰ, ਜ਼ਿਆਦਾ ਖਾਣ ਪੀਣ ਦੇ ਨਾਲ ਜਿਹੜਾ ਕਿ ਅਸੀਂ ਖਾਂਦੇ ਹਾਂ ਉਹਨੂੰ ਚੇਂਜ ਕਰ ਦੇਣ, ਤਾਂ ਫਿਰ ਇਹ ਠੀਕ ਹੋ ਸਕਦਾ, ਲਿਵਰ ਚੈੱਕ ਕਰਵਾ ਲੈਣ, ਤੇ ਲਿਵਰ ਠੀਕ ਕਰਵਾ ਲੈਣ, ਮੂੰਹ ਦਾ ਟੇਸਟ ਵੀ ਠੀਕ ਹੋ ਜਾਊਗਾ, ਸਾਰਾ ਕੁਛ ਹੋ ਜਾਊਗਾ ਜੀ। ਤੇ ਕਿਡਨੀਆਂ ਲਈ ਅਸੀਂ ਓੜ ਪੋੜ ਜ਼ਰੂਰ ਕਰਦੇ ਹਾਂ, ਸਾਰਾ ਕੁਛ ਕਰਦੇ ਹਾਂ ਜੀ। ਪਿੱਛੇ ਮੇਰਾ ਐਕਸਪੀਰੀਅੰਸ ਆਉਂਦਾ ਜੀ, ਜਿਹੜੇ ਹੁਣ ਬਾਲ ਨੇ ਉਹ ਵੀ ਠੀਕ ਆ ਜੀ, ਤੇ ਹੋਰ ਵੀ ਅਸੀਂ ਕਾਫੀ ਚੀਜ਼ਾਂ ਕਰਦੇ ਹਾਂ, ਬਹੁਤ ਵਧੀਆ, ਉਹ ਬਹੁਤ ਹੈਲਪ ਕਰਦੇ। ਉਹ ਤਾਂ ਬਹਾਦਰ ਸਿੰਘ ਜੀ ਉਸ ਲਈ ਠੀਕ ਆ ਜਿੱਲੇ ਆਪਾਂ ਠੀਕ ਆ। ਹਾਂਜੀ, ਪਰ ਇਹਦੇ ਲਈ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਆ ਜੀ। ਹੋਮਿਓਪੈਥੀ ਚ ਕੁਛ ਦਵਾਈਆਂ ਆਉਂਦੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ, ਪਰ ਉਹ ਨਾ ਪ੍ਰੋਬਲਮ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਨੇ, ਬੰਦੇ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ। ਜੇ ਆਪਾਂ ਹੁਣ ਦੱਸ ਲਿਆ ਕੋਈ ਲੈਂਦਾ ਹੈਗਾ ਤਾਂ ਮਤਲਬ ਕੰਮ ਨਾ ਕਰੇ ਚੀਜ਼ ਤਾਂ ਠੀਕ ਨੀ, ਕਿਸੇ ਵੀ ਹੋਮਿਓਪੈਥੀ ਵਾਲੇ ਨੂੰ ਮਿਲ ਲੈਣ, ਕੰਮ ਬਹੁਤ ਸੋਹਣਾ ਕਰਦੀ ਆ ਜੀ, ਦਵਾਈ ਹੁੰਦੀਆਂ ਜੀ ਠੀਕ। ਹਾਂਜੀ, ਤੇ ਲਾਲਾਂ ਬੱਚੇ ਦੇ ਆਉਂਦੀਆਂ ਸੀਗੀਆਂ, ਨਕਸ ਬੰਬਕਾ ਦਵਾਈ ਆਉਂਦੀ ਆ ਜੀ, ਉਹ ਠੀਕ ਕਰ ਸਕਦੀ ਆ, 30 ਦੇ ਵਿੱਚ ਲਈ ਜਾ ਸਕਦੀ ਆ। ਤੇ ਇੱਕ ਬੱਚੇ ਦੀ ਹੱਡੀ ਸੀਗੀ ਨਹੀਂ ਜੁੜਦੀ ਜੀ, ਉਹ ਜੁੜਦੀ ਨੀ, ਦੱਸ ਰਹੇ। ਹਾਂਜੀ, ਸਿੰਫਾਈਟਮ ਨਾਂ ਦੀ ਦਵਾਈ ਆਉਂਦੀ ਆ ਜੀ ਹੋਮਿਓਪੈਥੀ ਦੇ ਵਿੱਚ, ਸਿੰਫਾਈਟਮ ਇਹ ਜੋੜ ਦਿੰਦੀ ਆ ਜੀ, ਇਹ ਲੰਬਾ ਟਾਈਮ ਲੈਣੀ ਪੈਣੀ ਆ, ਤੇ 30 ਦੇ ਵਿੱਚ ਲੈ ਸਕਦੇ ਨੇ, ਇਹ ਜੋੜ ਦਿੰਦੀ ਆ ਜੀ। ਤੇ ਜਿਹੜੀ ਪਿੱਪਲ ਲਾਖ ਹੁਣ ਭੈਣ ਜੀ ਹੋਰੀ ਕਹਿ ਰਹੇ ਸੀਗੇ, ਪਿੱਪਲ ਲਾਖ ਨੂੰ ਅਸੀਂ ਪੋਹ ਮਾਘ ਚ ਲੈ ਸਕਦੇ ਹਾਂ, ਤੇ ਇਹ ਅਸੀਂ ਗਰਮੀ ਚ ਲੈ ਨੀ ਸਕਦੇ ਦੂਜੇ ਮਹੀਨਿਆਂ। ਅੱਛਾ, ਗਰਮ ਤਸੀਰ ਆ, ਇਹ ਬਹੁਤ ਜ਼ਿਆਦਾ ਗਰਮ ਤਸੀਰ ਆ ਜੀ, ਫਿਰ ਹੋਰ ਕੋਈ ਪ੍ਰੋਬਲਮ ਆਊਗੀ ਉਹਦਾ ਫਾਇਦਾ ਨੀ ਗਾ। ਠੀਕ, ਇੱਕ ਹੁਣ ਬਹੁਤ ਠੰਡੇ ਥਾਂ ਤੋਂ ਹੀ ਕਾਲ ਕਰ ਰਹੇ ਸੀ। ਹਾਂਜੀ ਹਾਂਜੀ, ਭੈਣ ਜੀ ਇੱਕ ਬਹੁਤ ਜ਼ਿਆਦਾ ਇਨਫੋਰਮੇਸ਼ਨ ਵਧੀਆ ਦੇਣੀ ਚਾਹੁੰਦਾ ਸੀਗਾ ਮੈਂ, ਜਿਹੜੇ ਅਸੀਂ ਸਾਨੂੰ ਲੋਕਾਂ ਨੂੰ ਸਟੀਰੋਇਡ ਦਿੰਦੇ ਨੇ ਜੀ ਡਾਕਟਰ, ਜਿਹਨਾਂ ਨੂੰ ਸਾਹ ਦੀ ਪ੍ਰੋਬਲਮ ਹੈਗੀ ਆ ਜਾਂ ਹੋਰ ਕਿਡਨੀ ਦੀਆਂ ਪ੍ਰੋਬਲਮਸ ਹੈਗੀਆਂ ਨੇ, ਸਟੀਰੋਇਡ ਲੈਣ ਦੇ ਨਾਲ ਕੀ ਹੁੰਦਾ ਜੀ, ਲੰਬਾ ਟਾਈਮ ਲੈਣ ਦੇ ਨਾਲ ਸਾਡੀ ਜਿਹੜੀ ਹਿੱਪ ਦੀ ਹੱਡੀ ਆ ਨਾ ਚੂਲੇ ਦੇ ਵਿੱਚੋਂ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਜੀ ਵੱਡੀ ਉਮਰ ਚ ਜਾ ਕੇ, ਤਾਂ ਡਾਕਟਰ ਕਹਿੰਦਾ ਜੀ ਉਹਨੂੰ ਬਦਲਾਉਣ ਦੇ ਨਾਲ ਹੀ ਠੀਕ ਹੋ ਸਕਦੇ ਆ। ਪਰ ਜਦੋਂ ਵੀ ਇਹ ਪ੍ਰੋਬਲਮ ਆਉਂਦੀ ਆ, ਕਿਸੇ ਨੂੰ ਵੀ ਪ੍ਰੋਬਲਮ ਆਉਂਦੀ ਆ, ਆਮ ਕਰਕੇ ਜਿਵੇਂ ਪਫ ਲੈਂਦੇ ਆ ਨਾ ਲੋਕ, ਜਿਵੇਂ ਸਾਹ ਦੀ ਪ੍ਰੋਬਲਮ ਹੁੰਦੀ ਆ, ਉਹਨਾਂ ਨੂੰ ਵੀ ਇਹ ਪ੍ਰੋਬਲਮ ਆਉਂਦੀ ਆ ਜੀ, ਕਿਉਂਕਿ ਉਹ ਹੈਗਾ ਸਟੀਰੋਇਡ ਹੀ ਆ ਭੈਣ ਜੀ। ਤੇ ਬਹਾਦਰ ਸਿੰਘ ਜੀ ਇੱਕ ਹੋਰ ਮੈਂ ਪੁੱਛਣਾ, ਜਿਹੜਾ ਆ ਕਿਸੇ ਦੇ ਅੱਡੀ ਦੁਖਦੀ, ਕਿਸੇ ਦਾ ਮੋਢਾ ਦੁਖਦਾ, ਉੱਥੇ ਟੀਕਾ ਲਾ ਦਿੱਤਾ ਜਾਂਦਾ, ਕੀ ਉਹ ਵੀ ਉਹ ਸੇਮ ਚੀਜ਼ ਆ? ਨਹੀਂ ਜੀ, ਉਹ ਸੇਮ ਚੀਜ਼ ਨਹੀਂ ਹੈਗੀ, ਉਹ ਕੋਰਟੋਜ਼ੋਨ ਦਾ ਟੀਕਾ ਲਾਉਂਦੇ ਆ ਜੀ, ਉਹਦੇ ਨਾਲ ਕੀ ਹੁੰਦਾ ਉਹ ਜਗ੍ਹਾ ਸੁੰਨ ਹੋ ਜਾਂਦੀ ਆ, ਉਹ ਨਾੜ ਸੁੰਨ ਹੋ ਜਾਂਦੀ ਆ, ਇੰਨਾ ਹੀ ਕੰਮ ਆ, ਪ੍ਰੋਬਲਮ ਤਾਂ ਉੱਥੇ ਰਹਿੰਦੀ ਆ, ਜਦੋਂ ਦੁਬਾਰੇ ਪ੍ਰੋਬਲਮ ਜਾਗਦੀ ਆ ਤਾਂ ਫਿਰ ਉਹ ਵੱਧ ਜਾਂਦੀ ਆ ਜੀ, 2-3 ਮਹੀਨੇ ਬਾਅਦ। ਠੀਕ ਆ, ਹਾਂਜੀ, ਤਾਂ 6 ਮਹੀਨੇ ਵੀ ਕੱਟ ਜਾਂਦੇ ਆ ਲੋਕ, ਪਰ ਸਟੀਰੋਇਡ ਦਾ ਜਿਹੜਾ ਆਪਣੇ ਇਹਦਾ ਟੀਕਾ ਨਾ ਕੋਰਟੋਜ਼ੋਨ ਦਾ, ਉਹ ਬ੍ਰੇਨ ਚ ਬ੍ਰੇਨ ਲਈ ਪ੍ਰੋਬਲਮ ਦਿੰਦਾ ਜੀ ਆਪਾਂ ਨੂੰ ਮੈਮਰੀ ਦੀ। ਠੀਕ, ਹਾਂਜੀ, ਤੇ ਜਿਹੜੀ ਹਿੱਪ ਦੀ ਪ੍ਰੋਬਲਮ ਹੈਗੀ ਆ, ਕਿਸੇ ਨੂੰ ਵੀ ਆਉਂਦੀ ਹੈਗੀ ਆ, ਉਹ ਹੋਮਿਓਪੈਥੀ ਟਰਾਈ ਕਰਨ, ਹੋਮਿਓਪੈਥੀ ਦੇ ਨਾਲ ਸਾਨੂੰ ਸਾਡੀ ਉਹ ਹੱਡੀ ਠੀਕ ਹੋ ਜਾਂਦੀ ਆ ਜੀ, ਸਾਨੂੰ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਆਪਰੇਸ਼ਨ ਜ਼ਿਆਦਾਤਰ ਕਾਮਯਾਬ ਨਹੀਂ ਹੁੰਦੇ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਧਰਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੁੰਦਾ ਰਿਹਾ ਨਿਆ ਨਾਜ ਬੋਝ ਪੱਤਿਆਂ ਕਿਸੇ ਲੋੜ ਆ, ਬੀ ਲੋੜ ਆ ਜਾਂ ਮੇਰੇ ਕੋਲ ਬੁੱਢੇ ਵਾਵਾ ਆ ਗਏ ਅੱਗੇ। ਠੀਕ ਹੈ, ਮੈਂ ਦੇ ਸਕਦਾ ਕਿਸੇ ਲੋੜ ਹੋਏ ਨਾ। ਠੀਕ ਹੈ, ਮੈਂ ਸ਼ੁੱਕਰਵਾਰ ਜ਼ਰੂਰ ਦੱਸ ਦਾਂਗੀ, ਮੈਂ ਹੈਗਾ ਵੀ ਇਹ ਮੇਕੋ ਇਨਫੋਰਮੇਸ਼ਨ ਹੈ ਨਿਆਜ਼ ਬੋਝ ਲੈਣੇ ਆ ਤਾਂ। ਕਿਰਨ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
हाँ जी, मैं पहला तो पूछन लगी हाँ, जे रात नू सोंदे आ ते जिदा 45 तो 50 साल दी एज विच जिदा मुंह चो कहिंदे पानी आउंदा तां उहना जाग खुल जांदी आ, जे किसे नू पता होवे तां जरूर दस्सिओ। ते त्रिफले वाला भी करके उहनां ने देख लिया, त्रिफले दा पानी रात नू जिदा भेंग के ते फिर सवेरे पी के देख लिया, उहनां वी नहीं फर्क इन्ना पिया। ते एक आंटी दादे गुरदीप कहिंदे भी ओह फटकड़ी दे पानी दे गराले करने ना ओह भी करके देख ले, उहनां वी नहीं फर्क पैंदा जी। ठीक। ਤੇ ਇੱਕ ਪੁੱਛਣਾ ਸੀ ਦੰਦਾਂ ਦੇ ਵਿੱਚ ਜਿਹੜੇ ਮਸੂੜੇ ਉਹ ਹਨਾ ਜਿੱਦਾਂ ਫੁੱਲ ਗਿਆ, ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ। ਉਹ ਵੀ 40 to 45 years ਦੀ ਏਜ ਵਿੱਚ ਆ, ਤੇ ਇਹਦੇ ਵਿੱਚ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਓ। ਬਾਕੀ ਮੈਂ ਦੱਸਣ ਲੱਗੀ ਜਿਹੜੇ ਬੈਕ ਪੇਨ ਦੇ ਲਈ ਕਹਿੰਦੇ ਹਨਾ, ਉਹ ਕਹਿੰਦੇ ਜਿੱਦਾਂ ਲੱਕੜੀ ਦੀ ਚੇਅਰ ਹੋਵੇ ਜਾਂ ਟੇਬਲ ਹੋਵੇ ਉਹਦੇ 'ਤੇ ਬੈਠਣਾ ਆ, ਉੱਥੇ ਬੈਠ ਕੇ ਜਿਹੜੇ ਪੂਰੇ ਭਾਰ ਜਿਹੜਾ ਆਪਣਾ ਬੋਡੀ ਦਾ ਭਾਰ ਆ ਨਾ ਜਿਹੜਾ ਉਹ ਟੇਬਲ ਜਾਂ ਚੇਅਰ ਤੇ ਉੱਤੇ ਬੈ ਰੱਖ ਲੈਣਾ, ਤੇ ਪੈਰ ਥੱਲੇ ਚੁੱਕ ਲੈਣੇ ਆ ਪੂਰਾ ਭਾਰ ਹਨਾ, ਬੋਡੀ ਦਾ ਪੂਰਾ ਭਾਰ ਜਿਹੜਾ ਟੇਬਲ ਜਾਂ ਚੇਅਰ ਦੇ ਉੱਤੇ ਹੋਵੇ, ਉਹਦੇ ਨਾਲ ਜਿਹੜੇ ਵੀ ਮਣ ਕੇ ਹਿੱਲੇ ਆ ਜਾਂ ਕੁਛ ਵੀ ਬੈਕ ਪੇਨ ਹੁੰਦੀ ਹੈ ਉਹ ਠੀਕ ਹੋ ਜਾਊਗੀ। ਤੇ ਦੂਸਰਾ ਇਹਦਾ ਇਲਾਜ ਇੱਕ ਅੱਡੀ ਦਰਦ ਦਾ ਤੇ ਬੈਕ ਪੇਨ ਦਾ ਹਨਾ, ਲੱਤਾਂ ਦਰਦ ਦਾ ਇਹ ਸ਼ਾਟਕਾ ਪੇਨ ਦਾ, ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਹੈਗਾ ਜਿਹੜਾ ਤਰੇਲ ਵਾਲੇ ਘਾਹ ਦੇ ਉੱਤੇ ਨਾ ਪੈਰ ਘੜੀਸ ਕੇ ਤੁਰਨਾ, ਕੋਸ਼ਿਸ਼ ਕਰਨ ਘੰਟਾ ਕੁ ਤੁਰਨਾ, ਪਹਿਲੇ ਅੱਧਾ ਕੁ ਘੰਟਾ ਤਾਂ ਨਹੀਂ ਉਹਨਾਂ ਕੋਲ ਤੁਰਿਆ ਜਾਣਾ, ਉਹਨਾਂ ਨੂੰ ਲੱਗਣਾ ਵੀ ਦਰਦ ਹੁੰਦੀ ਹੈ ਤਾਂ ਨਹੀਂ ਬੈਠ ਜਾਈਏ ਬਸ ਕਰੀਏ, ਪਰ ਨਹੀਂ ਲਗਾਤਾਰ ਕਰਦੇ ਰਹਿਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਚਾਰਾਂ ਚੀਜ਼ਾਂ ਮੈਂ ਦੱਸੀਆਂ ਇਹਨਾਂ ਦੇ ਨਾਲ ਕਾਫੀ ਫਰਕ ਪਊਗਾ। ਤੇ ਇਹ ਪੰਜਵੀਂ ਇਹਨਾਂ ਦੇ ਵਿੱਚ ਜਿਹੜੀ ਅੱਖਾਂ ਦੀ ਰੋਸ਼ਨੀ ਵੀ ਠੀਕ ਹੋਊਗੀ, ਉਹ ਵੀ ਕਿਸੇ ਦੀ ਜਿਹੜੀ ਘੱਟਦੀ ਆ ਤੇ ਉਹ ਵੀ ਇਹਦੇ ਨਾਲ ਵਧੂਗੀ ਜੀ। ਇਹ ਸਾਰੀ ਚੀਜ਼ਾਂ ਦਾ ਇਲਾਜ ਜਿਹੜਾ ਤਰੇਲ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਤੁਰਨਾ, ਚੱਕ ਕੇ ਨਹੀਂ ਤੁਰਨਾ, ਠੀਕ ਹੈ ਜੀ, ਇਹਦੇ ਨਾਲ ਠੀਕ ਹੋਊਗਾ ਜੀ। ਤੇ ਇੱਕ ਕਹਿੰਦੇ ਸੀ ਹੱਥ ਪੈਰ ਸੌਂਦੇ ਆ ਤੇ ਉਹ ਛੁਹਾਰੇ ਪਾ ਕੇ ਨਾ ਦੁੱਧ ਵਿੱਚ ਰਾਤ ਨੂੰ ਤੇ ਉਹ ਪੀ ਸਕਦੇ, ਉਹਦੇ ਨਾਲ ਬਲੱਡ ਸਰਕੂਲੇਸ਼ਨ ਠੀਕ ਹੋ ਜਾਊਗਾ। ਤੇ ਇੱਕ ਗਾਜਰਾਂ ਵਾਲੇ ਦੁੱਧ ਦੀ ਖੀਰ ਬਣਾ ਕੇ ਪੀ ਸਕਦੇ ਆ, ਖਾ ਸਕਦੇ ਆ, ਤੇ ਇੱਕ ਦੁੱਧ ਵੀ ਪੀ ਸਕਦੇ। ਜੇ ਕਿਸੇ ਨੇ ਖੀਰ ਨਹੀਂ ਖਾਣੀ ਤੇ ਉਹ ਆਪਾਂ ਦੁੱਧ ਵੀ ਉਬਾਲ ਕੇ ਤੇ ਗਾਜਰਾਂ ਜੇ ਖਾਣੀਆਂ ਮੰਗ ਤੇ ਖਾ ਲੈਣ ਦੇ ਤਾਂ ਫਿਰ ਪੁਣ ਕੇ ਸੁੱਟ ਦੇਣ, ਤੇ ਉਹਦਾ ਦੁੱਧ ਵੀ ਪੀ ਸਕਦੇ, ਉਹਦੇ ਨਾਲ ਵੀ ਕਾਫੀ ਫਰਕ ਪਊਗਾ ਜੀ। ਇਹਦੇ ਵਿੱਚ ਲਸਣ ਵੀ ਪਾ ਸਕਦੇ ਜੇ ਪਾਉਣਾ ਚਾਹੁੰਦੇ ਆ। ਤੇ ਇੱਕ ਜਿਹੜੇ ਕਾਬਜ ਕਹਿੰਦੇ ਆ, ਕਾਬਜ ਦੇ ਲਈ ਵੀ ਲਸਣ ਹਨਾ, ਲਸਣ ਖਾ ਸਕਦੇ ਆ, ਲਸਣ ਜਿਹੜਾ ਸ਼ੂਗਰ ਆਪਣੇ ਹਨੀ ਵਿੱਚ ਪਾ ਕੇ ਉਹ ਵੀ ਖਾ ਸਕਦੇ, ਉਦਾਂ ਸਿੱਧਾ ਵੀ ਖਾ ਸਕਦੇ ਚਵਾ ਕੇ, ਸਵੇਰੇ ਸਾਜਰੇ ਪਾਣੀ ਦੇ ਨਾਲ ਖਾ ਸਕਦੇ ਆ, ਤੇ ਉਹਦੀ ਗੈਸ ਦੀ ਪ੍ਰੋਬਲਮ ਸਾਰੀ ਹਨਾ ਸਿੱਧੀ ਸਾਰੀ ਖਤਮ ਹੋ ਜਾਣਗੇ ਜੀ, ਠੀਕ ਆ ਜੀ। ਤੇ ਜਿਹਨਾਂ ਦੇ ਗਿੱਟੇ ਦਰਦ ਹੁੰਦੇ ਆ, ਹਾਂਜੀ, ਉਹ ਗਰਮ ਪਾਣੀ ਦੇ ਵਿੱਚ ਫਟਕਣੀ ਤੇ ਸਰੋਂ ਦਾ ਤੇਲ ਪਾ ਕੇ ਜ਼ਰੂਰ ਉਹਦੇ ਵਿੱਚ ਪੈਰ ਰੱਖਣ, ਤੇ ਬਲੱਡ ਸਰਕੂਲੇਸ਼ਨ ਕਿਤੇ ਬੰਦ ਹੋਇਆ ਜਿੱਦਾਂ ਉਹਨਾਂ ਦੀ ਹੈ ਨਾ ਕੋਈ ਨਰ ਪਿੰਚ ਹੋਈ ਹੋ ਆ, ਤੇ ਉਹਦੀ ਘਿਓ ਦੀ ਮਸਾਜ ਜ਼ਰੂਰ ਕਰਨਾ ਨਾ, ਜਿੱਥੇ ਵੀ ਦਰਦ ਹੁੰਦੀ ਉੱਥੇ ਪੁਆਇੰਟ ਲਾਉਣ ਜੇ ਪਤਾ ਆ ਤਾਂ, ਅਰਕੋਪ੍ਰੈਸ਼ਰ ਦੇ ਪੁਆਇੰਟ ਜੇ ਕਿਸੇ ਨੂੰ ਪਤਾ ਤਾਂ ਉਹ ਜ਼ਰੂਰ ਲਗਾਉਣ ਉੱਥੇ, ਤੇ ਉਹ ਦਰਦ ਹਟ ਜਾਊਗੀ ਜੀ ਉਹਨਾਂ ਦੀ, ਠੀਕ ਹੈ ਜੀ। ਤੇ ਇੱਕ ਹੋਰ ਦੱਸਣਾ ਸੀ, ਜਿੱਦਾਂ ਕਹਿੰਦੇ ਵੀ ਸ਼ੂਗਰ ਤੋਂ ਦੱਸ ਰਹੇ ਸੀ ਨਾ ਆਪਣੀ ਚੇਅਰ ਦੇ ਉੱਤੇ ਬੈਠਣਾ, ਹਾਂਜੀ, ਕੋਲੀ ਪੁੱਠੀ ਮਾਰ ਕੇ ਤੇ ਉਹਦੇ ਵਿੱਚ ਇੱਕ ਗਲਾਸ ਪਾਣੀ ਦਾ ਲੈ ਲੈਣਾ ਆ, ਉਹਨੂੰ ਘੁੱਟ ਘੁੱਟ ਕਰਕੇ ਪੀਣਾ ਆ। ਸਭ ਤੋਂ ਪਹਿਲਾਂ ਚੇਅਰ ਲੈਣੀ ਆ ਲੱਕੜੀ ਦੀ, ਉਹਦੇ ਉੱਤੇ ਬੈਠ ਕੇ ਪੁੱਠੀ ਕੋਲੀ ਮਾਰ ਦੇਣੀ ਆ, ਤੇ ਰੀੜ੍ਹ ਦੀ ਹੱਡੀ ਦੀ ਜਿਹੜੀ ਪੂਛ ਆ ਉਹਦੇ ਸੈਂਟਰ ਚ ਆਉਣੀ ਚਾਹੀਦੀ ਆ, ਠੀਕ ਆ ਜੀ। ਤੇ ਉਹਨੂੰ ਫੇਰ ਆਪਾਂ ਉਹਦਾ ਇੱਕ ਜਿਹੜਾ ਗਲਾਸ ਪਾਣੀ ਦਾ ਲੈ ਉਹਨੂੰ ਘੁੱਟ ਘੁੱਟ ਕਰਕੇ ਪੀਣਾ, ਸਿਰਫ 5 ਮਿੰਟ ਪੀਣਾ, 5 ਮਿੰਟ ਬੈਠਣਾ ਉਹਦੇ ਉੱਤੇ। ਤੇ ਜਿਹੜੇ ਪੈਰ ਆ ਉਹ ਥੱਲੇ ਧਰਤੀ ਦੇ ਲੱਗਣੇ ਚਾਹੀਦੇ, ਜ਼ਮੀਨ ਤੇ ਲੱਗੇ ਹੋਣੇ ਚਾਹੀਦੇ ਆ, ਤੇ ਪੂਰੀ ਆਪਣੀ ਦੂਸਰੀ ਬੋਡੀ ਠੀਕ ਹੋਣੀ ਚਾਹੀਦੀ ਆ, ਤੇ 5 ਮਿੰਟ ਬੈਠਣਾ, ਉਹ ਤੋਂ ਵੱਧ ਨੀ ਬੈਠਣਾ। ਤੇ ਉਹਦੇ ਨਾਲ ਕਾਫੀ ਸਾਰਾ ਕੁਛ ਜਿਹੜਾ ਵੀ ਆਂਟੀ ਹੁਣ ਦੱਸ ਕੇ ਗਿਆ ਨਾ, ਇਹ ਸਾਰਾ ਕੁਛ ਠੀਕ ਹੁੰਦਾ ਜੀ, ਆਪਾਂ ਇਹ ਫੀਡਬੈਕ ਦੇ ਰਹੇ ਆ, ਤੇ ਜਿਹਨਾਂ ਨੂੰ ਮੈਂ ਦੱਸਿਆ ਸੀ ਉਹਨਾਂ ਨੂੰ ਫਰਕ ਪਿਆ ਆ, ਠੀਕ ਆ ਜੀ, ਜ਼ਰੂਰ ਕਰਕੇ ਦੇਖਣ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਬਹੁਤ ਧੰਨਵਾਦ ਹੈ ਜੀ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ, ਦੇਖੋ ਸੌਖਾ ਹੀ ਕੰਮ ਹੈਗਾ ਆ ਸ਼ੂਗਰ ਤੋਂ, ਅਤੇ ਜਿਹਨਾਂ ਜਿਹਨਾਂ ਦੀ ਹੱਟੀ ਆ ਪਲੀਜ਼ ਜ਼ਰੂਰ ਦੱਸਿਓ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ, ਤੁਸੀਂ ਜੁੜਿਓ ਪੰਜਾਬੀ ਰੇਡੀਓ ਜੁਆ ਸੇ ਨਾਲ। ਪ੍ਰੋਗਰਾਮ ਸੇ ਸੰਭਾਲ ਮੰਗਲਵਾਰ ਨੂੰ ਹੁੰਦਾ ਹੈ, ਮੰਗਲਵਾਰ ਨੂੰ ਇਹ ਪ੍ਰੋਗਰਾਮ ਰੇਡੀਓ 'ਤੇ ਲਾਈਵ ਹੁੰਦਾ, ਇਸ ਦੇ ਵਿੱਚ ਕਾਲਾਂ ਲੈਂਦੇ ਹਾਂ। ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਆ, ਉਸ ਦੇ ਵਿੱਚ ਕਾਲ ਨਹੀਂ ਲਈ ਜਾਂਦੀ, ਡਾਕਟਰ ਸਾਡੇ ਨਾਲ ਕਿਸੇ ਵੀ ਦਿਨ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਰਿਸ਼ੀਆਂ ਮੁਨੀਆਂ ਦੇ ਬਣਾਏ ਹੋਏ ਹੋਮ ਰੈਮਡੀ ਆ, ਇਹ ਟੋਟਕੇ ਆ ਜਿਹੜੇ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀ ਬਿਮਾਰੀ ਤੋਂ ਲੈਣੇ ਆ ਉਹ ਲੈਂਦੇ ਹਾਂ, ਅਤੇ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਰਾਮ ਆਇਆ। ਬਹੁਤ ਸਾਰੇ ਲੋਕ ਦੱਸ ਵੀ ਜਾਂਦੇ ਆ, ਫੀਡਬੈਕ ਵੀ ਦੇ ਜਾਂਦੇ ਆ, ਪਰ ਕਈ ਅਸੀਂ ਸਾਇਲੈਂਟ ਰਹਿੰਦੇ ਹਾਂ, ਅਸੀਂ ਨਹੀਂ ਦੱਸਦੇ, ਜੇ ਦੱਸੋਗੇ ਤਾਂ ਹੋਰਨਾਂ ਨੂੰ ਵੀ ਬਹੁਤ ਫਰਕ ਪੈਂਦਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਫੀਡਬੈਕ ਵੀ ਦਿੰਦੇ ਆ।
ਤੇ ਹੁਣ ਅਸੀਂ ਤੁਹਾਡੀਆਂ ਕਾਲਸ ਵੱਲ ਚੱਲਾਂਗੇ 4082725200। ਭਜਨ ਕੌਰ ਜੀ ਸਤਿ ਸ੍ਰੀ ਅਕਾਲ। ਬਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਜੀ। ਬਲਵਿੰਦਰ ਜੀ ਮੈਂ ਤਾਂ ਇੱਕ ਤਾਂ ਪੁੱਛਣਾ, ਮੇਰੇ ਹੱਥ ਪੈਰ ਬਹੁਤ ਸੁਣਦੇ ਆ, ਇੱਕ ਮੈਨੂੰ ਕਾਬਜ਼ ਬਹੁਤ ਹੋਈ, ਮੈਂ ਉੜ ਪੁੜ ਬੜੇ ਕਰ ਰਹੀ ਹਾਂ, ਇੰਨੀ ਚੋਂ ਦੀ ਨੀ ਬਾਹਰ ਆਉਂਦਾ ਆ, ਤੇ ਇੱਕ ਮੇਰੇ ਮੁੰਡੇ ਦੇ ਰੂਮਾਂ ਜਿੱਦਾਂ ਫੈਂਸਣੀਆਂ ਉਹਦਾ ਕੋਈ ਇਲਾਜ ਦੱਸੇ। ਠੀਕ ਹੈ ਠੀਕ ਹੈ ਜੀ, ਅੱਜ ਵੈਸੇ ਤੁਹਾਡੇ ਦੋ ਇਲਾਜ ਤਾਂ ਦੱਸ ਹੀ ਦਿੱਤੇ ਹੈਗੇ ਆ, ਤੇ ਤੁਸੀਂ ਦੁਬਾਰਾ ਵੀ ਉਹਨੂੰ ਸੁਣ ਕੇ ਇਲਾਜ ਤੇ ਕਰ ਸਕਦੇ ਆ, ਹੋਰ ਵੀ ਆਪਾਂ ਪੁੱਛ ਲੈਣ ਕਿਸੇ ਨੂੰ। ਸਤਨਾਮ ਕੌਰ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਬੇਟਾ ਆ ਹੁਣ ਬੈਕ ਦੀ, ਬੈਕ ਤੋਂ ਕਹਿੰਦੇ ਵੀ ਜਿਹੜੇ ਮਣਕਿਆਂ ਦੇ ਵਿੱਚ ਫਲੂਡ ਹੁੰਦਾ ਉਹ ਨਿਕਲ ਹੋਇਆ, ਮਤਲਬ ਨਿਕਲਿਆ ਹੋਇਆ ਆ। ਅੱਛਾ ਜੀ, ਫਲੂਡ ਆ ਜਿਹੜਾ। ਹਾਂਜੀ, ਫਲੂਡ ਨਿਕਲ ਗਿਆ ਆ, ਤੇ ਉਹਨੇ ਮਤਲਬ ਆ ਹੁਣ ਡਾਕਟਰ ਨੇ ਇੱਕ ਇੰਜੈਕਸ਼ਨ ਵੀ ਲਾਇਆ ਸੀ, ਉਹ ਇੰਜੈਕਸ਼ਨ ਲਾਉਣ ਨਾਲ ਉਹ ਲੱਕ ਨੂੰ ਤਾਂ ਥੋੜਾ ਜਿਹਾ ਫਰਕ ਪੈ ਗਿਆ, ਤੇ ਲੱਤਾਂ ਜ਼ਿਆਦਾ ਦੁਖਣ ਲੱਗ ਗਈਆਂ, ਖੜਾ ਨਹੀਂ ਹੋ ਸਕਦਾ। ਠੀਕ ਆ। ਤੇ ਮੈਂ ਪੁੱਛਣਾ ਸੀ ਵੀ ਜਿਹਨੂੰ ਝਟਕਾ ਪੇਨ ਕਹਿੰਦੇ ਆ ਵੀ ਇਹ ਪੇਨ ਆ, ਤੇ ਉਹ ਜਿਹੜਾ ਛੱਲਾ ਪਾਉਣ ਨੂੰ ਦੱਸਿਆ ਸੀ, ਮੈਨੂੰ ਕਨਫਿਊਜ਼ ਹੈ ਨਾ ਵੀ ਕਿਹੜੀ ਨੂੰ ਦੱਸਿਆ ਸੀ, ਕਿਸੇ ਪੇਨ ਪ੍ਰਾਂਤ ਦਾ ਪੁੱਛ ਲੈਣੇ ਪੁੱਛ ਲੈਣੇ। ਅੱਛਾ ਜੀ, ਥੈਂਕ ਯੂ ਜੀ। ਠੀਕ ਆ, ਥੈਂਕ ਯੂ ਜੀ, ਧੰਨਵਾਦ। ਮਨਜੀਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਕਿਹਾ ਜਿਹੜਾ ਕੋਲੀ ਰੱਖ ਕੇ ਬਹਿੰਦੇ ਉਹ ਤਾਂ ਭੈਣ ਕਿੰਨੇ ਇਲਾਜ ਦੱਸ ਗਏ, ਇੱਕ ਇਲਾਜ ਨਾਲ ਕਿੰਨੇ ਹੀ ਫਾਇਦੇ ਦੱਸ ਗਈ ਆ। ਹਾਂਜੀ ਹਾਂਜੀ, ਵਧੀਆ ਇਲਾਜ ਹੈ ਜੀ, ਕਰਨਾ ਚਾਹੀਦਾ ਸਾਰਿਆਂ ਨੂੰ, ਫਾਇਦਾ ਲੈਣਾ ਚਾਹੀਦਾ ਜੋ ਵੀ ਕੋਈ ਦੱਸਦਾ ਵਰਤੋ ਚੀਜ਼ਾਂ। ਬੱਚੇ ਨੂੰ ਕਾਬਜ਼ ਕਹਿੰਦੇ ਸੀ, ਬੱਚਾ ਪਤਾ ਨੀ ਕਿੱਡਾ ਗਿਆ, ਉਹ ਜੇ ਤਾਂ ਛੋਟਾ ਆ ਉਹਨੂੰ ਤਾਂ ਜੰਮਣ ਕੁੱਟੀ ਦੇਣ, ਮੈਂ ਤਾਂ ਕਹਿੰਦੀ ਇਹੀ ਸਭ ਤੋਂ ਵਧੀਆ ਚੀਜ਼ ਆ, ਜੇ ਉਹਨੂੰ ਕਾਬਜ਼ ਆ ਤਾਂ ਉਹਨੂੰ ਗਰਮ ਪਾਣੀ ਨਾਲ ਜੰਮਣ ਕੁੱਟੀ ਦੇ ਦੋ ਚਾਰ ਬੂੰਦਾਂ ਦੇਣ, ਢਾਈ ਕੁ ਸਾਲ ਦਾ ਬੱਚਾ। ਹਾਂਜੀ, ਉਹਨੂੰ ਦੇ ਸਕਦੇ ਆ, ਬਾਕੀ ਆ ਜੇ ਦੁੱਧ ਪੀਂਦਾ ਦੁੱਧ ਦੇ ਵਿੱਚ ਥੋੜਾ ਜ਼ਿਆਦਾ ਮਿੱਠਾ ਪਾ ਕੇ, ਸ਼ੱਕਰ ਪਾ ਕੇ। ਠੀਕ ਆ। ਹਾਂਜੀ, ਉਹ ਦੇਣ ਕੋਸੇ ਕੋਸੇ ਦੁੱਧ ਚ, ਜਿੰਨਾ ਕੁ ਗਰਮ ਆਪਾਂ ਪੀ ਸਕਦੇ ਆ, ਤੇ ਉਹਦੇ ਨਾਲ ਉਹਦਾ ਪੇਟ ਸਾਫ਼ ਹੋ ਜਾਣ। ਭੈਣ ਜੀ ਉਹ ਮੈਂ ਵਰਤਿਆ ਆ, ਨਿਆਣਿਆਂ ਨੂੰ ਇੱਦਾਂ ਪੜਾਉਂਦੀ ਹੁੰਦੀ ਸੀ, ਠੀਕ ਹੋ ਜਾਂਦੇ ਸੀਗੇ ਬੱਚੇ। ਤੇ ਜਿਹਨਾਂ ਦੇ ਪੈਰਾਂ ਚ ਹੁੰਦਾ ਦਰਦ, ਬਸ ਘਾਹ ਤੇ ਵੀ ਤੋਰਨ ਤਾਂ ਪੈਰਾਂ ਨੂੰ ਮਾਲਿਸ਼ ਜ਼ਰੂਰ, ਘੇ ਦੀ ਕਰਨ, ਤੇਲ ਦੀ ਮਾਲਿਸ਼ ਕਰਨ, ਕਈ ਵਾਰੀ ਦਵਾਈਆਂ ਗਰਮ ਹੁੰਦੀਆਂ, ਕਈ ਵਾਰ ਕਿਸੇ ਨੂੰ ਸ਼ੂਗਰ ਹੁੰਦੀ ਆ ਉਹਦੇ ਕਰਕੇ ਵੀ ਹੋ ਜਾਂਦਾ ਹੈ ਨਾ, ਟਕੋਰ ਕਰਨ ਪੈਰਾਂ ਨੂੰ, ਤੇਲ ਵਿੱਚ ਪਾ ਲੈਣ, ਫਟਕੜੀ ਪਾ ਲੈਣ, ਲੂਣ ਪਾ ਕੇ ਟਕੋਰਾਂ ਕਰਨ, ਟਕੋਰ ਕਰਕੇ ਤਾਂ ਫਿਰ ਉਹਦੀ ਮਸਾਜ ਕਰੋ ਪੈਰਾਂ ਨੂੰ, ਤਾਂ ਉਹਦੇ ਨਾਲ ਫਰਕ ਪੈ ਜਾਂਦਾ ਹੈ। ਤਿਲਾਂ ਦੇ ਤੇਲ ਵਿੱਚ ਨਿੰਬੂ ਨਿਚੋੜ ਕੇ ਇਹਦੀ ਮਾਲਿਸ਼ ਕਰੋ, ਉਹਦੇ ਨਾਲ ਵੀ ਫਰਕ ਪੈ ਜਾਂਦਾ ਆ। ਹਾਂਜੀ, ਗੈਸ ਆ, ਕਾਬਜ਼ ਆ, ਕਾਬਜ਼ ਦਾ ਤਾਂ ਜਿੱਦਾਂ ਕਾਬਜ਼ ਦੇ ਨਾਲ ਤਾਂ ਸਾਰੀਆਂ ਬਿਮਾਰੀਆਂ ਦੀ ਜੜ੍ਹ ਤਾਂ ਕਾਬਜ਼ ਹੀ ਆ ਭੈਣ ਜੀ। ਕਾਬਜ਼ ਤੋਂ ਭੈਣ ਨੂੰ ਚਾਹੀਦਾ ਵੀ ਫੱਕੀ ਬਣਾ ਕੇ ਕੋਈ ਨਾ ਕੋਈ ਪੀਣ, ਖੀਰਾ ਕੱਟ ਲੈਣ, ਕੱਦੂਕਸ ਕਰ ਲੈਣ, ਦਹੀਂ ਦੇ ਵਿੱਚ ਮਿਕਸ ਕਰਕੇ ਉਹ ਖਾਣ, ਪਤਲੀਆਂ ਚੀਜ਼ਾਂ ਖਾਣ, ਜਿੱਦਾਂ ਦਲੀਆ ਖਿਚੜੀ ਬਣਾ ਕੇ ਘੇ ਪਾ ਪਾ ਕੇ ਖਾਣ। ਠੀਕ ਹੈ। ਹਾਂਜੀ, ਕਾਬਜ਼ ਤੋਂ ਦਵਾ ਬਣਾ ਲੈਣ, ਜਿਹੜੀ ਫੱਕੀ ਬਣਾਉਂਦੇ ਹਾਂ ਆਪਾਂ, ਸਰਨਾ ਦੇ ਪੱਤੇ, ਸੌਂਫ, ਮਿਸ਼ਰੀ ਪਾ ਕੇ, ਤਿੰਨੇ ਚੀਜ਼ਾਂ ਇੱਕੋ ਜਿਹੀਆਂ ਲੈਣੀਆਂ ਆ। ਸਰਨਾ ਦੇ ਪੱਤੇ 100 ਗ੍ਰਾਮ ਲੈ ਲੈਣ, 100 ਗ੍ਰਾਮ ਹੀ ਮਿੱਠੀ ਸੌਂਫ ਲੈ ਲੈਣ। ਠੀਕ ਹੈ ਜੀ। ਹਾਂਜੀ, ਮਿਸ਼ਰੀ ਆਪਣੇ ਹਿਸਾਬ ਨਾਲ ਪਾ ਲੈਣ, ਜਿੰਨੀ ਕੁ ਪੀਣੀ ਚਾਹੁੰਦੇ, ਉਹਦੇ ਨਾਲ ਫਰਕ ਪੈ ਜਾਂਦਾ ਆ। ਇਹ ਕਾਬਜ਼ ਦੀ ਬਹੁਤ ਵਧੀਆ ਦਵਾਈ ਆ। ਜਦੋਂ ਵੀ ਆਪਾਂ ਖਾਣਾ ਖਾਂਦੇ ਆ, ਖਾਣਾ ਖਾ ਕੇ ਬਹੁਤਾ ਚਿਰ ਆਪਾਂ ਨੂੰ ਬੈਠਣਾ ਨਹੀਂ ਚਾਹੀਦਾ, ਘੁੰਮਣਾ ਫਿਰਨਾ ਚਾਹੀਦਾ ਆ, ਪਾਣੀ ਰੱਜ ਕੇ ਪੀ ਕੇ, ਤੇ ਜਦੋਂ ਖਾਣਾ ਖਾਂਦੇ ਆ ਤਾਂ ਭਾਵੇਂ ਆਪਾਂ 2 ਮਿੰਟ ਗੋਡੇ ਮੂੰਹਦੇ ਮਾਰ ਕੇ ਬੈਠ ਕੇ, ਉਹਦੇ ਨਾਲ ਜਿਹੜੀ ਆਪਾਂ ਨੂੰ ਗੈਸ ਦੀ ਪ੍ਰੋਬਲਮ ਬਣਦੀ ਆ ਉਹ ਨਹੀਂ ਫੇ ਹੁੰਦੀ ਹੈਗੀ। ਠੀਕ ਹੈ ਜੀ। ਹਾਂਜੀ, ਇਹ ਪੱਕਾ ਇਲਾਜ ਆ, ਤੇ ਬਾਕੀ ਗੈਸ ਤੋਂ ਹੈਗਾ ਆ ਆਪਾਂ ਜਿਹੜੀ ਆ ਅੰਗੂਠੇ ਦੇ ਨਾਲ ਦੀ ਉਂਗਲੀ ਆ, ਇਹਨੂੰ ਅੰਗੂਠੇ ਦੀ ਜੜ੍ਹ 'ਚ ਲਾ ਲੈਣਾ ਹੈ, ਦੋਏ ਵੱਡੀਆਂ ਉਂਗਲੀਆਂ ਅੰਗੂਠੇ ਦੇ ਨਾਲ ਜੋੜ ਕੇ ਤੇ ਚੀਚੀ ਬਾਹਰ ਨੂੰ ਕੱਢ ਲੈਣੀ ਆ। ਇਹ ਤੁਸੀਂ ਘੁੰਮਦੇ ਫਿਰਦੇ ਬਹਿੰਦੇ ਉੱਠਦੇ ਇਹ ਤੁਸੀਂ ਜਿੱਦਾਂ ਕਰੋ ਤਾਂ ਇਹਦੇ ਨਾਲ ਤੁਹਾਡੀ ਗੈਸ ਦੀ ਪ੍ਰੋਬਲਮ ਬਿਲਕੁਲ ਖਤਮ ਹੋ ਜਾਂਦੀ ਆ। ਹਾਂਜੀ, ਇਹ ਦੱਸਣੇ ਸੀਗੇ। ਬਾਕੀ ਕਈ ਵਾਰ ਕਿਸੇ ਦਾ ਗਲੇ ਦੀ ਖਰਾਬੀ ਹੁੰਦੀ ਭੈਣ ਜੀ, ਆਵਾਜ਼ ਨਹੀਂ ਨਿਕਲਦੀ ਹੈਗੀ, ਤਾਂ ਉਹਨਾਂ ਨੂੰ ਇਹੀ ਆ ਵੀ ਮਲੱਠੀ ਚੂਸਣ, ਜੇ ਮੂੰਹ 'ਚ ਛਾਲੇ ਆ ਉਹ ਵੀ ਮਲੱਠੀ ਦੀ ਥੋੜਾ ਜਿਹਾ ਟੁਕੜਾ ਮੂੰਹ 'ਚ ਰੱਖ ਕੇ ਚੂਸਦੇ ਰਹਿਣ, ਮੂੰਹ ਠੀਕ ਹੋ ਜਾਂਦਾ, ਉਹਦੇ ਨਾਲ ਆਵਾਜ਼ ਵੀ ਠੀਕ ਹੋ ਜਾਂਦੀ ਆ, ਛਾਲੇ ਵੀ ਠੀਕ ਹੋ ਜਾਂਦੇ ਆ। ਹਾਂਜੀ, ਇਹ ਦੱਸਣਾ ਸੀ। ਥੈਂਕ ਯੂ ਜੀ, ਤੁਹਾਡਾ ਟਾਈਮ ਦੇਣ ਦਾ। ਓਕੇ ਜੀ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸੁਰਿੰਦਰ ਕੌਰ। ਹਾਂਜੀ, ਮੈਂ ਪੁੱਛਣਾ ਸੀ, ਮੈਂ ਦਲੀਏ ਦੇ ਵਿੱਚ ਹਲਦੀ ਪਾ ਕੇ ਖਾਣੀ ਆ ਸਵੇਰ ਨੂੰ, ਓਟਮੀਲ ਚ। ਮੈਨੂੰ ਕਿਸੇ ਨੇ ਕਿਹਾ ਜੀ ਇੰਨਾ ਭਾਰ ਘਟਦਾ, ਮੈਂ ਕਿਹਾ ਮੇਰਾ ਤਾਂ ਆਪਣੇ ਮਨ ਚ ਮੈਂ ਕਿਹਾ ਬਹੁਤ ਅੱਗੇ ਹੀ ਕਮਜ਼ੋਰੀ ਆ, ਮੈਂ ਪੁੱਛ ਲਵਾਂ ਭੈਣ ਜੀ ਉਹਨਾਂ ਨੂੰ ਖਾ ਸਕਦੀ ਆਵੇਂ ਹਲਦੀ ਜਿਹੜੀ ਘਰ ਚ ਵਰਤੀ ਦੀ ਆ। ਕੋਈ ਨੀ, ਆਪਾਂ ਪੁੱਛਦੇ ਆ, ਵੈਸੇ ਮੈਂ ਕਦੀ ਸੁਣਿਆ ਨੀਗਾ ਇਹ ਜਿਹੜੀ ਤੁਸੀਂ ਦੱਸਿਆ ਨਾ, ਇਹ ਆਪਾਂ ਪੁੱਛ ਲੈਣੇ। ਬਲਦੇਵ ਕੌਰ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਰਕਾਵਿਟ ਤੋਂ ਕਹਿੰਦੇ ਆ ਭੈਣ ਜੀ, ਇਹ ਬਹੁਤ ਵਧੀਆ ਤਰੀਕਾ ਆ, 2 ਕਿਲੋ ਹਰੇ ਤੁਮੇ। ਹਾਂਜੀ ਦੱਸੀ, ਚਲੋ ਦੱਸੀ ਚਲੋ, ਟਾਈਮ ਬੜਾ ਘੱਟ ਆਪਾਂ ਕੋਲ। ਹਾਂਜੀ 2 ਕਿਲੋ ਹਰੇ ਤੁਮੇ ਤਾਂ 50-50 ਗ੍ਰਾਮ 3 ਤਰ੍ਹਾਂ ਦੇ ਲੂਣ, 25-25 ਗ੍ਰਾਮ 4 ਅਜਵਾਇਣਾ, ਤੇ 50 ਗ੍ਰਾਮ ਕਾਲੀ ਜੀਰੀ ਤੇ 50 ਗ੍ਰਾਮ ਕੜੂ। ਇਹ ਸਾਰੀਆਂ ਚੀਜ਼ਾਂ ਕੱਟ ਕੇ ਤੁਮਿਆਂ ਦੇ ਵਿੱਚ ਰੱਖ ਕੇ ਉਨੀ ਰਸਾ ਜੇ ਛੱਡ ਦੇਣਾ, ਉਹ ਸੁਕਾ ਲੈਣੇ ਆ। ਸੁਕਾ ਕੇ ਕੁੱਟ ਕੇ ਉਹ 1/4 ਹਿੱਸਾ ਚਮਚੇ ਦਾ ਖਾਣ, ਭੈਣ ਜੀ ਕਦੇ ਕਬਜ਼ ਰਹਿੰਦੀ ਨੀ। ਠੀਕ ਹੈ ਜੀ, ਪਰਾਟੇ ਹੀ ਚੱਲਦੇ। ਠੀਕ ਹੈ ਜੀ, ਹਾਂਜੀ ਬਹੁਤ ਵਧੀਆ ਦਵਾਈ ਹੈ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ। ਹਰਪ੍ਰੀਤ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਪੁੱਛਣਾ ਸੀਗਾ, ਬੇਟਾ ਮੇਰਾ 10 ਮਹੀਨੇ ਦਾ ਤੇ ਆਉਂਦਾ ਨੀ ਰਾਤ ਨੂੰ, ਤੇ ਦੰਦ ਵੀ ਕੱਢਣ ਡਿਆ, ਦੰਦ ਹੋਮੋਪੈਥਿਕ ਦਵਾਈ ਦੇ ਕਲਕੇਰੀਆ ਫਾਸਫੇਟ ਤੇ, ਬਟ ਰਾਤ ਨੂੰ 3-4 ਵਾਰ ਉੱਠੇ। ਠੀਕ ਆ, ਇੱਕ ਮੈਂ ਫੀਡਬੈਕ ਦੇ ਕਿ ਵੇਟ ਲਾਸ ਲਈ ਆਪਾਂ ਓਟਸ ਖਾ ਸਕਦੇ, ਓਟਸ ਪਾ ਲਓ, ਸਿਨੇਮਨ ਪਾ ਲਓ, ਚੀਆ ਸੀਡ ਪਾ ਲਓ ਸਵੇਰੇ ਖਾਣ ਲਈ, ਫਰੂਟਸ ਜ਼ਿਆਦਾ ਖਾਓ, ਸਬਜ਼ੀਆਂ ਜ਼ਿਆਦਾ ਖਾਓ, ਕਿਨੂਆ ਖਾ ਸਕਦੇ ਆ, ਚੌਲ ਨਹੀਂ ਖਾਣੇ ਚਾਹੀਦੇ, ਆਟਾ ਉਹ ਆਪ ਲਿਆ ਕੇ ਮਿਕਸ ਕਰਕੇ, ਬਾਜਰੇ ਦਾ, ਰਾਗੀ ਦਾ, ਓਟਸ ਦਾ, ਜੌਂ ਦਾ, ਇਹ ਆਪ ਲਿਆ ਕੇ ਮਿਕਸ ਕਰਕੇ ਖਾਣਾ ਚਾਹੀਦਾ। ਤੇ ਫੁਲਕਾ ਜੇ ਘੱਟ ਕਰ ਦੇਣ, ਬ੍ਰੈਡ ਪਾਸਤਾ, ਨਿਊਡਲ ਰਾਈਸ, ਇਹ ਘੱਟ ਕਰ ਦੇਣ ਤੇ ਬਹੁਤ ਫਰਕ ਪੈ ਜਾਏਗਾ। ਧੰਨਵਾਦ, ਧੰਨਵਾਦ, ਥੈਂਕ ਯੂ ਬਲਵਿੰਦਰ। ਹਾਂਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਬਹੁਤ ਵਧੀਆ, ਧੰਨਵਾਦ। ਤੇ ਮੈਂ ਭੈਣ ਜੀ ਦੱਸਾਂ, ਅਸੀਂ ਇੱਕ ਤਾਂ ਬੱਚੇ ਦੇ ਕਹਿੰਦੇ ਮੂੰਹ ਚੋਂ ਲਾਲਾਂ ਸੜਦਾ ਜ਼ਿਆਦਾ ਹੁੰਦੇ, ਹਾਂਜੀ ਉਹ ਬਦਾਮ ਦੀ ਗਿਰੀ ਰਾਤ ਨੂੰ 2 ਗਿਰੀਆਂ ਭਿਉਂਦਿਆ ਕਰਨ, ਤੇ ਸਵੇਰੇ ਉਹ ਨਾ ਚੱਪਣ ਇੱਥੇ ਚੱਪਣੀ ਮਿਲ ਜਾਣੀ ਆ ਇੰਡੀਅਨ ਸਟੋਰ ਤੋਂ, ਉਹਦੇ ਉੱਤੇ ਘਸਾ ਕੇ ਉਹਦਾ ਦੁੱਧ ਬਣਾ ਕੇ ਉਹਦਾ ਮੂੰਹ ਚ ਲਾਉਣ। ਅੱਛਾ, ਹਾਂਜੀ ਇਹ ਮੇਰਾ ਆਪਦਾ ਜਮਾਇਆ ਦਾ ਤਰੀਕਾ ਹੈਗਾ। ਅੱਛਾ, ਫਿਰ ਲਾਲਾਂ ਸੜ ਜਾਂਦੀਆਂ। ਹਾਂਜੀ ਲਾਲਾਂ ਹਟ ਜਾਂਦੀਆਂ ਹੈਗੀਆਂ, ਉਹ ਬੱਚੇ ਦੇ ਬਦਾਮ ਠੰਡਾ ਹੁੰਦਾ ਥੋੜਾ ਜਿਹਾ, ਉਹਦੇ ਮੇਦੇ ਚ ਗਰਮੀ ਹੋ ਉਹ ਠੀਕ ਹੋ ਜੂਗੀ। ਠੀਕ ਹੈ ਜੀ, ਹਾਂਜੀ। ਤੇ ਇੱਕ ਜਿਹੜੇ ਪਿਸ਼ਾਬ ਕਹਿੰਦੇ ਆ ਉਹ ਜੀ ਕਰੇਨਬੇਰੀ ਦੇ ਕੈਪਸੂਲ ਖਾਣ, ਇਹਨਾਂ ਨੂੰ ਪਿਸ਼ਾਬ ਜ਼ਿਆਦਾ ਹੁੰਦਾ? ਜ਼ਿਆਦਾ ਹੁੰਦਾ, ਹਾਂਜੀ ਮੇਰੀ ਮੰਮੀ ਨੂੰ ਬਹੁਤ ਜ਼ਿਆਦਾ ਆਉਂਦਾ ਸੀ। ਹਾਂਜੀ ਅਸੀਂ ਕਰੇਨਬੇਰੀ ਦੇ ਕੈਪਸੂਲ ਲੈਣ ਲੱਗ ਗਏ ਤੇ ਡਾਕਟਰ ਕਹਿੰਦਾ ਵੀ ਠੀਕ ਆ ਦੇਈ ਚੱਲੋ, ਤੇ ਉਹ ਹੁਣ ਹਟ ਕਹਿਣ ਨੂੰ ਹਟ ਗਏ ਵੀ ਬਿੰਦੇ ਬਿੰਦੇ ਮੈਂ ਪਿਸ਼ਾਬ ਕਰਨ ਜਾਣਾ। ਠੀਕ ਹੈ ਜੀ, ਹਾਂਜੀ ਕਰੇਨਬੇਰੀ ਦੇ ਕੈਪਸੂਲ ਉਹ ਜ਼ਰੂਰ ਲੈਣ। ਠੀਕ ਹੈ ਜੀ, ਹਾਂਜੀ ਹੋਰ, ਹਾਂਜੀ ਹਾਂਜੀ ਹੋਰ ਜਿਹੜੇ ਅਰਜਨ ਸਾਲ ਕਹਿੰਦੇ ਸੀ, ਹਾਂਜੀ ਮੇਰਾ ਹਸਬੈਂਡ ਵੀ ਪੀਂਦਾ ਹੈਗਾ ਅਰਜਨ ਸਾਲ, ਸਵੇਰੇ ਪਾਣੀ ਚ ਵਾਲ ਲੈਣੀ ਹੈ ਤੇ ਪਾਣੀ ਚ ਪਾਵਾ 2 ਕੱਪ ਪਾਣੀ ਦੇ ਪਾ ਕੇ, ਜਦੋਂ 1 ਕੱਪ ਰਹਿ ਗਿਆ ਨਾ ਉਹਦੇ ਚ ਥੋੜਾ ਜਿਹਾ ਦੁੱਧ ਪਾ ਲਓ, ਉਹ ਪੀਵੋ। ਅੱਛਾ, ਦੁੱਧ ਪਾ ਸਕਦੇ ਆ ਨਾ? ਹਾਂਜੀ ਵੀ ਪਾ ਸਕਦੇ ਆ, ਹਾਂਜੀ। ਉਹਦੇ ਨਾਲ ਕੀ ਫਾਇਦਾ ਹੁੰਦਾ? ਉਹ ਜੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦੀ। ਅੱਛਾ ਠੀਕ ਹੈ ਜੀ, ਹਾਂਜੀ ਬਲੱਡ ਪ੍ਰੈਸ਼ਰ ਦਾ ਸਿੱਕ ਵੀ ਵਾਧਾ ਨਹੀਂ ਗਾ, ਉਹਦੇ ਨਾਲ ਠੀਕ ਰਹਿੰਦਾ ਹੈਗਾ। ਹਾਂਜੀ ਮੇਰੇ ਮਾਮੇ ਦਾ ਵੀ ਬਾਈਪਾਸ ਸਰਜਰੀ ਹੋਈ ਵੀ ਸੀ, 99 ਦੀ ਹੋਈ ਵੀ ਆ, ਉਹ ਉਦੋਂ ਦਾ ਹੀ ਅਰਜਨ ਸਾਲ ਪੀਂਦਾ ਹੈਗਾ, ਚਾਹ ਨਹੀਂ ਪੀਂਦਾ, ਉਹੀ ਪੀਣਾ। ਠੀਕ ਹੈ ਜੀ, ਹਾਂਜੀ ਉਹ ਹਜੇ ਤੱਕ ਵਧੀਆ ਠੀਕ ਆ, 9/9 ਹੈ। ਧੰਨਵਾਦ ਜੀ, ਧੰਨਵਾਦ ਫੀਡਬੈਕ। ਹਾਂਜੀ ਧੰਨਵਾਦ, ਅਰਜਨ ਸਾਲ ਉਹ ਪੀਣੀ ਚਾਹੀਦੀ ਹੈ। ਹਾਂਜੀ ਓਕੇ ਜੀ, ਜਿਹਨਾਂ ਨੂੰ ਬਲੱਡ ਪ੍ਰੈਸ਼ਰ ਦਾ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਤਰਲੋਚਨ ਸਿੰਘ ਜੀ। ਹਾਂ ਜੀ, ਮੈਂ ਤਾਂ ਪੁੱਛਣਾ ਦਿਲ ਦੀ ਧੜਕਣ ਬਾਰੇ ਹੀ ਪੁੱਛਣਾ ਸੀ ਜੀ। ਦਿਲ ਦੀ ਧੜਕਣ? ਠੀਕ ਆ, ਆਵਾਜ਼ ਜਾਂਦੀ ਕਿਤੇ ਕਿਤੇ? ਠੀਕ ਹੈ, ਠੀਕ ਹੈ, ਠੀਕ ਹੈ, ਕੋਈ ਨਹੀਂ, ਸੁਣਦੇ ਰਹੇ। ਹੁਣ ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਉਹ ਮੈਂ ਸੁਣਿਆ ਨੀ ਚੰਗੀ ਤਰ੍ਹਾਂ, ਉਹ ਜਿਹੜਾ ਦੱਸਦੇ ਸੀਗੇ ਵੀ ਕੀ ਉਹ ਨਾ ਹੈਗਾ ਵਿੱਚ ਤੇਲ ਪਾ ਕੇ ਜਿਹਨੂੰ ਸੁਣਦਾ ਨੀ ਹੈਗਾ, ਨਿੰਬੂ ਪਾਣੀ ਦੇ ਵਿੱਚ ਤੇਲ ਖਾਦਾ, ਉਹ ਨੀ ਦੱਸਿਆ ਜੀ? ਕੋਈ ਨੀ, ਤੁਸੀਂ ਹੁਣ ਦੁਬਾਰਾ ਸੁਣ ਲਿਆ ਉਹਨੂੰ, ਪ੍ਰੋਗਰਾਮ ਨੂੰ ਦੁਬਾਰਾ ਸੁਣਿਓ, ਸਾਡੇ ਲਾਸਟ ਕਾਲਰ ਨੇ ਪਾਲ ਚਾਲ। ਹਾਂਜੀ ਭੈਣ ਜੀ, ਆਪਾਂ ਨੂੰ ਕਾਲ ਆਈ ਸੀਗੀ, ਮਿਸਲ ਪਿਛਲੇ ਹਫ਼ਤੇ ਆਈ ਸੀਗੀ, ਇੱਕ ਭੈਣ ਨੇ ਕਿਹਾ ਕਿ ਉਹਨਾਂ ਦੀ ਸੁੰਘਣ ਸ਼ਕਤੀ ਜਾ ਚੁੱਕੀ ਹੈਗੀ ਹੈ ਤੇ ਉਹਨਾਂ ਦਾ ਸਵਾਦ ਚੱਖਣ ਦੀ ਸ਼ਕਤੀ ਵੀ ਕਮਜ਼ੋਰ ਹੋ ਗਈ ਹੈ। ਹਾਂਜੀ, ਇਹ ਭੈਣ ਜੀ ਜਿਹਨੇ ਕਿਤੇ ਕਿਉਂ ਨਾ ਡਿਪਰੈਸ਼ਨ ਦੀ ਨਿਸ਼ਾਨੀ ਹੁੰਦੀ ਹੈਗੀ ਹੈ, ਇਹਦਾ ਸੌਖਾ ਜਿਹਾ ਤਰੀਕਾ ਤਾਂ ਇਹ ਹੈਗਾ ਕਿ ਆਪਣਾ ਦੇਸੀ ਤਾਂ ਇਹ ਹੈਗਾ ਕਿ ਪੁਦੀਨਾ ਲੈ ਲਓ ਜਾਂ ਧਨੀਆ ਲੈ ਲਓ ਜਾਂ ਪੈਪਰਮਿੰਟ ਲੈ ਲਓ ਜਾਂ ਸੇਜ, ਇਹਨਾਂ ਨੂੰ ਸੁੰਘਣਾ ਵੀ ਹੈਗਾ ਗਾ ਤੇ ਇਹਨਾਂ ਨੂੰ ਮੂੰਹ ਦੇ ਵਿੱਚ ਵੀ ਰੱਖਣਾ ਹੈਗਾ, ਤੇ ਦੂਸਰਾ ਵੀ ਕਿ ਹੈਗਾ ਨਾ ਜਿਸ ਤਰ੍ਹਾਂ ਵੀ ਜਿਹੜਾ ਲੌਂਗ ਹੈਗਾ ਉਹ ਮੂੰਹ 'ਚ ਰੱਖਣਾ ਹੈਗਾ ਤੇ ਫਟਕੜੀ ਦੇ ਗਰਾਰੇ ਕਰਨੇ ਹੈਗੇ ਨੇ, ਤੇ ਇਹਦੇ ਨਾਲ ਜਿਹੜਾ ਹੈ ਨਾ ਇਹ ਬਾਕੀ ਚੀਜ਼ ਦਾ ਜ਼ਰੂਰ ਜ਼ਰੂਰ ਅੱਛਾ ਅਸਰ ਪਏਗਾ। ਚਲੋ ਪਰਮਾਤਮਾ ਭਲੀ ਕਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ, ਧੰਨਵਾਦ ਜੀ, ਅਸੀਂ ਕਾਲ ਹੋਰ ਕੋਈ ਨਹੀਂ ਲੈ ਸਕਾਂਗੇ। ਜਾਂਦੇ ਜਾਂਦੇ ਸ਼ੂਗਰ ਦਾ ਪੁੱਛਿਆ ਸੀਗਾ ਕਿ ਜਿਹੜਾ ਸ਼ੂਗਰ ਤੋਂ 4-5 ਚੀਜ਼ਾਂ ਦੱਸੀਆਂ ਹੋਈਆਂ ਆ ਉਹਨਾਂ ਨੂੰ ਕਿਸ ਤਰ੍ਹਾਂ ਲੈਣਾ ਆ, ਉਹਦੇ ਵਿੱਚ 100 ਬਦਾਮ ਦੱਸੇ ਸੀਗੇ, 1 ਕੌੜੇ ਵੀ ਹੁੰਦੇ ਆ ਉਹ ਨਹੀਂ ਲੈਣੇ, ਜਿਹੜੇ ਆਮ ਬਦਾਮ ਹੁੰਦੇ ਆ 100 ਬਦਾਮ ਲੈਣਾ ਆ, 2.5 ਪਾਅ ਚਣੇ ਲੈਣੇ, ਛੋਲੇ ਲੈਣੇ ਆ ਭੁੱਜੇ ਹੋਏ, 100 ਕਾਲੀ ਮਿਰਚ ਲੈਣੀ ਆ, 100 ਸਾਬਤ ਹਰੀ ਇਲਾਇਚੀ ਲੈਣੀ ਆ,
100 निम के पत्ते लैने आ। जे पत्ते भुरे हो तो तुसी चमचा डेढ़ चमचा निम के पत्तियां दा पाउडर भी पा सकते हैं। तो ये जिहड़ियां चार पांच चीज़ा है ना, ये तुसी इन्हां सारियां चीज़ां नूं कुट लैना आ। तो उन्हां दा फिर लोग चमचा लेंदे। कई लोगों ने की किया विच तुम्मा भी पा लिया आ, कई ने करेले का पाउडर भी पा लिया आ। सो ये मर्जी आ थोड़ी, पाउणा आ जां नहीं पाउणा। कई ने तो रगड़ के थोड़ी बहुती आ जिहड़ी वह मेरे ख्याल मेथी भी पा लिया, पर नहीं वो जिहड़ियां पहलियां चीज़ां दसियां आ वह लोग जिहड़ा ओरिजिनल आनू वरतदे आ। इन्हां नूं तुसीं वरत जरूर लिया जी, कुट के रख लैना। चमचा पानी दे नाल लैना है, तुसीं शाम सवेरे एक एक चमचा लैना है, पानी दे विच घोल लिया जो संघ नूं लगता किसी तरह भी जिस तरह भी तुसीं लैना। बाकी तुहाडा बहुत बहुत धन्नवाद है जी। तुसीं जिहड़ियां अपने इलाज पुछदे भी हाँ तो इलाज दसदे भी हाँ तो प्लीज़ फीडबैक जरूर दिया करो, लिख जरूर लिया करो। नहीं तो सुनिया जाता, नहीं तो लिखा जाता ना, इन्हां नूं तुसीं दुबारा सुन सकते हैं फोन के उत्ते भी यूट्यूब पर भी। तो इन्हां नूं फोन के उत्ते अपलोड कर दिता जाता है, उत्थे भी तुसीं दुबारा इन्हां नूं सुन सकते हैं। एलोपैथी दीआं डॉक्टर दीआं दवाइयां तुसीं जरूर लैंदे आ, क्योंकि तुहानूं पुछना पैंदा डॉक्टर तों की होया, पर जिहड़े साइड इफेक्ट हुंदे आ उहनां बारे बहुता घट दस्सिया जाता। पर जे तुसीं दवाई कोई लै के भी आउंदे आ तो उहदे साइड इफेक्ट जरूर पढ़ लिया करो की हैगे आ। बाकी इलाज आ तुसीं करना, साढ़े कोल वैसे डॉक्टर नहीं हुंदा, पर जे तुहानूं पता तुहानूं की बीमारी है तो उहदा बारे पुछ लिया करो। हुण इसे दे नाल प्रोग्राम की समाप्ति। बलविंदर कौर वल्लों आप सब नूं ही प्यार भरी सत